ਹਾਂਜੀ, ਸਵਾਗਤ ਕਰਦੇ ਹਾਂ ਜੀ ਪਰਦੇਸੀਆਂ ਦੇ ਆਪਣੇ ਚੈਨਲ ਪਰਦੇਸੀ ਮੀਡੀਆ NZ ਤੇ। ਅੱਜ ਦੀ ਆਪਾਂ ਖਾਸ ਗੱਲਬਾਤ ਕਰਦੇ ਹਾਂ ਧਰਮ ਸਿੰਘ, ਜੋ ਕਿ ਇਮੀਗ੍ਰੇਸ਼ਨ ਐਡਵਾਈਜ਼ਰ ਨੇ। ਸਤਿ ਸ਼੍ਰੀ ਅਕਾਲ ਸਤਿ ਜੀ, ਸ਼੍ਰੀ ਅਕਾਲ ਵੀਰੇ, ਸਵਾਗਤ ਕਰਦੇ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ। ਵੀਰੇ, ਬਹੁਤ ਬਹੁਤ ਜੀ ਆਇਆਂ ਨੂੰ, ਆਪਾਂ ਮਿਲੇ ਤੇ ਥੈਂਕ ਯੂ ਤੁਹਾਡਾ ਤੇ ਪਰਦੇਸੀ ਮੀਡੀਆ NZ ਦਾ। ਤੁਸੀਂ ਮੌਕਾ ਦਿੱਤਾ ਮੈਨੂੰ ਸਾਰੇ ਵਿਊਅਰਸ ਦੇ ਰੂਬਰੂ ਹੋਣ ਦਾ। ਨਹੀਂ ਜੀ, ਤੁਸੀਂ ਤਾਂ ਬਈ ਆਪ ਹੀ ਸ਼ੁਰੂ ਤੋਂ, ਜਿੱਦਾਂ ਹੁਣ ਆਪਾਂ, ਮੈਂ ਤੁਹਾਨੂੰ ਤੁਹਾਡੇ ਦਰਸ਼ਕਾਂ ਸਾਹਮਣੇ ਗੱਲ ਸ਼ੁਰੂ ਤੋਂ ਹੀ ਰੱਖਣ ਲੱਗਿਆ ਵੀ ਬਾਈ ਨੂੰ ਅਸੀਂ ਮਿਲੇ ਸੀਗੇ ਜੀ ਟੀ ਪੁੱਕੀ ਤਰੰਗੇ ਸਾਈਡ। ਮੈਂ ਆਪਦੀ ਹੀ ਪਹਿਲਾਂ ਹਿਸਟਰੀ ਦੱਸਦਾ, ਫਿਰ ਬਾਈ ਨਾਲ ਆਪਾਂ ਸਾਰੀਆਂ ਗੱਲਾਂ ਬਾਤਾਂ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਕਰਾਂਗੇ, ਜੋ ਕਿ ਸਟੂਡੈਂਟ ਵੀਜ਼ੇ ਤੇ ਜਾਂ ਵਰਕ ਵੀਜ਼ੇ ਤੇ ਜੋ ਕਿਸੇ ਨੂੰ ਪ੍ਰੋਬਲਮ ਆਉਂਦੀਆਂ, ਸੋ ਬਾਈ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਣਗੇ। ਸੋ ਆਪਾਂ ਗੱਲ ਕਰੀਏ ਜੀ ਟੀ ਪੁੱਕੀ ਤੋਂ। ਮੇਰਾ ਉਦੋਂ ਸਭ ਤੋਂ ਪਹਿਲਾਂ ਵਿਜ਼ਟਰ ਵੀਜ਼ਾ ਤੇ ਮੈਂ ਇੱਥੇ ਆਇਆ ਹੋਇਆ ਸੀਗਾ, ਸੋ ਮੇਰਾ ਜਮਾਂ ਵਿਜ਼ਟਰ ਵੀਜ਼ੇ ਦਾ ਐਂਡ ਹੋਣ ਵਾਲਾ ਸੀਗਾ ਵੀ ਮੈਨੂੰ ਲੱਗਦਾ ਵੀ ਬਾਈ ਮੇ ਵੀ ਲਾਸਟ ਬਾਈ 5-7 ਦਿਨ ਹਾਂ ਰਹਿੰਦੇ। ਇੰਨੇ ਕੀ ਸੀਗੇ, ਹਾਂਜੀ ਇੰਨੇ ਕੀ ਸੀਗੇ, ਹਾਂਜੀ। ਤੇ ਬਾਈ ਹੁਣਾਂ ਨੂੰ ਅਸੀਂ ਮਿਲੇ ਤੇ ਬਾਈ ਹੁਣਾਂ ਨੇ ਬਹੁਤ ਹੀ ਵਧੀਆ ਸਾਨੂੰ ਸਲਾਹ ਦਿੱਤੀ ਵੀ ਤੁਸੀਂ, ਤੁਹਾਡੇ ਕੋਲ ਹੋਰ ਕੋਈ ਆਪਸ਼ਨ ਹੈ ਨਹੀਂਗਾ ਵੀ ਵਰਕ ਪਰਮਿਟ ਤੁਸੀਂ ਨਹੀਂ ਪਵਾ ਸਕਦੇ ਹਜੇ, ਤਾਂ ਤੁਸੀਂ SSC ਵੀਜ਼ਾ ਪਵਾ ਲਓ, ਹੈ ਨਾ। ਸੋ ਬਾਈ ਹੁਣਾਂ ਨਾਲ ਗੱਲਬਾਤ ਹੋਈ, ਬਾਈ ਹੁਣਾਂ ਤੁਸੀਂ SSC ਵੀਜ਼ਾ ਲਵਾਇਆ ਤੇ ਮੈਨੂੰ ਲੱਗਦਾ ਵੀ ਬਾਈ 17 ਜਾਂ 18 ਦਿਨਾਂ ਦੇ ਵਿੱਚ ਬਾਈ ਹੁਣਾਂ ਕੋਲ ਸਾਡਾ SSC ਵੀਜ਼ਾ ਅਪਰੂਵਲ ਹੋ ਕੇ, ਜਿੱਦਾਂ ਵੀ ਬਾਈ ਹੁਣਾਂ ਨੇ ਫਾਈਲ ਲਾਈ, ਆ ਗਿਆ। ਤੇ ਉਦੋਂ ਬਾਅਦ ਸਾਰੇ ਨਾਲ ਜਿੱਦਾਂ ਵੀ ਜਾਣਕਾਰੀਆਂ ਹੁੰਦੀਆਂ ਰਹੀਆਂ। ਸੋ ਇੱਕ ਕਿੱਸਾ ਬਾਈ ਤਾਂ ਸ਼ਾਇਦ ਨਾ ਦੱਸੇ ਪਰ ਮੈਂ ਜ਼ਰੂਰ ਦੱਸ ਦਿੰਦਾ। ਉਸ ਟਾਈਮ ਸਾਡੇ ਨਾਲ ਦੇ ਸੀ ਕੋਈ, ਤੇ ਉੱਥੇ ਇੱਕ ਮੁੰਡਾ ਸੀਗਾ ਜੀ, ਤੇ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਨੇ ਬਾਈ ਕੋਲੇ ਫਾਈਲ ਲਾਈ ਹੋਈ ਸੀਗੀ। ਤੇ ਮੈਨੂੰ ਬਹੁਤ ਵਧੀਆ ਲੱਗਿਆ, ਮੈਂ ਐ ਨਹੀਂ ਕਹਿ ਰਿਹਾ ਵੀ ਮੈਂ ਇੱਕ ਕੈਮਰਾ ਦੇ ਔਨ ਕੈਮਰਾ ਦੇ ਸਾਹਮਣੇ ਕਹਿ ਰਿਹਾ, ਪਰ ਮੈਨੂੰ ਉਦੋਂ ਪਹਿਲਾਂ ਵੀ ਗੱਲ ਕਹੀ ਮੈਂ ਕਈ ਜਣਿਆਂ ਕੋਲੇ, ਸੋ ਸਾਰਿਆਂ ਕੋਲੇ ਬਾਈ ਆ ਗੱਲ ਪਹੁੰਚੀ, ਬਹੁਤ ਵਧੀਆ ਲੱਗਿਆ। ਸੋ ਬਾਈ ਆ ਕੇ ਨਾ ਉਹਨੂੰ ਜਦੋਂ ਬਾਈ ਨੂੰ ਪਤਾ ਲੱਗਿਆ ਵੀ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੁੰਡੇ ਦੀ, ਤੇ ਬਾਈ ਆ ਕੇ ਉਹਨਾਂ ਨੂੰ ਉਹਦੇ ਰੁਪਈਏ ਵਾਪਸ ਕਰਕੇ ਗਿਆ ਕੁਛ, ਤੇ ਸਾਨੂੰ ਵੀ ਹੌਸਲਾ ਹੋਇਆ ਵੀ ਯਾਰ ਬਾਈ ਬੰਦਾ ਹੋਣਾ ਚਾਹੀਦਾ ਇਹੋ ਜਿਹਾ, ਕਿਉਂਕਿ ਆਪਾਂ ਹੁਣ ਹਾਲਾਤ ਦੇਖਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਕਿਸੇ ਨੂੰ ਕਿਸੇ ਤੱਕ ਕੋਈ ਟਾਈਮ ਹੈ ਨਹੀਂ, ਪਰ ਹਜੇ ਵੀ ਬਾਈ ਬਹੁਤ ਵਧੀਆ ਸਾਰੇ ਕੰਮ ਕਰ ਰਿਹਾ। ਸੋ ਬਾਈ ਜਿਨ੍ਹਾਂ ਦੀ ਹੈਲਪ ਦੀ ਲੋੜ ਹੁੰਦੀ ਜਿਹਨੂੰ, ਸੋ ਬਾਈ ਉਹਨਾਂ ਦੀ ਹੈਲਪ ਵੀ ਕਰਦਾ ਜੀ। ਸੋ ਇਹੋ ਜਿਹੇ ਬੰਦੇ ਨਾਲ ਆਪਾਂ ਨੂੰ ਜੁੜ ਕੇ ਚੱਲਣਾ ਚਾਹੀਦਾ ਜੀ। ਸੋ ਆਪਾਂ ਗੱਲਬਾਤ ਕਰਦੇ ਹਾਂ ਬਾਈ ਜੀ ਆਪਣੇ ਪਿੰਡ ਤੋਂ। ਹਾਂਜੀ ਵੀਰੇ, ਕਿਹੜਾ ਪਿੰਡ ਆ ਬਾਈ ਜੀ ਤੁਹਾਡਾ? ਵੀਰੇ ਦੋਲੋ ਕਲਾਂ ਪਿੰਡ ਆ ਲੁਧਿਆਣੇ ਜ਼ਿਲ੍ਹੇ 'ਚ ਜੀ। ਹਾਂਜੀ, ਅਤੇ ਉੱਥੋਂ ਜੰਮੇ ਪਲੇ ਜੱਦੀ ਪਿੰਡ ਆਪਣਾ ਉੱਥੇ ਹੀ ਹੈ ਜੀ ਜੀ, ਅਤੇ ਪਹਿਲਾਂ ਤੋਂ ਸਾਰੇ ਉੱਥੋਂ ਹੀ ਹੈਗੇ ਆ ਜੀ। ਅੱਛਾ ਜੀ, ਹਾਂਜੀ। ਸਟੱਡੀ ਵਗੈਰਾ ਬਾਈ ਜੀ ਫਿਰ ਉੱਥੇ ਹੋਈ? ਹਾਂਜੀ ਵੀਰੇ, 12ਵੀਂ 'ਚ ਆ ਗਿਆ ਸੀ ਮੈਂ, 2014 'ਚ 12ਵੀਂ ਕਰਕੇ ਇੱਥੇ ਆ ਗਿਆ ਸੀਗਾ। ਅੱਛਾ, ਅਤੇ 12ਵੀਂ ਤਾਂ ਹੈਗੀ ਹੈ ਮੇਰੀ ਮੈਡੀਕਲ 'ਚ ਪਲੱਸ ਟੂ, ਅਤੇ ਇੱਥੇ ਆ ਕੇ ਬਿਜ਼ਨਸ ਦਾ ਕੋਰਸ ਮਿਲ ਗਿਆ 2014 'ਚ ਲੈਵਲ 5-6 ਦਾ ਜੀ, ਅਤੇ ਕੰਮ ਮੈਂ ਕੀਤਾ ਵੀਰੇ ਪਿਛਲੇ 8 ਸਾਲ ਹਾਰਟੀਕਲਚਰ 'ਚ, ਅਤੇ ਫਿਰ ਇੱਧਰ ਇਮੀਗ੍ਰੇਸ਼ਨ 'ਚ ਚੇਂਜ ਹੋ ਗਏ। ਅੱਛਾ ਜੀ, ਹਾਂਜੀ। ਉਦੋਂ ਬਾਅਦ ਫਿਰ ਬਾਈ ਸਲਾਹਕਾਰ ਬਣ ਗਏ? ਫਿਰ ਵੀਰੇ ਸਲਾਹਕਾਰ ਬਣ ਗਏ ਤੁਹਾਡੇ ਸਾਰਿਆਂ ਦੇ ਪਿਆਰ ਨਾਲ, ਵਧੀਆ। ਚਲੋ ਮਹਾਰਾਜ ਨੇ, ਪਰਮਾਤਮਾ ਨੇ ਜਿੱਥੇ ਰੱਖਿਆ ਵੀਰੇ, ਵਧੀਆ। ਜਦੋਂ ਦੇ ਆਇਆ ਮੈਂ ਕਹਾਂ ਵੀ ਬਹੁਤ ਵਧੀਆ ਚੱਲੀ ਆਉਂਦਾ ਜੀ ਜੀ। ਅਤੇ ਬਾਈ ਸਟੱਡੀ ਵਗੈਰਾ ਤੁਹਾਡੀ ਸ਼ੁਰੂ ਤੋਂ ਉੱਥੋਂ 12ਵੀਂ ਤੱਕ ਉੱਥੇ ਹੋਈ, ਉਦੋਂ ਬਾਅਦ ਤੁਸੀਂ ਨਿਊਜ਼ੀਲੈਂਡ ਆ ਗਏ 12ਵੀਂ ਤੋਂ ਬਾਅਦ? ਹਾਂਜੀ, 12ਵੀਂ ਤੋਂ ਬਾਅਦ ਵੀਰੇ ਮੈਂ 18 ਸਾਲ ਦਾ ਸੀਗਾ, 18 ਮੈਨੂੰ ਲੱਗਦਾ 18 ਸਾਢੇ 18 ਸਾਲ ਦਾ ਜਦੋਂ ਮੈਂ ਆ ਗਿਆ ਸੀ ਜੀ। ਫਿਰ ਇੱਥੇ ਬਿਜ਼ਨਸ ਦੀ ਸਟੱਡੀ ਕੀਤੀ 2 ਸਾਲ ਦੀ ਸੀਗੀ ਵੀਰੇ, ਉਹ 2014 'ਚ। ਉਦੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਮਿਲ ਗਿਆ, ਫਿਰ ਅਸੈਂਸ਼ੀਅਲ ਸਕਿੱਲ ਵੀਜ਼ਾ, ਅਤੇ ਹਾਰਟੀਕਲਚਰ ਖੇਤਾਂ 'ਚ ਹੇਸਟਿੰਗ ਹੀ ਰਿਹਾ ਮੈਂ ਸ਼ੁਰੂ ਤੋਂ, ਅਤੇ ਉੱਥੇ 8 ਸਾਲ ਦੀ ਜੋਬ ਹੈਗੀ ਹੈ ਵੀਰੇ। ਅੱਛਾ ਜੀ, ਹਾਂਜੀ ਹਾਂਜੀ। ਕਿਹੜੇ ਈਅਰ 'ਚ ਆਏ ਸੀ ਬਾਈ ਤੁਸੀਂ ਇੱਥੇ? 2014 'ਚ ਵੀਰੇ, 2014 10 ਅਗਸਤ 2014 ਰਾਤ ਨੂੰ 11:30 ਵਜੇ ਮੈਂ ਲੈਂਡ ਹੋਇਆ। ਠੀਕ ਆ, ਟਾਈਮ ਵੀ ਬਾਈ ਯਾਦ ਆ? ਟਾਈਮ ਯਾਦ ਆ ਬਾਈ, ਕਿਉਂਕਿ ਉਹ ਇਹ ਸੀਗੀ ਫਲਾਈਟ ਵੀ 11:30, ਸਿੰਗਾਪੁਰ ਏਅਰਲਾਈਨ ਦੀ ਸੀ, 11:50 ਜਾਂ 11:30 ਮੈਨੂੰ ਯਾਦ ਆ ਵੀ ਲੈਂਡ ਹੋਇਆ ਸੀ, ਕਿਉਂਕਿ ਜਦੋਂ ਵੀ ਔਕਲੈਂਡ ਆਉਣਾ ਉਹ ਦਿਨ ਯਾਦ ਆ ਜਾਂਦਾ ਬਾਈ।
ਆ ਜਾਂਦਾ ਹੈ। ਹਾਂਜੀ ਬਹੁਤ ਘੱਟ ਆ ਔਕਲੈਂਡ ਮੈਂ, ਪਰ ਜਿੱਦਣ ਵੀ ਉਹਨਾਂ ਦਿਨ ਜ਼ਰੂਰ ਜਾ ਦਿੰਦੇ ਵੀ ਇੱਥੇ ਉੱਤਰੇ ਸੀ ਜੀ। ਹਾਂਜੀ ਬਾਈ ਇੱਕ ਗੱਲ ਆ ਵੀ ਘਰੋਂ ਛੱਡ ਕੇ ਆਉਣਾ ਦੂਜੇ ਮੁਲਕਾਂ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਬਾਈ। ਮੈਂ ਹਰੇਕ ਦਾ ਸੁਭਾਅ ਹੁੰਦਾ, ਮੈਂ ਐਵੇਂ ਕਹਾਂ ਬਾਹਲਾ ਘਰੋਂ ਬਾਹਰ ਗਿਆ ਵੀ ਨਹੀਂ ਸੀ, ਪਰ ਇੱਥੇ ਆ ਕੇ ਇੱਕ ਤਾਂ ਇਹ ਆ ਵੀ ਇੱਥੇ ਰਿਸ਼ਤੇਦਾਰ ਸੀਗੇ ਮੂਹਰੇ, ਮਾਸੀ ਦਾ ਮੁੰਡਾ ਸੀ ਜਿਹਨੇ ਸਾਂਭਿਆ, ਅਤੇ ਉਦੋਂ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਸਰਕਲ ਮਿਲਿਆ ਜਾਂ ਮੁੰਡੇ ਵੀ ਨਾਲ ਦੇ ਕੰਮ ਕਰਨ ਵਾਲੇ ਬੜੇ ਵਧੀਆ ਮਿਲੇ। ਔਖਾ ਜ਼ਰੂਰ ਲੱਗਿਆ ਬਾਈ, ਪਰ ਫਿਰ ਵੀ ਜੇ ਸੋਚੀਦਾ ਬਹੁਤਿਆਂ ਨਾਲੋਂ ਚੰਗੇ ਵੀ ਰਹੇ ਹਾਂ, ਅਤੇ ਹੋ ਸਕਦਾ ਕਈ ਮੇਰੇ ਤੋਂ ਵੀ ਸੌਖੇ ਹੋਣ, ਉਹਨਾਂ ਨਾਲੋਂ ਥੋੜ੍ਹਾ ਬਹੁਤਾ ਔਖਾ ਟਾਈਮ ਵੀ ਕੱਢਿਆ। ਹਾਂਜੀ ਹਾਂਜੀ, ਪਰ ਇੱਕ ਗੱਲ ਆ ਬਾਈ ਵੀ ਚਲੋ ਆਪਾਂ ਹੈ ਨਾ ਵੀ ਘਰੇ ਰਹੀਏ ਚਾਹੇ ਹੈ ਨਾ ਵੀ ਆਪਦੇ ਕੰਮ ਪ੍ਰਤੀ ਰਹੀਏ, ਪਰ ਘਰ ਨਾਲ ਜਿਹੜਾ ਮੂੰਹ ਆ ਬਾਈ ਉਹ ਤਾਂ ਹੁੰਦਾ ਹੀ ਬਾਈ। ਜਿਹੜੀ ਸਭ ਤੋਂ ਪਹਿਲੀ ਚੀਜ਼ ਮੈਨੂੰ ਲੱਗੀ ਨਾ, ਮੈਂ ਉੱਦਾਂ ਗੱਲਾਂ ਸਾਰਿਆਂ ਨਾਲ ਕਰਦਾ, ਮੈਂ ਦੱਸਾਂ 'ਚ ਵੀ ਬੜਾ ਟਾਈਟ ਜਿਹਾ ਕੰਮ ਮਹਿਸੂਸ ਹੋਇਆ ਜੀ, ਵੀ ਜਦੋਂ ਤੁਸੀਂ ਖੁੱਲ੍ਹੇ ਡੁੱਲੇ ਮਾਹੌਲ 'ਚ ਵਿਹੜੇ ਵਾਲੇ ਘਰ ਹੋਣ, ਖੁੱਲ੍ਹੇ ਵਿਹੜੇ 'ਤੇ ਇੱਕਦਮ ਇੱਥੇ ਆ ਕੇ ਟਾਈਟ ਜਿਹੇ 'ਚ ਰਹਿ ਜਾਣਾ ਨਾ, ਉਹ ਬੜਾ ਮਹਿਸੂਸ ਹੋਇਆ ਥੋੜ੍ਹਾ ਟਾਈਮ ਵੀ ਨਹੀਂ ਯਾਰ ਕਿੱਥੇ ਜੇ ਆ ਗਏ ਕਿਵੇਂ ਆ ਗਏ। ਪਰ ਬਾਕੀ ਬਾਈ ਜੇ ਸੋਚੀਏ ਵੀ ਪਰਮਾਤਮਾ ਜਿੱਥੇ ਲਿਆਉਂਦਾ ਵਧੀਆ ਹੀ ਹੁੰਦਾ, ਸ਼ਾਇਦ ਇੰਡੀਆ ਕੋਈ ਡਿਗਰੀ ਵੀ ਕਰ ਲੈਂਦਾ ਇੱਥੇ ਤੱਕ ਨਾ ਆਉਂਦਾ ਜਿੱਥੇ ਅੱਜ ਰੱਬ ਨੇ ਲਿਆ ਕੇ ਬਿਠਾਤਾ ਜੀ। ਹਾਂਜੀ, ਪਰ ਬਾਈ ਪਿੰਡ ਦੀ ਯਾਦ ਅਤੇ ਜਿੱਥੋਂ ਬਚਪਨ ਬੀਤਿਆ ਹੋਵੇ ਉਹ ਤਾਂ ਹਮੇਸ਼ਾ ਬੰਦੇ ਲਈ ਯਾਦ ਆ ਰਹੇ, ਉਹ ਤਾਂ ਆਪਾਂ ਜੇ ਕਹਿ ਦਈਏ ਜੋ ਕੋਈ ਕਹਿ ਵੀ ਦੇਵੇ ਨਾ ਵੀ ਹਾਂ ਮੈਨੂੰ ਯਾਦ ਨਹੀਂ ਆਉਂਦਾ, ਉਹ ਝੂਠ ਆ ਬਾਈ ਜਿੱਥੇ ਤੱਕ ਮੇਰੀ ਸੋਚ ਆ। ਕਿਉਂਕਿ ਜਿੱਥੇ ਤੁਸੀਂ ਬਾਈ 18 ਸਾਲ ਕੱਢਤੇ ਅਤੇ ਉਹਦੀ ਯਾਦ ਤੁਹਾਨੂੰ ਸਾਰੀ ਉਮਰ ਰਹਿਣੀ ਰਹਿਣੀ ਜੀ, ਅਤੇ 18 ਸਾਲ ਵੀ ਉਹ ਕਹਿ ਲਓ ਵੀ ਬੰਦੇ ਨੂੰ ਕੋਈ ਫਿਕਰ ਨਹੀਂ ਹੁੰਦੀ ਜੀ, ਬੰਦਾ 10 ਦਿਨ ਰਿਹਾ ਵੀ ਉੱਥੋਂ ਦਾ ਮੂੰਹ ਹੋਣ ਲੱਗ ਜਾਂਦਾ, ਤਾਂ ਫਿਰ ਪਿੰਡ 'ਚ ਜਿੱਥੇ ਕਹਿ ਲਈਏ ਵੀ ਇੰਨੇ ਸਾਲ ਕੱਢੇ ਆ ਜਾਂ ਤੁਹਾਡੇ ਯਾਰ ਦੋਸਤ ਤੁਹਾਡਾ ਪਰਿਵਾਰ ਆ, ਉਹ ਚੀਜ਼ਾਂ ਦਾ ਬਾਈ ਆਉਂਦਾ ਹੁੰਦਾ ਮੂੰਹ ਤਾਂ ਆਉਂਦਾ ਜੀ। ਸੋ ਬਾਈ ਤੁਸੀਂ ਪਿੰਡ ਤੋਂ ਨਿਊਜ਼ੀਲੈਂਡ ਪਹੁੰਚੇ, ਸੋ ਆਪਾਂ ਸਟੂਡੈਂਟ ਬੰਦੇ ਨੂੰ ਕਹਿ ਦਿੰਦੇ ਹਾਂ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਤੁਸੀਂ ਵੀ ਮੈਨੂੰ ਲੱਗਦਾ ਵੀ ਜ਼ਰੂਰ ਤੁਸੀਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਊਗਾ ਬਾਈ। ਕੀਤਾ, ਪਹਿਲੀ ਪ੍ਰੋਬਲਮ ਤਾਂ ਜੋ ਸਾਰਿਆਂ ਦੀ ਆਉਂਦੀ ਅੰਗਰੇਜ਼ੀ 'ਚ ਹੱਥ ਟੈਟ ਜੀ, ਅਤੇ ਮੈਨੂੰ ਯਾਦ ਆ ਪਹਿਲਾਂ ਤਾਂ ਮੇਰਾ ਜਿਹੜਾ ਕਾਲਜ ਦਾ ਸੀ ਮੈਨੂੰ ਕੋਈ ਬਾਹਲਾ ਸਮਝ ਨਹੀਂ ਲੱਗਿਆ। ਅੱਛਾ ਜੀ। ਪਰ ਫਿਰ ਜਾਂ ਕੰਮ ਕਰਦਾ ਨਹੀਂ ਮੈਨੂੰ ਪ੍ਰੋਬਲਮ ਆਈ, ਕਿਉਂਕਿ ਰਿਸ਼ਤੇਦਾਰ ਹੋਣ ਕਰਕੇ ਕੰਮ ਮੈਨੂੰ ਸਟੂਡੈਂਟ ਵੀਜ਼ੇ 'ਤੇ ਵੀ ਜਿਹੜਾ 20 ਘੰਟੇ ਸੀ ਮਿਲੀ ਗਿਆ, ਜਾਂ ਉਦੋਂ ਬਾਅਦ ਵੀ ਜੀ, ਵੀ ਪਰਮਾਤਮਾ ਨੇ ਉਹ ਕੰਨੀ ਥੋੜ੍ਹੀ ਕਹਿ ਲਓ ਵੀ ਤਰਸ ਰੱਖਿਆ ਆਪਣੇ 'ਤੇ ਜੀ, ਮਿਲ ਗਿਆ। ਫਿਰ ਰਹਿਣ ਸਹਿਣ ਦੀ ਪ੍ਰੋਬਲਮ ਜ਼ਰੂਰ ਆਈ ਆ, ਪਰ ਇਹ ਕਹਿ ਲਓ ਵੀ ਇੰਡੀਆ ਤੋਂ ਪਰਿਵਾਰ ਤੋਂ ਦੂਰ ਸੀ ਬੰਦੇ ਨੂੰ ਮਹਿਸੂਸ ਹੁੰਦਾ ਜੀ, ਪਰ ਫਿਰ ਵੀ ਚਲੋ ਜਿਹੜਾ ਸਰਕਲ ਸੀ ਵਧੀਆ ਮਿਲ ਗਿਆ, ਨਾਲ ਦੇ ਯਾਰ ਦੋਸਤ ਬੜੇ ਵਧੀਆ ਸੀ, ਅੱਜ ਵੀ ਉਹਨਾਂ ਨਾਲ 2014 ਤੋਂ ਅਸੀਂ ਇਕੱਠੇ ਹਾਂ ਜੀ, ਅਤੇ 10 ਸਾਲ ਹੋ ਗਏ ਅੱਜ ਵੀ ਹੈਗੇ, ਉਹ ਵੀ ਚਲੋ ਫੈਮਿਲੀ ਵਾਲੇ ਹੋ ਗਏ, ਫਿਰ ਵੀ ਮਿਲ ਵਰਤਣ, ਉਹ ਚੀਜ਼ ਬੜੀ ਵਧੀਆ ਰਹੀ ਵੀਰੇ, ਉਹਨੇ ਸਮਾਂ ਥੋੜ੍ਹਾ ਜਿਹਾ ਕਹਿ ਲਓ ਸਿਖਾਲਾ ਕਰਤਾ ਜੀ। ਹਾਂਜੀ। ਸੋ ਬਾਈ ਪਹਿਲੇ ਦਿਨ ਤੁਸੀਂ ਇੱਥੇ ਆਏ ਵੀ ਹੈ ਨਾ, ਉਦੋਂ ਬਾਅਦ ਤੁਸੀਂ ਚਲੋ ਸਟੱਡੀ ਕੀਤੀ, ਸਟੱਡੀ ਬਾਈ ਤੁਹਾਡੀ ਕਿੰਨੇ ਟਾਈਮ ਦੀ ਸੀਗੀ? ਵੀਰੇ 18 ਕੁ ਮਹੀਨੇ ਦਾ ਕੋਰਸ ਸੀਗਾ, ਲੈਵਲ 5-6 ਦਾ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਸੀ ਜੀ, ਉਦੋਂ ਮੋਸਟਲੀ ਉਹੀ ਚੱਲਦਾ ਸੀ ਜੀ। ਹਾਂਜੀ, ਉਹ ਕੀਤਾ ਸੀਗਾ ਅਤੇ 18 ਕੁ ਮਹੀਨੇ ਦਾ ਸੀਗਾ। ਇਹਦੇ 'ਚ PR ਵੀ ਹੋਣੀ ਬਈ ਉਸ ਟਾਈਮ? ਹਾਂਜੀ ਵੀਰੇ, ਉਹਦੇ ਵਿੱਚ ਇਹ ਸੀਗਾ ਵੀ ਉਦੋਂ ਬਾਅਦ 'ਚੋਂ ਅਸੈਂਸ਼ੀਅਲ ਸਕਿੱਲ ਵਰਕ ਵੀਜ਼ਾ ਹੁੰਦਾ ਸੀ, ਅਤੇ ਇੰਪਲੋਇਰ ਤੁਹਾਨੂੰ ਸਪੋਰਟ ਕਰ ਦੇਵੇ ਉਹ 'ਚ PR ਹੋ ਜਾਂਦੀ ਸੀ ਜੀ, ਅਤੇ ਇੰਪਲੋਇਰ ਵੀ ਵਧੀਆ ਗੋਰਾ ਮਿਲਿਆ ਵੀਰੇ, ਜਿਹਦੇ ਨਾਲ 8 ਸਾਲ ਮੈਂ ਕੰਮ ਕੀਤਾ, ਅਤੇ ਐਜ਼ ਆ ਕੈਜੂਅਲ ਵਰਕਰ ਸਟਾਰਟ ਕੀਤਾ ਸੀਗਾ, ਅਤੇ ਜਿੱਦਣ ਮੈਂ ਕੰਮ ਛੱਡਿਆ ਤਾਂ ਕਸਟਮਰ ਫੀਲਡ ਮੈਨੇਜਰ ਸੀ, ਵਧੀਆ ਪੋਸਟ ਤੋਂ ਰਿਜ਼ਾਈਨ ਦਿੱਤਾ, ਉਹਨਾਂ ਨੇ ਬਹੁਤ ਸਪੋਰਟ ਕੀਤੀ ਬਾਈ ਜੀ। ਰੱਬ ਨੇ ਮੈਂ ਕਹਾਂ ਵੀ ਬਹਾਨੇ ਨਾਲ ਬੰਦੇ ਉਹੋ ਜਿਹੇ ਬਣਾਤੇ ਵੀ ਜਿਨ੍ਹਾਂ ਨੇ ਰੱਜ ਕੇ ਸਪੋਰਟ ਕੀਤੀ ਜੀ। ਜੇ ਅੱਜ ਵੀ ਮੈਂ ਸੋਚਦਾ ਵੀ ਇੱਥੇ ਬੈਠਾ ਵਾਂ ਤਾਂ ਜਿਹੜੇ ਬੰਦੇ ਨੇ ਮੈਨੂੰ ਆਏ ਨੂੰ ਸਾਂਭਿਆ ਵੀਰੇ, ਅਤੇ ਜਾਂ ਜਿਹੜਾ ਮੈਨੂੰ ਇੰਪਲੋਇਰ ਮੇਰਿਆ ਗੋਰਾ ਉਹਨੇ ਸਪੋਰਟ ਕੀਤੀ, ਜਾਂ ਫਰੈਂਡ ਸਰਕਲ ਨੇ, ਅੱਜ ਵੀ ਮੈਂ ਕਹਾਂ ਵੀ ਉਹਨਾਂ ਦੀ ਬਦੌਲਤ ਹੀ ਇੱਥੇ ਬੈਠਾ ਵਾਂ। ਸਪੋਰਟ ਤਕਰੀਬਨ ਸਾਰਿਆਂ ਨੇ, ਪਰਿਵਾਰ ਨੇ ਤਾਂ ਚਲੋ ਪਰਿਵਾਰ ਦਾ ਤਾਂ ਹੁੰਦਾ ਵੀ ਕਰਨੀ ਹੁੰਦੀ ਆ, ਪਰ ਜਿਹੜੇ ਬੰਦੇ ਮਿਲੇ ਜਾਂ ਕਈ ਸਰਕਲ, ਆਪਾਂ ਪਹਿਲੋਂ ਵੀ ਕੈਮਰੇ ਤੋਂ ਪਹਿਲਾਂ ਗੱਲ ਕਰਦੇ ਸੀ ਵੀ ਬੰਦੇ ਮਿਲੇ, ਸਪੋਰਟ ਬਹੁਤ ਕੀਤੀ ਬਾਈ ਸਾਰੇ ਜੀ।
ਸੋ ਬਾਈ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਵੀ ਜਦੋਂ ਬੰਦਾ ਨਵਾਂ ਆਉਂਦਾ ਹੈ ਨਾ, ਸੋ ਕਈ ਚੀਜ਼ਾਂ ਦਾ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਬਹੁਤ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ, ਤੁਸੀਂ ਤੁਹਾਡੇ ਇਹਦੇ ਬਾਰੇ ਕੀ ਰਾਏ? ਮੇਰੇ ਵੀ ਇਹ ਆ ਵੀ ਇੱਕ ਤਾਂ ਪਹਿਲੋਂ ਮਤਲਬ ਜਿਹੜੇ ਏਜੰਟ ਕਹਿ ਲਓ ਇੰਡੀਆ ਤੋਂ ਜਾਂ ਜਿਹੜੇ ਐਡਵਾਈਜ਼ਰ, ਉਹਨਾਂ ਦਾ ਵੀ ਫਰਜ਼ ਬਣਦਾ ਵੀ ਜੇ ਕੋਈ ਬੰਦਾ ਨਵਾਂ ਉਹਨਾਂ ਨੂੰ ਐਟਲੀਸਟ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਦੇਵੋ ਵੀ ਉੱਥੇ ਜਾ ਕੇ ਆਹ ਸੀਨ ਆ ਜੀ, ਉਹਦੇ ਆਲੇ ਦੁਆਲੇ ਕੀ ਹੈਗਾ, ਤੁਸੀਂ ਗਰੋਸਰੀ ਕਿੱਥੋਂ ਲੈਣੀ ਆ ਜਾਂ ਜਿਹੜੀ ਵੀ ਚੀਜ਼ ਆ, ਵੀ ਕੁਛ ਵੀ ਬੰਦੇ ਨੂੰ ਆਪਦਾ ਕਰਨ ਤੋਂ ਪਹਿਲਾਂ ਸਟੈਪ ਚੱਕਣ ਤੋਂ ਪਹਿਲਾਂ ਥੋੜ੍ਹੀ ਬਹੁਤੀ ਸਰਚ ਕਰ ਲੈਣੀ ਚਾਹੀਦੀ ਜੀ, ਵੀ ਉਹ ਚੀਜ਼ ਦਾ ਬਹੁਤ ਫਾਇਦਾ ਰਹਿੰਦਾ ਵੀ ਇੱਥੇ ਆ ਕੇ। ਸੋ ਬਾਈ ਇੱਕ ਗੱਲ ਆ, ਜਿੱਦਾਂ ਹੁਣ ਆਪਣੇ ਇੰਡੀਆ ਤੋਂ ਏਜੰਟ ਹੁੰਦੇ ਆ ਹਾਂਜੀ, ਆਪਾਂ ਗੱਲ ਕਰਦੇ ਹਾਂ ਹੁਣ ਵੀਜ਼ਿਆਂ ਬਾਰੇ ਅਤੇ ਸਟੱਡੀ ਬਾਰੇ ਅਤੇ ਵਰਕ ਬਾਰੇ, ਆਪਾਂ ਉੱਧਰ ਨੂੰ ਹੁਣ ਚੱਲਦੇ ਹਾਂ। ਸੋ ਕਈ ਵਾਰੀ ਉਹ ਜਿੱਦਾਂ ਸਟੱਡੀ ਪਵਾ ਦਿੰਦੇ ਆ ਬਾਈ, ਜਿੱਦਾਂ ਲੈਵਲ 4 ਦੀ, ਲੈਵਲ 5 ਦੀ, ਸੋ ਕਈ ਵਾਰੀ ਬੰਦੇ ਨੂੰ ਐਂ ਹੁੰਦਾ ਵੀ ਆਪਾਂ ਸਪਾਊਸ ਵੀਜ਼ੇ 'ਤੇ ਆਪਾਂ ਨਾ ਲਏ ਹੈ ਨਾ, ਸੋ ਆਪਾਂ ਜਾ ਕੇ ਵੀ ਹਰੇਕ ਬੰਦੇ ਨੂੰ ਬਾਈ ਹੁੰਦਾ ਵੀ ਆਪਾਂ ਉਬਰ ਕਰ ਲਵਾਂਗੇ ਜਾਂ ਕੋਈ ਇੱਦਾਂ ਦਾ ਕਰ ਲਵਾਂਗੇ, ਸੋ ਆਪਾਂ ਇੱਥੇ ਆ ਕੇ ਬਾਈ ਦੇਖਦੇ ਹਾਂ ਇਹੋ ਜਿਹਾ ਕੁਛ ਵੀ ਨਹੀਂ ਹੁੰਦਾ ਹੈ ਨਾ ਜੀ। ਤੁਸੀਂ ਬਾਈ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਜਾ ਉਹਨਾਂ ਨੂੰ ਦੱਸਣਾ ਚਾਹੀਦਾ ਜਾਂ ਅੱਧ ਵਿਚੱਧੀ ਗੱਲ ਕਰਕੇ ਉਹਨਾਂ ਦੇ ਵੀਜ਼ੇ ਲਵਾਏ ਜਾਂਦੇ ਆ? ਅਸਲ ਵਿੱਚ ਵੀਰੇ ਏਜੰਟਾਂ ਦਾ ਤਾਂ ਕਸੂਰ ਹੈਗਾ ਹੀ ਹੈਗਾ, ਇਹ 'ਚ ਕੋਈ ਸ਼ੱਕ ਨਹੀਂ ਵੀ ਝੂਠ ਬੋਲਿਆ, ਪਰ ਮੈਂ ਥੋੜ੍ਹਾ ਜਿਹਾ ਇਹ ਵੀ ਕਹੂੰਗਾ ਵੀ ਜਿਹੜਾ ਬੰਦਾ ਵੀਜ਼ਾ ਲਵਾਉਂਦਾ ਹੁਣ ਬਾਈ ਗੂਗਲ 'ਤੇ ਤੁਸੀਂ ਵੈਰੀਫਾਈ ਸਾਰਾ ਕੁਛ ਕਰ ਸਕਦੇ, ਸਾਰੇ ਰੂਲ ਪਏ ਆ ਤੁਹਾਨੂੰ, ਮਤਲਬ ਏਜੰਟ 'ਤੇ ਨਹੀਂ ਵੀ ਯਕੀਨ ਜਾਂ ਕਿਸੇ ਕੋਈ ਐਡਵਾਈਜ਼ਰ ਫੀਸ ਲੈ ਰਿਹਾ ਨਾ ਤੁਹਾਨੂੰ ਦੱਸਣ ਦੀ ਵੀ, ਆਹ ਸਲਾਹ ਦੇਣ ਦੀ ਵੀ, ਤੁਸੀਂ ਇਮੀਗ੍ਰੇਸ਼ਨ ਨੂੰ ਫੋਨ ਲਾ ਕੇ ਵੀ ਪੁੱਛ ਸਕਦੇ ਹੋ, ਪਰ ਉਹਦਾ ਇਹ ਆ ਵੀ ਜੇ ਤੁਸੀਂ ਲੈਵਲ 4-5 ਤੇ ਉਹਨੂੰ ਇੱਕ ਤਾਂ ਇਹ ਉਹਦਾ ਵੀਰੇ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਦਾ, ਉਹ 'ਚ ਇਹ ਆ ਵੀ ਇੱਕ ਵਾਰੀ ਉੱਥੋਂ ਏਜੰਟਾਂ ਨੇ ਆਪਦੇ ਪੈਸੇ ਬਣਾ ਲਏ, ਤੁਹਾਨੂੰ ਲੈਵਲ 4 ਦੀ ਲੈਵਲ 5 ਦੀ ਸਟੱਡੀ ਦੇ ਦਿੱਤੀ, ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਣਾ ਅਨਲੈਸ ਜਿਹੜਾ ਤੁਹਾਡਾ ਕੋਰਸ ਆ ਉਹ ਗ੍ਰੀਨ ਲਿਸਟ ਦੇ ਵਿੱਚ ਆ, ਤੇ ਉਹਨਾਂ ਨੇ ਪ੍ਰੋਪਰ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਲਿਸਟ ਆ, ਅਗਰ ਉਹ 'ਚ ਕੋਈ ਕੋਰਸ ਆ ਫਿਰ ਤੁਹਾਨੂੰ ਜਿਹੜਾ ਉਹ ਮਿਲ ਸਕਦਾ, ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਨਹੀਂ ਜਾਂ ਤੁਹਾਨੂੰ ਲੈਵਲ 7 ਦੀ ਬੈਚਲਰ ਡਿਗਰੀ ਹੋਵੇ ਜਾਂ ਲੈਵਲ 8 ਜਾਂ 9 ਹੋਵੇ ਫਿਰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ, ਅਤੇ ਉਹਦੇ 'ਚ ਤੁਸੀਂ ਆਪਦੇ ਪਾਰਟਨਰ ਨੂੰ ਵੀ ਸਪੋਰਟ ਕਰ ਸਕਦੇ ਹੋ ਜੀ ਲੈਵਲ 8-9 ਦੇ ਵਿੱਚ ਜੀ। ਆਪਾਂ ਬਾਈ ਗੱਲ ਕਰਦੇ ਹਾਂ, ਚਲੋ ਤੁਹਾਡੀ ਗੱਲ ਵੀ ਮੈਨੂੰ ਸਿਰ ਮੱਥੇ ਬਹੁਤ ਵਧੀਆ ਲੱਗੀ, ਪਰ ਮੈਂ ਤੁਹਾਨੂੰ ਆਪਦੀ ਗੱਲ ਹੀ ਦੱਸਦਾ ਵੀ ਮੈਂ ਬਾਈ ਵਿਜ਼ਟਰ ਵੀਜ਼ਾ ਲਵਾ ਕੇ ਆਇਆ ਹੈ ਨਾ, ਸੋ ਅੱਗੇ ਵੀ 100 ਪ੍ਰੋਸੈਸ ਹੋ ਜਾਂਦੇ, ਚਲੋ ਵੀਜ਼ਾ ਚੇਂਜ ਹੋ ਜਾਂਦੇ ਹੈ ਨਾ, ਅਤੇ ਪਰ ਇੰਡੀਆ ਵਾਲੇ ਬੰਦਿਆਂ ਨੂੰ ਖਾਸ ਕਰਕੇ ਵਾਕਈ ਨਹੀਂ ਪਤਾ ਵੀ ਲੈਵਲ 4 ਦੀ ਸਟੱਡੀ ਦੇ ਵਿੱਚ ਜਾਂ 5 ਦੀ ਸਟੱਡੀ ਦੇ ਵਿੱਚ ਆਪਾਂ ਅੱਗੇ ਕੀ ਕਰਨਾ। ਤੁਸੀਂ ਕਿਹਾ ਵੀ ਆਪਾਂ ਗੂਗਲ 'ਤੇ ਜਾਂ ਕੁਛ ਵੀ ਸਾਰਾ ਕੁਛ ਚੈੱਕ ਕਰ ਸਕਦੇ ਹਾਂ, ਪਰ ਉਹ ਬਾਈ ਸਿਰਫ ਏਜੰਟ ਦੇ ਸਹਾਰੇ ਬੈਠੇ ਹੁੰਦੇ ਬਾਈ। ਅਸਲ ਮੇਂ ਨਾ ਇਹ ਚੀਜ਼ ਹੈਗੀ ਆ, ਪ੍ਰੋਬਲਮ ਉੱਥੇ ਕੀ ਹੈ, ਹੁਣ ਦੇਖੋ ਏਜੰਟਾਂ ਨੂੰ ਸੁਧਾਰ ਨਹੀਂ ਸਕਦੇ ਬਾਈ, ਉਹ ਜਿੰਨਾ ਤੁਸੀਂ ਮਰਜ਼ੀ ਜ਼ੋਰ ਲਾ ਲਓ ਵੀ ਉਹਨਾਂ ਨੇ ਸੁਧਰਨਾ ਨਹੀਂ, ਜਿਹੜੇ ਜੋ ਇੰਡੀਆ 'ਚ ਹਾਲਾਤ ਬਣੇ ਹੋਏ ਉਹ 'ਚ ਇਹੀ ਆ ਵੀ ਬੰਦੇ ਨੂੰ ਥੋੜ੍ਹਾ ਜਿਹਾ ਆਪ ਬਾਈ ਹੋਣਾ ਪੈਣਾ ਵੀ ਮੈਂ ਆਪਦੀ ਪਹਿਲੋ ਚੀਜ਼ ਆਪ ਵੈਰੀਫਾਈ ਕਰਾਂ, ਜਾਂ ਅੱਜ ਕੱਲ੍ਹ ਗੂਗਲ 'ਤੇ ਜਾਂ ਤੁਸੀਂ ਇੱਥੇ ਜਿਹੜੇ ਲਾਇਸੈਂਸਡ ਐਡਵਾਈਜ਼ਰ ਇੱਕ ਵਾਰੀ ਉਹਨਾਂ ਨਾਲ ਕੰਟੈਕਟ ਕਰ ਲਓ, ਉਹ ਤੁਹਾਨੂੰ ਸਲਾਹ ਦੇ ਦੇਣਗੇ ਵੀ ਇਹਦਾ, ਕਿਉਂਕਿ ਜਦੋਂ ਤੁਹਾਡੇ ਕੋਲ ਲਾਇਸੈਂਸ ਹੁੰਦਾ ਨਾ ਵੀਰੇ, ਹੁਣ ਮੇਰੇ ਕੋਲ ਲਾਇਸੈਂਸ ਆ ਜਾਂ ਜਿੰਨੇ ਲਾਇਸੈਂਸ, ਉਦੋਂ ਇੱਕ ਤੁਹਾਡੀ ਓਬਲੀਗੇਸ਼ਨ ਤੁਹਾਡੇ 'ਤੇ ਜ਼ਿੰਮੇਵਾਰੀ ਬਣ ਜਾਂਦੀ ਆ। ਹੁਣ ਜਿਹੜੇ ਏਜੰਟ ਆ ਉਹਨਾਂ ਕੋਲ ਬਾਈ ਕੋਈ ਲਾਇਸੈਂਸ ਨਹੀਂ, ਉਹਨਾਂ ਨੇ ਕਿਸੇ ਨੂੰ ਜਵਾਬ ਦੇ ਹੀ ਨਹੀਂ ਹੈਗੀ। ਹੁਣ ਮੈਨੂੰ ਪਤਾ ਵੀ ਮੇਰੇ ਕੋਲ ਲਾਇਸੈਂਸ ਆ, ਕਿਸੇ ਨੂੰ ਮੈਂ ਗਲਤ ਸਲਾਹ ਨਹੀਂ ਦੇ ਸਕਦਾ, ਮੇਰੀ ਜ਼ਿੰਮੇਵਾਰੀ ਆ। ਇੱਕ ਲੀਗਲ ਬਾਡੀ ਬੈਠੀ ਆ ਜਿਹੜੀ ਇਹਨੂੰ ਪ੍ਰੋਪਰ IAA ਕਹਿੰਦੇ ਆ, ਜੋ ਇਹਨੂੰ ਰਨ ਕਰ ਰਹੀ ਹੈ, ਤੇ ਉਹਨਾਂ ਨੂੰ ਜਵਾਬ ਦੇ ਹੀ ਹੁੰਦੀ ਹੈ ਵੀਰੇ। ਪ੍ਰੋਪਰ ਰਿਟਨ ਐਗਰੀਮੈਂਟ ਸਾਈਨ ਹੁੰਦਾ, ਸਾਰਾ ਕੁਛ ਉਹ 'ਚ ਲਿਖਿਆ ਹੁੰਦਾ ਵੀ ਕਿੰਨੀ ਫੀਸ ਚਾਰਜ ਕਰਨੀ ਆ, ਕਾਹਦੀ ਕਾਹਦੀ ਫੀਸ ਆ, ਉਹ ਇੱਕ ਪੂਰਾ ਕਹਿ ਲਈਏ ਵੀ ਪ੍ਰੋਪਰ ਐਗਰੀਮੈਂਟ ਹੁੰਦਾ, ਤੇ ਉਹ 'ਚ ਬੰਦਾ ਕਦੇ ਵੀ ਝੂਠੀ ਸਲਾਹ ਨਹੀਂ ਦਊ, ਜੇ ਦਊਗਾ ਤਾਂ ਉਹਨੂੰ ਪਤਾ ਵਾ ਵੀ ਮੈਂ ਫਸੂੰਗਾ, ਵੀ ਲਾਇਸੈਂਸ ਵੀ ਜਾ ਸਕਦਾ, ਰੋਜ਼ੀ ਰੋਟੀ ਕਹਿ ਲਓ। ਹੁਣ ਜੇ ਮੈਂ ਕਹਾਂ ਵੀ ਜਿੱਥੋਂ ਸਾਰਾ ਮੈਨੂੰ ਕਮਾਈ ਦਾ ਸਾਧਨ ਆ, ਬੰਦਾ ਉਹਨੂੰ ਦਾਅ 'ਤੇ ਨਹੀਂ ਲਾਉਂਦਾ ਸੀ ਵੀ ਉਹ ਚੀਜ਼ਾਂ। ਹਾਂ ਏਜੰਟਾਂ ਦੇ ਆ ਬਾਈ, ਉਹਨਾਂ ਦਾ ਉੱਥੇ ਜਿਵੇਂ ਹੈਗਾ ਉਹ ਚੱਲੀ ਜਾਂਦਾ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜੇ ਨਿਊਜ਼ੀਲੈਂਡ ਦਾ ਲਾਉਂਦੇ ਤਾਂ ਤੁਸੀਂ ਲਾਇਸੈਂਸ ਐਡਵਾਈਜ਼ਰ, ਜੇ ਏਜੰਟ ਤੋਂ ਵੀ ਲਵਾ ਰਹੇ ਪਤਾ ਕਰੋ ਵੀ ਉਹਦੇ ਕੋਲ ਲਾਇਸੈਂਸ ਹੈਗਾ ਵਾ। ਸਟੂਡੈਂਟ ਵੀਜ਼ਾ
ਏਜੰਟ ਬਿਨਾਂ ਲਾਇਸੈਂਸ ਤੋਂ ਲਾ ਸਕਦਾ, ਪਰ ਸਟੂਡੈਂਟ ਵੀਜ਼ੇ ਤੋਂ ਬਿਨਾਂ ਉਹ ਆਫਸ਼ੋਰ ਸਟੂਡੈਂਟ ਜਿਹੜੇ ਬਾਹਰ ਆ ਨਿਊਜ਼ੀਲੈਂਡ ਤੋਂ ਬਿਨਾਂ ਸਟੂਡੈਂਟ ਵੀਜ਼ੇ ਤੋਂ ਕੋਈ ਸਲਾਹ ਨਹੀਂ ਦੇ ਸਕਦਾ। ਪਰ ਬੜੇ ਆਪਣੇ ਵਧੀਆ ਨਾਮੀ ਏਜੰਟ ਵੀ ਹੈਗੇ ਆ ਜਿਹੜੇ ਬਹੁਤ ਵਧੀਆ ਹੈਲਪਫੁੱਲ ਆ, ਸਹੀ ਸਲਾਹ ਦਿੰਦੇ ਆ। ਵੀ ਇੱਕ ਵਾਰੀ ਬੰਦੇ ਨੂੰ ਏਜੰਟ ਦਾ ਸਾਰਾ ਸਰਚ ਕਰ ਲੈਣਾ ਚਾਹੀਦਾ ਵੀ ਕੀ ਉਹਦੇ ਸਨਾਰੀ ਆ, ਪਹਿਲੋਂ ਕਿੰਨੇ ਕੇਸ ਲਾਏ ਆ, ਜਾਂ ਜੇ ਲਾਇਸੈਂਸਡ ਐਡਵਾਈਜ਼ਰ ਆ ਤਾਂ ਬੜਾ ਵਧੀਆ, ਫਿਰ ਇਹ ਆ ਵੀ ਬੰਦੇ ਦੀ ਜਵਾਬਦੇਹੀ ਹੋ ਜਾਂਦੀ ਹੈ ਵੀਰੇ। ਪਰ ਬਈ ਕਈ ਹੁਣ ਏਜੰਟ ਬਹੁਤ ਬਣ ਗਏ ਹਨਾ, ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ, ਪੰਜਾਬ, ਰਾਜਸਥਾਨ, ਹਰਿਆਣਾ, ਜਿੱਥੇ ਵੀ ਆਪਾਂ ਦੇਖੀਏ, ਪਰ ਮੈਨੂੰ ਨਹੀਂ ਲੱਗਦਾ ਬਈ ਵੀ ਉਹਨਾਂ ਕੋਲ ਲਾਇਸੈਂਸ ਹੋਊਗਾ। ਬਈ ਬਹੁਤ ਘੱਟ, ਆਪਾਂ ਲੁਧਿਆਣੇ ਆਫਿਸ ਖੋਲ੍ਹਿਆ ਇੱਕ, ਅਤੇ ਆਫਿਸ ਖੋਲ੍ਹਣ ਤੋਂ ਪਹਿਲਾਂ ਮੈਂ ਆਹੀ ਦੇਖਦਾ ਸੀ ਵੀ ਮਾਰਕੀਟ 'ਚ ਕੀ ਆ, ਸਲਾਹ ਦੇ ਰਿਹਾ ਪਰ ਲਾਇਸੈਂਸ ਕੀ। ਹੁਣ ਉਹਦੀ ਪ੍ਰੋਬਲਮ ਕੀ ਆਉਂਦੀ ਹੈ ਵੀਰੇ, ਉਹ ਫਾਈਲ ਲਾ ਦਿੰਦੇ ਆ, ਫਾਈਲ ਇੱਦਾਂ ਸ਼ੋਅ ਕਰਦੇ ਵੀ ਜਿਹੜਾ ਐਪਲੀਕੈਂਟ ਆਪਦੀ ਫਾਈਲ ਆਪ ਲਾ ਰਿਹਾ, ਉਹ ਆਪਦਾ ਨਾਂ ਤਾਂ ਮੈਂਸ਼ਨ ਹੀ ਨਹੀਂ ਕਰ ਸਕਦੇ। ਹੁਣ ਉਹਦੇ 'ਚ ਉਹਨਾਂ ਨੇ ਜੋ ਕੁਛ ਇਨਫੋਰਮੇਸ਼ਨ ਦਿੱਤੀ ਉਹ ਜ਼ਿੰਮੇਵਾਰੀ ਐਪਲੀਕੈਂਟ ਦੀ ਆ। ਇਮੀਗ੍ਰੇਸ਼ਨ ਇਹ ਕਹਿੰਦੀ ਆ ਵੀ ਜੇ ਕੋਈ ਮੰਨ ਲਓ ਕਿਸੇ ਨੇ ਕੋਈ ਗਲਤ ਡਾਕੂਮੈਂਟ ਲਾਤਾ, ਉਹ ਮੁੜ ਕੇ ਐਪਲੀਕੈਂਟ 'ਤੇ ਇਸ਼ੂ ਹੁੰਦਾ ਵਾ, ਉਹ 'ਤੇ ਕਰੈਕਟਰ ਇਸ਼ੂ ਲਾਉਂਦੇ, ਤੁਸੀਂ ਸਾਨੂੰ ਝੂਠ ਬੋਲਿਆ, ਮਿਸਲੀਡਿੰਗ ਇਨਫੋਰਮੇਸ਼ਨ ਦਿੱਤੀ। ਉਹਦਾ ਹੱਲ ਇਹੀ ਆ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਕਹੂੰਗਾ ਜਿੰਨੇ ਬੰਦੇ ਦੇਖਦੇ ਵੀ ਤੁਸੀਂ ਕੋਸ਼ਿਸ਼ ਕਰੋ ਲਾਇਸੈਂਸਡ ਐਡਵਾਈਜ਼ਰ ਤੋਂ ਫਾਈਲ ਲਵਾਓ, ਜਾਂ ਅਗਰ ਐਜੂਕੇਸ਼ਨ ਕੋਈ ਏਜੰਟ ਇੱਕ ਵਾਰੀ ਉਹਦੇ ਬਾਰੇ ਵੈਰੀਫਾਈ ਕਰ ਲਓ ਵੀ ਵਾਕਈ ਉਹਨੂੰ ਨੌਲੇਜ ਹੈਗੀ ਆ। ਜਿਹੜੇ ਤੁਹਾਨੂੰ ਕਾਲਜ ਯੂਨੀਵਰਸਿਟੀ ਦਾ ਉਹ ਕਹਿ ਰਿਹਾ ਵਾ, ਉਹਦੀ ਵੈਬਸਾਈਟ 'ਤੇ ਚੈੱਕ ਕਰੋ ਵੀ ਆਹ ਕਾਲਜ ਦਾ ਆਹ ਕੋਰਸ ਆ, ਆਲਮੋਸਟ ਉਹਨਾਂ ਨੇ ਸਾਰਾ ਦੱਸਿਆ ਹੁੰਦਾ ਵੈਬਸਾਈਟ 'ਤੇ ਵੀ। ਹੁਣ ਕਈ ਯੂਨੀਵਰਸਿਟੀਜ਼ ਜਾਂ ਕਾਲਜਸ ਲਿਖਣ ਲੱਗ ਗਏ ਵੀ ਲੈਵਲ 4-5 'ਚ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲਣਾ ਜੀ, ਜੇ ਤੁਸੀਂ ਲੱਗਦਾ ਫਿਰ ਵੀ ਕਾਲਜ ਨੂੰ ਈਮੇਲ ਕਰ ਲਓ, ਉਹਦੇ 'ਚ ਕੁਛ ਗਲਤ ਨਹੀਂ, ਉਹ ਤੁਹਾਨੂੰ ਸਹੀ ਸਲਾਹ ਦੇਣਗੇ, ਗਲਤ ਨਹੀਂ ਦਿੰਦੇ ਜੀ। ਹਾਂਜੀ, ਸੋ ਮੈਂ ਇੱਕ ਰਿਕੁਐਸਟ ਵੀ ਸਾਰਿਆਂ ਨੂੰ ਕਰਨਾ ਚਾਹੁੰਦਾ ਗੱਲਾਂ ਬਾਤਾਂ ਦੇ ਵਿੱਚ ਹੀ ਵੀ ਬਈ ਜਦੋਂ ਆਪਾਂ ਵੀਜ਼ਾ ਲਵਾਉਂਦੇ ਹਾਂ, ਚਾਹੇ ਉਹ ਵਰਕ ਵੀਜ਼ਾ ਚਾਹੇ ਉਹ ਸਟੱਡੀ ਵੀਜ਼ਾ, ਪਰ ਤੁਸੀਂ ਬਾਹਲੀ ਗੱਲ ਨਾ ਸੋਚਦੇ ਹੋਏ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਦਿਆ ਕਰੋ ਵੀ ਬੰਦਾ ਜਿਹੜਾ ਏਜੰਟ ਹੈਗਾ ਉਹ ਲਾਇਸੈਂਸ ਉਹਨਾਂ ਕੋਲ ਹੈਗਾ ਜਾਂ ਨਹੀਂ, ਕਿਉਂਕਿ ਜਿਵੇਂ ਕਿ ਬਾਈ ਨੇ ਆਪਣੀ ਗੱਲਬਾਤ ਦੱਸੀ ਵੀ ਬੰਦੇ ਨੂੰ ਜਵਾਬਦੇਹੀ ਹੁੰਦੀ ਹੈ, ਹੈ ਨਾ। ਸੋ ਬੰਦੇ ਨੂੰ ਜਵਾਬ ਦੇਣਾ ਪੈਂਦਾ, ਜੇ ਬੰਦਾ ਝੂਠ ਵੀ ਬੋਲੂਗਾ ਤਾਂ ਜਿਹੜੇ ਕੋਲ ਏਜੰਟ ਕੋਲ ਕੋਈ ਲਾਇਸੈਂਸ ਹੀ ਹੈ ਨਹੀਂ ਤਾਂ ਉਹਦੀ ਕੋਈ ਜਵਾਬਦੇਹੀ ਵੀ ਹੈ ਨਹੀਂ, ਅਤੇ ਜਿਨ੍ਹਾਂ ਕੋਲ ਲਾਇਸੈਂਸ ਹੈਗਾ ਤਾਂ ਉਹ ਆਪਦੀ ਗੱਲ ਦੇ ਪੱਕੇ ਹੋਣਗੇ। ਹਾਂਜੀ, ਉਹਨਾਂ ਨੂੰ ਅੱਗੇ ਵੀ ਜਵਾਬ ਦੇਣਾ, ਜਵਾਬ ਉਹਨਾਂ ਨੂੰ ਬਾਈ ਡਰ ਵੀ ਹੁੰਦਾ, ਲਾਇਸੈਂਸ ਕੈਂਸਲ ਵੀ ਹੋਇਆ। ਜਿਹੜਾ IAA ਇਮੀਗ੍ਰੇਸ਼ਨ ਐਡਵਾਈਜ਼ਰ ਅਥਾਰਟੀ, ਉਹਨਾਂ ਨੇ ਬਹੁਤ ਸਖਤ ਆ, ਲਾਇਸੈਂਸ ਕਾਫੀ ਜਾਣੇ ਦੇ ਕੈਂਸਲ ਜਾਂ ਸਸਪੈਂਡ ਵੀ ਹੋਇਆ ਵੀ ਹਾਂਜੀ ਤੁਸੀਂ ਆਪਦੇ ਪੂਰੀ ਓਬਲੀਗੇਸ਼ਨ ਹੈਗੇ, ਜਿਹੜਾ ਕੋਡ ਆਫ ਕੰਡਕਟ ਹੁੰਦਾ ਪ੍ਰੋਪਰ ਜੀ, ਵੀ ਉਹ ਤੁਸੀਂ ਫੋਲੋ ਨਹੀਂ ਕੀਤਾ, ਤਾਂ ਉਹ ਚੀਜ਼ 'ਚ ਬੰਦੇ ਨੂੰ ਡਰ ਹੁੰਦਾ ਬਾਈ ਵੀ ਆਪਾਂ ਝੂਠੀ ਜੇ ਕਿਸੇ ਨੂੰ ਸਲਾਹ ਦਿੰਦੇ ਤਾਂ ਲਾਇਸੈਂਸ ਕੈਂਸਲ ਹੋਊਗਾ ਜੀ। ਹਾਂਜੀ, ਅਤੇ ਬਾਈ ਜਿਹੜੇ ਹੁਣ ਵਰਕ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਾਸਤੇ ਬਾਈ ਕੋਈ ਏਜ ਦੀ ਰਿਕੁਆਇਰਮੈਂਟ ਵੀ ਹੁੰਦੀ ਹੈ? ਇਹਨਾਂ ਦੀ ਏਜ ਦੀ ਰਿਕੁਆਇਰਮੈਂਟ ਜਿੱਥੇ ਤੱਕ ਮੇਰੇ ਨੌਲੇਜ ਆ 56 ਸਾਲ ਆ, ਜਿਹੜਾ ਐਕਰੀਡੇਟਡ ਵਰਕ ਵੀਜ਼ਾ ਵਾ, 50 ਸਾਲ ਉਹਦੀ ਏਜ ਲਿਮਿਟ ਰੱਖੀ ਹੋਈ ਆ। ਅੱਛਾ ਜੀ, ਵੀ 50 ਜਾਂ 56 ਤੋਂ ਘੱਟ ਹੋਵੇ ਜੀ। ਹਾਂਜੀ, ਜਿੱਦਾਂ ਬਾਈ ਕੋਈ 25-30 ਸਾਲ ਤੋਂ ਲੈ ਕੇ ਵੀ ਘੱਟ ਕਿੰਨੇ ਅਪਲਾਈ ਕਰ ਸਕਦੇ? ਉਹ ਵੀ ਮੇਰੇ ਘੱਟ ਦਾ ਏਜ ਦਾ ਨਹੀਂ ਹੈਗਾ, ਪਰ ਹੁਣ ਜਿਹੜੇ ਨਵੇਂ ਰੂਲ ਆ ਗਏ ਉਹਦੇ 'ਚ ਇਹ ਹੋ ਗਿਆ ਵੀ ਜੇ ਤਾਂ ਸਕਿੱਲ ਲੈਵਲ ਹੈਗਾ 4-5 ਵੀਰੇ, ਉਹਦੇ ਲਈ ਤੁਹਾਨੂੰ ਐਟਲੀਸਟ ਬੈਚਲਰ ਡਿਗਰੀ ਹੋਵੇ ਲੈਵਲ 7 ਦੇ ਇਕੁਇਵਲੈਂਟ, ਅਤੇ ਉਹਦੇ ਵਿੱਚ ਤੁਹਾਨੂੰ ਕੋਈ ਵੀ ਡਿਗਰੀ ਹੋਵੇ, ਰੈਲੀਵੈਂਸੀ ਹੋਣਾ ਜ਼ਰੂਰੀ ਨਹੀਂ ਜੀ, ਅਤੇ ਜਾਂ 3 ਸਾਲ ਦਾ ਐਕਸਪੀਰੀਅੰਸ ਹੋਵੇ। ਫਿਰ ਉਹਦੇ ਮੁਤਾਬਕ ਤਾਂ ਇਹ ਬਣਦਾ ਵੀ ਪਲੱਸ 2 ਤੋਂ ਬਾਅਦ ਜਾਂ 3 ਸਾਲ ਦੀ ਡਿਗਰੀ ਜਾਂ 3 ਸਾਲ ਦਾ ਐਕਸਪੀਰੀਅੰਸ ਬੰਦਾ ਉੱਦਾਂ ਹੀ 22 ਸਾਲ ਦਾ 21-22 ਸਾਲ ਦਾ ਹੋ ਜਾਂਦਾ ਜੀ, ਵੀ ਆਪਾਂ ਇਹ ਕਹਿ ਸਕਦੇ ਹਾਂ। ਪਰ ਕੋਈ ਰਿਟਨ ਦੇ ਵਿੱਚ ਇਹ ਨਹੀਂ, ਇਮੀਗ੍ਰੇਸ਼ਨ ਕਲੀਅਰ ਇੰਸਟਰਕਸ਼ਨਸ ਵੀ ਇੰਨੀ ਉਮਰ ਹੋਣੀ ਹੀ ਚਾਹੀਦੀ ਹੈ, ਪਰ ਉਹ ਜੋ ਉਹਨਾਂ ਨੇ ਰੂਲ ਕਰਤੇ ਉਹਦੇ ਬੰਦੇ ਨੂੰ ਪਲੱਸ 2 ਤੋਂ ਬਾਅਦ 3 ਸਾਲ ਡਿਗਰੀ ਹੋਊਗੀ ਜਾਂ 3 ਸਾਲ ਦਾ ਕੋਈ ਵਰਕ ਐਕਸਪੀਰੀਅੰਸ ਆ ਬੰਦੇ ਨੇ ਜੋਬ ਕੀਤੀ ਆ, ਤਾਂ ਉਹ 18 ਦੇ ਕਹਿ ਲਓ 3 ਉਹ 21-22 ਸਾਲ ਬਣੀ ਜਾਂਦੀ ਹੈ ਵੀਰੇ ਜੀ। ਹਾਂਜੀ, ਅਤੇ ਬਈ ਕਈ ਵੀਰ ਭਰਾਵਾਂ ਦੇ ਸਵਾਲ ਸੀਗੇ ਵੀ ਜਿਹੜਾ ਵਰਕ ਵੀਜ਼ਾ ਆਪਾਂ ਲਵਾ ਕੇ ਇੱਥੇ ਆ ਗਏ ਹਾਂ, ਸੋ ਇਹਦੇ ਵਿੱਚ ਬਾਈ ਕੋਈ PR ਦੇ ਚਾਂਸ ਵੀ ਹੈਗੇ ਆ? ਨਹੀਂ, PR ਦੇ ਚਾਂਸ ਹੈਗੇ ਆ ਵੀਰੇ, 6 ਪੁਆਇੰਟ ਚਾਹੀਦੇ ਹੁੰਦੇ ਆ,
ਜੀ ਚੋ ਬੇ ਮਤਲਬ ਹਰੇਕ ਐਪਲੀਕੇਸ਼ਨ ਦਾ ਆਪਦਾ ਹਿਸਾਬ ਕਿਤਾਬ ਕਿੱਦਾਂ ਕਲੇਮ ਕਰ ਸਕਦਾ। ਪਰ ਜੇ ਆਪਾਂ ਸਿੰਪਲ ਜੇ ਸ਼ਬਦਾਂ 'ਚ ਇਹਨੂੰ ਡਿਫਾਈਨ ਕਰੀਏ ਉਹਦਾ ਇਹ ਆ ਵੀ ਤੁਹਾਨੂੰ ਜੇ ਬੈਚਲਰ ਡਿਗਰੀ ਹੈ ਤਾਂ 3 ਪੁਆਇੰਟ ਤੁਹਾਨੂੰ ਉਹਦੇ ਮਿਲ ਸਕਦੇ ਵੀਰੇ, ਅਤੇ 3 ਪੁਆਇੰਟ ਤੁਹਾਨੂੰ ਜੋਬ ਐਕਸਪੀਰੀਅੰਸ, ਅਤੇ ਅਗਰ ਤੁਹਾਡਾ ਸਕਿੱਲ ਲੈਵਲ 1-2-3 ਆ ਜੀ ਤਾਂ ਉਹਦੇ ਤੁਸੀਂ 3 ਸਾਲ ਉਹ 'ਤੇ ਕੰਮ ਕਰਦੇ ਹੋ, 3 ਪੁਆਇੰਟ ਉਹਦੇ ਮਿਲ ਸਕਦੇ ਹੋ ਅਤੇ ਫਿਰ ਤੁਸੀਂ ਪੀ ਆਰ ਲਈ ਐਲੀਜੀਬਲ ਹੋ ਜਾਂਦੇ ਜੀ। ਹਾਂਜੀ। ਸੋ ਬਾਈ ਜਿੱਦਾਂ ਵਰਕ ਹੁੰਦੇ ਆ ਆਪਣੇ ਅੱਡੋ ਅੱਡ ਫੀਲਡਾਂ ਦੇ ਵਿੱਚ ਪੂਰੇ ਹੁੰਦੇ ਆ, ਹੈ ਨਾ, ਜਿੱਦਾਂ ਕਈਆਂ ਨੇ ਰੈਸਟੋਰੈਂਟ ਵਗੈਰਾ ਹਾਂਜੀ ਜਾਂ ਕੋਈ ਹੋਰ ਆਪਾਂ ਕਹਿ ਲਈਏ। ਬਾਕੀ ਇੱਕ ਗੱਲ ਬਹੁਤ ਸਾਰੇ ਵੀਰ ਭਰਾਵਾਂ ਦੀ ਸੀਗੀ ਵੀ ਜਿਨ੍ਹਾਂ ਨੇ ਖੇਤਾਂ ਦੇ ਵਿੱਚ, ਹਾਂਜੀ ਖੇਤਾਂ ਦੇ ਵਿੱਚ ਖਾਸ ਕਰਕੇ ਵਰਕ ਪਰਮਿਟ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਕਿਉਂਕਿ ਲੋਡ ਹੁੰਦੀ ਹੈ ਬਾਈ ਕੀਵੀ ਫਾਰਮ ਹੈ। ਹਾਂਜੀ ਹਾਂਜੀ। ਸੋ ਉਹਨਾਂ ਦੇ ਵਿੱਚ ਬਾਈ ਕੋਈ ਪੀ ਆਰ ਦੇ ਅੱਗੇ ਚਾਂਸ ਹੈ ਜਾਂ ਨਹੀਂ? ਬਾਈ ਪੀ ਆਰ ਦੇ ਸਾਰਿਆਂ 'ਚ ਚਾਂਸ ਆ। ਇਹ ਮੈਟਰ ਨਹੀਂ ਕਰਦਾ ਤੁਹਾਡੀ ਜੋਬ ਕਿੱਥੇ ਆ, ਜੋਬ ਟਾਈਟਲ ਕੀ ਆ, ਮੈਟਰ ਇਹ ਕਰਦਾ ਵੀਰੇ ਤੁਹਾਡਾ ਜਿਹੜਾ ਏ ਐਨ ਜੇ ਡੈਸਕੋ ਕੋਡ ਕਹਿੰਦੇ ਹੁੰਦੇ ਆ, ਅਗਰ ਕਿਸੇ ਦਾ ਐਕਰੀਡੇਟਿਡ ਵਰਕ ਵੀਜ਼ਾ ਲੱਗਿਆ ਉਹ ਕਿਹੜਾ ਸਕਿੱਲ ਲੈਵਲ 'ਚ ਆਉਂਦਾ। ਜੇ ਤਾਂ ਸਕਿੱਲ ਲੈਵਲ ਆਉਂਦਾ 1-2-3 'ਚ ਵੀਰੇ, ਗ੍ਰੈਜੂਏਸ਼ਨ ਕੀਤੀ ਹੋਈ ਆ ਤੁਸੀਂ, ਤਾਂ 3 ਪੁਆਇੰਟ ਮਤਲਬ ਰੈਲੀਵੈਂਟ ਹੋਣੀ ਚਾਹੀਦੀ ਆ। ਜੇ ਕੋਈ ਬੰਦਾ ਬਿਜ਼ਨਸ 'ਚ ਆ, ਕੋਈ ਮੈਨੇਜਰ ਲੱਗਿਆ ਕਿਤੇ, ਕੋਈ ਸੁਪਰਵਾਈਜ਼ਰ ਆ, ਸਕਿੱਲ ਲੈਵਲ 1-2-3 'ਚ ਆ, ਤਾਂ ਉਹਦੀ ਜਿਹੜੀ ਹੈਗੀ ਆ ਡਿਗਰੀ ਆ ਜਿਹੜੀ ਉਹਦੇ ਜੋਬ ਦੇ ਰੈਲੀਵੈਂਟ ਹੈਗੀ ਆ, ਤਾਂ 3 ਪੁਆਇੰਟ ਉਹਨੂੰ ਉਹਦੇ ਮਿਲ ਜਾਣੇ ਵੀਰੇ, ਅਤੇ 3 ਪੁਆਇੰਟ ਉਹ ਆਪਦੇ ਐਕਸਪੀਰੀਅੰਸ 'ਤੇ ਕਲੇਮ ਕਰ ਸਕਦਾ। ਹਾਂ ਜੇ ਸਕਿੱਲ ਲੈਵਲ 4-5 ਆ, ਜਿਹੜੇ ਲੋਅ ਸਕਿੱਲ 'ਚ ਆਉਂਦੇ ਆ ਉਹਨਾਂ ਲਈ ਥੋੜ੍ਹਾ ਨਹੀਂ, ਕਾਫੀ ਹਾਰਡ ਕਰਤਾ ਵਾ ਵੀਰੇ, ਉਹਦੇ ਤੁਸੀਂ ਪੁਆਇੰਟ ਤਾਂ ਹੀ ਕਲੇਮ ਕਰ ਸਕਦੇ ਹੋ ਜੇ ਤੁਹਾਨੂੰ ਕਮਾਈ ਆ ਜਿਹੜੀ ਵੇਜਸ ਆ ਤੁਹਾਡੀ ਟਾਈਮ ਐਂਡ ਹਾਫ ਜ਼ਿਆਦਾ ਆ ਮੀਡੀਅਨ ਵੇਜਸ ਤੋਂ, ਨਹੀਂ ਤੁਸੀਂ ਉਹ ਕਲੇਮ ਨਹੀਂ ਕਰ ਸਕਦੇ ਜੀ। ਹਾਂਜੀ। ਸੋ ਬਾਈ ਪਹਿਲਾਂ ਜਿਨ੍ਹਾਂ ਦੇ ਵਰਕ ਪਰਮਿਟ ਲੱਗੇ ਆ, ਹਾਂਜੀ, ਸੋ ਕਈ ਵੀਰ ਭਰਾ ਜਿੱਦਾਂ ਹੁਣ ਵੀ ਪੁੱਛਦੇ ਆ ਵੀ ਅਸੀਂ ਵਰਕ ਪਰਮਿਟ ਲਵਾਉਣਾ, ਵੀ ਉਹਨਾਂ ਦੀ ਬੈਂਡ ਰਿਕੁਆਇਰਮੈਂਟ ਪਹਿਲਾਂ ਹੈ ਨਹੀਂ ਸੀ। ਹਾਂਜੀ। ਸੋ ਹੁਣ 4.5 ਬੈਂਡ ਰਿਕੁਆਇਰਮੈਂਟ ਕਰਤੀ। ਹਾਂ, ਇਹਨਾਂ ਨੇ 4 ਬੈਂਡ ਆ ਵੀਰੇ, ਉਹ ਹੈਗੇ ਆ ਸਕਿੱਲ ਲੈਵਲ 4-5 ਦੇ ਜੀ, ਜਿਹੜੇ ਇਕੱਲੇ ਸਕਿੱਲ ਲੈਵਲ 4-5 ਆ ਉਹਦੇ ਲਈ ਬੈਂਡ ਰਿਕੁਆਇਰਮੈਂਟ ਕੀਤੀ ਹੈ। ਜਿਹੜਾ ਸਕਿੱਲ ਲੈਵਲ 1-2-3 'ਚ ਤੁਹਾਨੂੰ ਜੋਬ ਮਿਲਣੀ ਆ, ਏ ਐਨ ਜੇ ਡੈਸਕੋ ਸਕਿੱਲ ਲੈਵਲ 1-3, ਉਹ 'ਚ ਕੋਈ ਜੋਬ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਆ, ਪੀ ਟੀ ਦੀ। ਹਾਂ, 4-5 ਦੇ ਵਿੱਚ ਹੈਗੀ ਆ ਵੀਰੇ। 4-5 ਦੇ ਵਿੱਚ? ਹਾਂਜੀ। ਠੀਕ ਹੈ ਜੀ। ਅਤੇ ਬਾਈ ਵਿਜ਼ਟਰ ਵੀਜ਼ਾ ਜਿਹੜੇ ਆਪਣੇ ਇੰਡੀਆ ਤੋਂ ਲਵਾ ਕੇ ਇੱਥੇ ਆਉਂਦੇ ਆ, ਸੋ ਉਹ ਸਟੱਡੀ ਬਾਰੇ ਵਿਜ਼ੀਬਲ ਹੈਗੇ ਆ ਜਾਂ ਕਿੱਦਾਂ? ਹਾਂ, ਤੁਸੀਂ ਵਿਜ਼ਟਰ ਵੀਜ਼ਾ ਲੱਗਾ ਤੁਹਾਡਾ, ਲਿਮਿਟਡ ਵੀਜ਼ਾ ਨਹੀਂ ਹੈਗਾ, ਤਾਂ ਤੁਸੀਂ ਇੱਥੇ ਆ ਕੇ ਆਪਦਾ ਸਟੱਡੀ ਦਾ ਆਪਾਂ ਪਾ ਸਕਦੇ ਹਾਂ, ਉਹ 'ਚ ਕੋਈ ਰੋਕ ਟੋਕ ਨਹੀਂ। ਹਾਂ, ਪਰ ਉਹਦੇ ਵਿੱਚ ਇਹ ਹੁੰਦਾ ਵੀਰੇ, ਅਗਰ ਆਪਾਂ ਸਟੱਡੀ ਵਿਜ਼ਟਰ ਤੋਂ ਸਟੱਡੀ ਪਾਉਂਦੇ ਹਾਂ ਤਾਂ ਆਪਾਂ ਨੂੰ ਪ੍ਰੋਪਰ ਇਹ ਹੁੰਦਾ ਵੀ ਜਿਹੜੀ ਸਟੱਡੀ ਲੈ ਰਹੇ ਹਾਂ ਉਹ ਰੈਲੀਵੈਂਟ ਹੈਗੀ ਆ, ਆਪਣੀ ਪਿਛਲੀ ਸਟੱਡੀ ਨਾਲ ਜਾਂ ਪਿਛਲੇ ਐਕਸਪੀਰੀਅੰਸ ਨਾਲ ਉਹ ਰੈਲੀਵੈਂਸੀ ਰੱਖਦੀ ਆ, ਆਪਣੇ ਫੰਡਸ ਆ ਜਿਹੜੇ ਉਹ ਜੈਨੂਅਨ ਆ, ਉਹ ਚੀਜ਼ਾਂ ਵੀਰੇ ਮੈਟਰ ਕਰਦੀਆਂ ਨੇ ਜੀ। ਪਰ ਬਈ ਖਾਸ ਕਰਕੇ ਆਪਾਂ ਦੇਖਦੇ ਹਾਂ ਵੀ ਜਿਹੜਾ ਆਪਾਂ ਵਿਜ਼ਟਰ ਵੀਜ਼ਾ ਲਵਾਉਂਦੇ ਹਾਂ ਉਹਦੇ ਵਿੱਚ ਜਿੱਦਾਂ ਵੀ ਕਹਿ ਦਿੰਦੇ ਆ ਵੀ 3 ਮੰਥ ਤੋਂ ਬਾਅਦ ਤੁਸੀਂ ਸਟੱਡੀ ਪਾ ਸਕਦੇ ਹੋ, 3 ਮੰਥ ਤੋਂ ਪਹਿਲਾਂ ਨਹੀਂ ਪਾ ਸਕਦੇ, ਉਹਦਾ ਬਈ ਇਹ ਕੀ ਸਿਸਟਮ ਹੁੰਦਾ? ਉਹ ਬਈ ਇਹ ਨਹੀਂ ਹੁੰਦਾ ਵੀ ਤੁਸੀਂ 3 ਮਹੀਨੇ ਤੋਂ ਪਹਿਲਾਂ ਨਹੀਂ ਪਾ ਸਕਦੇ, ਉਹ ਵੀਜ਼ਾ ਦੀ ਕੰਡੀਸ਼ਨ ਇਹ ਹੁੰਦੀ ਵੀ ਕਈ ਵੀਜ਼ਿਆਂ 'ਚ ਤੁਸੀਂ 3 ਮਹੀਨੇ ਪੜ੍ਹ ਸਕਦੇ ਹੋ, 3 ਮਹੀਨੇ ਤੋਂ ਜ਼ਿਆਦਾ ਨਹੀਂ ਪੜ੍ਹ ਸਕਦੇ। ਹਾਂ, ਉਹ ਵੀਜ਼ਿਆਂ 'ਚ ਤੁਸੀਂ 3 ਮਹੀਨੇ ਪੜ੍ਹ ਸਕਦੇ ਹੋ, ਪਰ ਇਹ ਕਿਸੇ 'ਚ ਕੰਡੀਸ਼ਨ ਨਹੀਂ ਹੁੰਦੀ ਵੀ ਹਾਂਜੀ ਉਹ ਸਟੱਡੀ ਵੀਜ਼ਾ ਹੀ ਨਹੀਂ ਪਾ ਸਕਦੇ। ਹਾਂ, ਹੋ ਜੇ ਲਿਖਿਆ ਉਹ ਲਿਮਿਟਡ ਵੀਜ਼ੇ 'ਚ ਲਿਖਿਆ, ਉਹ ਲਿਮਿਟਡ ਵੀਜ਼ਾ ਕਹਿੰਦੇ ਆ, ਉਹ 'ਚ ਹੀ ਹੁੰਦਾ ਵੀ ਤੁਸੀਂ ਉਹ ਵੀਜ਼ੇ ਤੋਂ ਬਿਨਾਂ ਕੋਈ ਹੋਰ ਵੀਜ਼ਾ ਨਹੀਂ ਪਾ ਸਕਦੇ, ਉਹ ਚੀਜ਼ ਹੁੰਦੀ ਹੈ। ਠੀਕ ਹੈ ਜੀ। ਇੱਕ ਬਾਈ ਆਪਾਂ ਅੱਜ ਵੀਡੀਓ ਪਾਈ ਸੀਗੀ ਵੀ ਤੁਹਾਡੇ ਨਾਲ, ਵੀ ਬਾਈ ਨਾਲ ਆਪਾਂ ਅੱਜ ਕੰਟੈਕਟ ਕਰਾਂਗੇ ਅਤੇ ਗੱਲਬਾਤ ਸਾਰੀ ਕਰਾਂਗੇ, ਸੋ ਉਹਨਾਂ ਵਿੱਚ ਇੱਕ ਸਵਾਲ ਇਹੋ ਜਿਹਾ ਵੀ ਸੀਗਾ, ਹਾਂਜੀ, ਵੀ ਮੇਰਾ ਰਿਫਿਊਜ਼ਲ ਆਈਆਂ ਹੋਈਆਂ, ਹਾਂਜੀ, ਅਤੇ ਮੈਂ ਇੱਥੋਂ ਦਾ ਵਰਕ ਪਰਮਿਟ ਲਵਾਉਣਾ ਚਾਹੁੰਦਾ, ਮੇਰਾ ਵਰਕ ਪਰਮਿਟ ਲੱਗ ਜੂ ਵੀਰੇ। ਇਹ ਚੀਜ਼ ਹੁਣ ਇਹ ਆ ਵੀ ਰਿਫਿਊਜ਼ਲ ਕਿਉਂ ਆਈਆਂ ਨੇ, ਕਿਹੜੀ ਕੰਟਰੀ ਦੀਆਂ ਨੇ, ਅਤੇ ਜਿਹੜੀ ਉਹਨਾਂ ਨੂੰ ਜੋਬ ਆਫਰ ਮਿਲੀ ਆ ਵਰਕ ਪਰਮਿਟ ਲਈ ਉਹ ਕਿਹੜੀ ਆ, ਇਹ ਉਹ ਚੀਜ਼ 'ਤੇ ਅਸੈਸ ਹੋ ਸਕਦੀ ਆ। ਹਾਂ, ਪਰ ਇਹ ਚੀਜ਼ ਨਹੀਂ ਹੈਗੀ ਅਗਰ ਰਿਫਿਊਜ਼ਲ ਆਈ ਆਪਾਂ ਕਹਿ ਦਈਏ ਵੀ ਲੱਗਣਾ ਹੀ ਨਹੀਂ, ਲੱਗ ਸਕਦਾ। ਹਾਂ, ਰਿਫਿਊਜ਼ਲਸ ਦੇ ਕਾਰਨ ਕੀ ਆ ਵੀਰੇ, ਹੁਣ ਸਟੱਡੀ ਦੀਆਂ ਰਿਫਿਊਜ਼ਲਸ, ਮੈਂ ਜਿੰਨੇ ਕੇਸ ਦੇਖਦਾ ਵੀ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ
ਜਾਂ ਕੈਨੇਡਾ ਤੋਂ ਕਿਸੇ ਦੀ ਸਟੱਡੀ ਦੀ ਰਿਫਿਊਜ਼ਲ ਉਹ ਪੁੱਛਦੇ ਦੁਬਾਰੇ ਲਾ ਸਕਦੇ, ਆਪਾਂ ਬਿਲਕੁਲ ਲਾ ਸਕਦੇ ਹਾਂ, ਪਰ ਜਿਹੜੀ ਪਿਛਲੀ ਰਿਫਿਊਜ਼ਲ ਆਈ ਆ ਉਹਦਾ ਕਾਰਨ ਕੀ ਸੀ, ਉਹ ਚੀਜ਼ਾਂ ਦੇਖ ਕੇ ਵੀ ਉਹਨੂੰ ਆਪਾਂ ਹੁਣ ਕਈਆਂ ਦੀ ਫੰਡਸ ਦੀ ਪ੍ਰੋਬਲਮ ਹੁੰਦੀ ਆ, ਫੰਡਸ ਨਹੀਂ, ਜੈਨੂਅਨ ਸੋਰਸਸ ਨਹੀਂ ਦਿਖਾ ਸਕੇ, ਜਾਂ ਪ੍ਰੋਪਰ ਐਕਸਪਲੇਨ ਕਿਸੇ ਏਜੰਟ ਨੇ ਪ੍ਰੋਪਰ ਐਕਸਪਲੇਨ ਹੀ ਨਹੀਂ ਕੀਤਾ ਵੀ ਫੰਡ ਆਏ ਕਿੱਥੋਂ ਆ, ਉਹ ਚੀਜ਼ 'ਤੇ ਡਿਕਲਾਈਨ ਹੋ ਗਈ. ਹਾਂ ਬਿਲਕੁਲ ਆਪਾਂ ਉਹਨੂੰ ਦੁਬਾਰੇ ਲਾ ਸਕਦੇ ਹਾਂ ਵੀਰੇ, ਆਪਾਂ ਉਹਨੂੰ ਪ੍ਰੋਪਰ ਐਕਸਪਲੇਨ ਕਰਕੇ ਵੀ ਫੰਡਸ ਦੇ ਜਿਹੜੇ ਸੋਰਸਸ ਆ ਉਹ ਕਿੱਥੋਂ ਆਏ ਆ ਜੀ, ਅਤੇ ਕੀ ਚੀਜ਼ ਆ ਉਹ ਆਪਾਂ ਕਰ ਸਕਦੇ. ਜਿੱਦਾਂ ਬਾਈ ਵਿਜ਼ਟਰ ਵੀਜ਼ੇ ਤੋਂ ਬਾਅਦ ਸਟੱਡੀ ਜਿਹੜੇ ਪਾਉਂਦੇ ਆ ਜਾਂ ਇੰਡੀਆ ਤੋਂ ਵੀ ਸਟੱਡੀ ਪਾਉਂਦੇ ਆ, ਉਹਨਾਂ ਵਾਸਤੇ ਫੰਡ ਦੀ ਰਿਕੁਆਇਰਮੈਂਟ ਕਿੰਨੀ ਆ ਵੀਰੇ? ਜੇ ਤੁਹਾਡਾ 36 ਵੀਕਸ ਤੋਂ ਜ਼ਿਆਦਾ ਆ ਕੋਰਸ, ਤਾਂ ਆਪਾਂ ਨੂੰ ਚਾਹੀਦਾ ਹੁੰਦਾ $20,000 ਸਾਲ ਦਾ, ਜਿਹੜੀ ਲਿਵਿੰਗ ਫੰਡਸ ਹੁੰਦੇ ਆ ਵੀ ਇੱਥੇ ਆਪਾਂ ਆਪਦਾ ਖਰਚਾ ਪਾਣੀ ਕਰ ਸਕੀਏ, ਪਲੱਸ ਜਿਹੜੀ ਹੈਗੀ ਆਪਣੀ ਕਾਲਜ ਟਿਊਸ਼ਨ ਫੀਸ ਆ ਉਹ, ਇਹ ਫੰਡਸ ਆਪਾਂ ਨੂੰ ਰਿਕੁਆਇਰਡ ਆ. ਅਤੇ ਜੇ ਆਪਣੀ ਪੜ੍ਹਾਈ ਹੈਗੀ ਆ 2 ਸਾਲ ਦੀ ਜਾਂ 3 ਸਾਲ ਦੀ, ਜੇ ਤਾਂ 3 ਸਾਲ ਦਾ ਸਾਰਾ ਫੰਡ ਰੱਖ ਸਕਦੇ ਹਾਂ ਆਪਾਂ, ਵੈਲ ਐਂਡ ਗੁੱਡ ਆ. ਨਹੀਂ ਆਪਾਂ ਪਲੈਨ ਦਿਖਾ ਸਕਦੇ ਹਾਂ ਵੀ ਹਾਂਜੀ ਜਿਹੜੇ ਸੈਕਿੰਡ ਈਅਰ ਦੀ ਫੀਸ ਆ, ਲਿਵਿੰਗ ਐਕਸਪੈਂਸਿਸ ਆ, ਥਰਡ ਈਅਰ ਦੀ ਫੀਸ ਆ, ਲਿਵਿੰਗ ਐਕਸਪੈਂਸਿਸ ਆ, ਉਹ ਕਿੱਦਾਂ ਹੋਣੇ ਆ. ਵੀ ਜੇ ਕਿਸੇ ਦਾ ਕੋਈ ਬਿਜ਼ਨਸ ਆ, ਹਾਂਜੀ ਵੀ ਆਹ ਬਿਜ਼ਨਸ ਤੋਂ ਆਪਾਂ ਜੈਨੂਅਨ ਫੰਡ ਪਏ ਉਹਨਾਂ ਕੋਲ, ਆਪਾਂ ਦਿਖਾ ਦਿਆ ਜੀ ਪਿਛਲੇ ਸਾਲ ਦੀ ਇੰਨੀ ਸੇਵਿੰਗ ਆ, ਵੀ ਨੈਕਸਟ ਈਅਰ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੀ ਜੋ ਸੇਵਿੰਗ ਆ ਬਿਜ਼ਨਸ, ਉਹ ਇਹ 'ਚੋਂ ਨੈਕਸਟ ਈਅਰ ਦੀ ਫੀਸ ਭਰਨਗੇ ਜੀ. ਹਾਂਜੀ, ਸੋ ਬਹੁਤ ਵਧੀਆ ਤੁਹਾਡਾ ਜਵਾਬ ਸੀਗਾ ਬਾਈ ਇਹ. ਅਤੇ ਬਾਈ ਜਿੱਦਾਂ ਹੁਣ 5 ਸਾਲਾਂ ਦੇ ਜਿਨ੍ਹਾਂ ਦੇ ਵਰਕ ਪਰਮਿਟ ਆਏ ਸੀ, ਹਾਂਜੀ, ਹੁਣ ਪਿੱਛੇ ਜੇ ਘਟਾ ਕੇ ਇਮੀਗ੍ਰੇਸ਼ਨ ਨੇ 3 ਸਾਲਾਂ ਦੇ ਕਰ, ਹਾਂਜੀ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਾਈ? ਉਹ ਕੀਤੇ ਆ ਲੋਅ ਸਕਿੱਲ 'ਚ ਜਿਨ੍ਹਾਂ ਨੂੰ ਇਹ ਗਿਣਦੇ ਆ, ਸਕਿੱਲ ਲੈਵਲ 4-5, ਉਹ ਹੁਣ ਇਹਨਾਂ ਨੇ ਕੀ ਕਰਤਾ ਵੀ ਪਹਿਲੋਂ 2 ਸਾਲ ਦਾ ਲੱਗੂਗਾ ਵੀਰੇ, 2 ਸਾਲ ਬਾਅਦ ਇੰਪਲੋਇਰ ਨੂੰ ਦੁਬਾਰਾ ਫਿਰ ਜੋਬ ਚੈੱਕ ਪਾਉਣਾ ਪਊਗਾ, ਫਿਰ 1 ਸਾਲ ਦਾ ਲੱਗੂਗਾ. ਪਰ ਜਿਹੜੇ ਸਕਿੱਲ ਲੈਵਲ 1-2-3 ਆ, ਉਹਨਾਂ ਦੇ ਹੁਣ ਵੀ 5 ਸਾਲ ਦੇ ਆ ਰਹੇ. ਇਕੱਲੇ ਸਕਿੱਲ ਲੈਵਲ 4-5 ਦੇ ਜਿਹੜੇ ਹੋਏ ਆ, ਉਹ 2 ਸਾਲ ਦੇ ਜਾਂ 3 ਸਾਲ ਦੇ ਕਹਿ ਲਓ, ਵੀ ਪਹਿਲਾਂ 2 ਸਾਲ ਦਾ, 1 ਸਾਲ ਦਾ, 2 ਸਾਲ ਤੋਂ ਬਾਅਦ ਉਹਨਾਂ ਨੇ ਉਹ ਚੀਜ਼ ਕੀਤੀ ਹੈ ਵੀਰੇ. ਸੋ ਸਕਿੱਲ ਲੈਵਲ ਦੀ ਬਾਈ ਜਿਹੜੀ ਜੋਬ ਆ, ਤੁਸੀਂ ਥੋੜ੍ਹਾ ਜਿਹਾ ਦੱਸ ਸਕਦੇ ਹੋ ਵੀ 4-5 ਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਾਂ? ਇਹ ਜੋਬ ਟਾਈਟਲ ਇਹ ਚੀਜ਼ ਦੀ ਤੇ ਮੈਟਰ ਨਹੀਂ ਕਰਦਾ, ਇਹਦੇ ਵਿੱਚ ਇਹ ਆ ਵੀ ਤੁਹਾਡਾ ਜੋਬ ਡਿਊਟੀਜ਼ ਕੀ ਆ. ਹੁਣ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ ਆਪਾਂ ਹਾਰਟੀਕਲਚਰ ਇੰਡਸਟਰੀ 'ਚ ਦੇਖ ਲਈਏ, ਤਾਂ ਉਹਦੇ ਵਿੱਚ ਸੁਪਰਵਾਈਜ਼ਰ ਆ. ਹੁਣ ਕਈਆਂ ਦਾ ਸੁਪਰਵਾਈਜ਼ਰ ਟਾਈਟਲ ਸੁਪਰਵਾਈਜ਼ਰ ਆ, ਪਰ ਸਕਿੱਲ ਲੈਵਲ 5 ਆਉਂਦਾ ਜਾਂ 4 ਟਾਈਟਲ, ਕਈਆਂ ਦਾ ਸੁਪਰਵਾਈਜ਼ਰ ਸਕਿੱਲ ਲੈਵਲ 2-3 ਵੀ ਆਉਂਦਾ. ਉਹ ਮੈਟਰ ਕਰਦਾ ਵੀ ਆਪਣੇ ਜਿਹੜੇ ਆ ਜੋਬ ਡਿਊਟੀਜ਼ ਕੀ ਆ. ਇੱਕ ਨਾ ਆਪਣੇ ਵਿਊਅਰਸ ਨੇ ਜੇ ਦੇਖਣਾ ANZS ਕੋ ਸਰਚ ਕਰ ਲੈਣ, 1.3 ਟੇਬਲ ਆ ਗੂਗਲ 'ਤੇ, ਅਤੇ ਉਹਦੇ 'ਤੇ ਸਾਰਾ ਉਹ ਆ ਜਾਂਦਾ ਵੀ ਕਿਹੜੀ ਜਿਹੜੀ ਜੋਬ ਆਪਣੀ ਉਹ ਕਿਹੜੇ ਸਕਿੱਲ ਲੈਵਲ 'ਚ ਆਉਂਦੀ ਆ ਜੀ. ਹਾਂਜੀ, ਅੱਛਾ, ਚੈੱਕ ਕਰ ਸਕਦੇ, ਚੈੱਕ ਆ ਵੀਰੇ ਗੂਗਲ, ਤੁਸੀਂ ਸਰਚ ਕਰੋਗੇ ANZSCO 1.3 ਸਰਚ ਕਰ ਲਿਓ, ਉਹਦੇ 'ਤੇ ਆਪਾਂ ਚੈੱਕ ਕਰ ਸਕਦੇ ਹਾਂ ਜਿਹੜੀ ਆਪਣੀ ਜੋਬ ਆ ਉਹ ਕਿਹੜੀ ਸਕਿੱਲ ਲੈਵਲ 'ਚ ਜੀ. ਕਿਉਂਕਿ ਬਾਈ ਕਈ ਵਾਰੀ ਇੰਡੀਆ ਤੋਂ ਏਜੰਟ ਵਰਕ ਪਰਮਿਟ ਲਗਾਉਂਦੇ ਆ, ਹਾਂਜੀ, ਸੋ ਲੈਵਲ 3-4 ਜਿੱਦਾਂ ਵੀ ਹਨਾ ਵਾਂਦੇ ਆਪਾਂ ਨੂੰ ਨਹੀਂ ਪਤਾ ਹੁੰਦਾ. ਸੋ ਇਹ ਤੁਹਾਡਾ ਬਹੁਤ ਵਧੀਆ ਸੁਨੇਹਾ ਸਾਰਿਆਂ ਨੂੰ ਜੀ, ਵੀ ਤੁਸੀਂ ਚੈੱਕ ਕਰਕੇ ਆ ਸਕਦੇ ਹੋ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਵਰਕ ਪਰਮਿਟ 'ਤੇ ਹੀ ਆਉਣਾ, ਤਾਂ ਤੁਸੀਂ ਜਿਹੜਾ ਬਾਈ ਨੇ ਸਾਈਟ ਦੱਸੀ ਹੈ ਜਾਂ ਹਨਾ, ਤੁਸੀਂ ਉੱਥੇ ਪਹਿਲਾਂ ਜ਼ਰੂਰ ਚੈੱਕ ਕਰਿਓ ਵੀ ਇਹ ਕਿਹੜੇ ਲੈਵਲ ਦੇ ਵਿੱਚ, ਕਿਹੜੇ ਲੈਵਲ 'ਚ. ਤੁਸੀਂ ਜਿਹੜਾ ਇੰਪਲੋਇਰ ਆਪਾਂ ਉਹਨੂੰ ਵੀ ਪੁੱਛ ਸਕਦੇ ਹਾਂ, ਇੰਪਲੋਇਰ ਨੂੰ ਤਾਂ ਜਦੋਂ ਜੋਬ ਟੋਕਨ ਅਪਰੂਵਡ ਹੁੰਦੇ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਇਹ ਕਿਹੜਾ ਸਕਿੱਲ ਲੈਵਲ. ਆਪਾਂ ਆਪਣੇ ਇੰਪਲੋਇਰ ਤੋਂ ਵੀ ਪੁੱਛ ਸਕਦੇ ਵੀ ਸਾਡਾ ਸਕਿੱਲ ਲੈਵਲ ਕਿਹੜਾ, ਜਾਂ ਤੁਸੀਂ ਜਿਹੜਾ ਤੁਹਾਡਾ ਜੋਬ ਟਾਈਟਲ ਆ ਤੁਸੀਂ ਉਹਨੂੰ ਸਰਚ ਕਰਕੇ ਦੇਖ ਸਕਦੇ ਵੀ ਕਿਹੜੇ ਸਕਿੱਲ ਲੈਵਲ 'ਚ ਆਉਂਦਾ ਜੀ. ਹਾਂਜੀ, ਸੋ ਬਾਈ ਤੁਹਾਡੇ ਰਿਲੇਟਡ ਸਵਾਲ ਤਾਂ ਹੈ ਨਹੀਂ ਪਰ ਪੁੱਛਣਾ ਜ਼ਰੂਰੀ ਹੈ ਕਿਉਂਕਿ ਦਰਸ਼ਕਾਂ ਦੀ ਮੰਗ ਸੀਗੀ ਸਾਰਿਆਂ ਦੀ ਹੈ ਨਾ, ਜਿੰਨੇ ਵੀ ਆਪਾਂ ਨੂੰ ਸਾਰੇ ਦੇਖਦੇ ਆ. ਸੋ ਬਾਈ ਵਰਕ ਪਰਮਿਟ ਦਾ ਜਿਹੜਾ ਖਰਚਾ ਇਹ ਲਗਭਗ ਕਿੰਨਾ ਹੁੰਦਾ ਜੀ? ਵੀਰੇ ਜਿਹੜੀ ਇਮੀਗ੍ਰੇਸ਼ਨ ਫੀਸ ਆ ਉਹ ਹੁਣ ਹੈਗੀ ਆ $750 ਇਮੀਗ੍ਰੇਸ਼ਨ ਫੀਸ, ਅਤੇ 1 ਅਕਤੂਬਰ ਤੋਂ ਵੱਧ ਕੇ ਹੋ ਜਾਣੀ ਆ ਉਹ $1,540.
ਉਦੋਂ ਬਾਅਦ ਜਿਹੜੀ ਫੀਸ ਆਉਂਦੀ ਆ ਉਹ ਆਉਂਦੀ ਆ ਐਡਵਾਈਜ਼ਰ ਦੀ। ਹਰੇਕ ਐਡਵਾਈਜ਼ਰ ਆ ਜਿਹੜਾ ਕੋਈ ਆਪਦਾ ਚਾਰਜ ਕਰਦਾ, ਕਿਸੇ ਦਾ 1500, ਕੋਈ 1000, ਕੋਈ 2000, ਕੋਈ $3000 ਪਲੱਸ ਇਮੀਗ੍ਰੇਸ਼ਨ ਫੀਸ। ਆਹ ਹੈਗੀ ਆ ਜਿਹੜੀ ਲੀਗਲ ਕੋਸਟ ਆ ਵੀਰੇ। ਤੇ ਜਿਹੜਾ ਐਡਵਾਈਜ਼ਰ ਦੇ ਚਾਰਜਸ ਆ ਉਹ ਹਰੇਕ ਦੇ ਬੇਸਡ ਆਨ ਐਡਵਾਈਜ਼ਰ ਨੂੰ ਕਿੰਨਾ ਐਕਸਪੀਰੀਅੰਸ ਆ ਜਾਂ ਕਿੰਨਾ। ਹੁਣ ਕਈ ਇੰਡਸਟਰੀ 'ਚ ਜਿਹਨਾਂ ਨੂੰ 20 ਸਾਲ ਹੋ ਗਏ ਉਹ $3000 ਵੀ ਫੀਸ ਲੈਂਦੇ ਆ ਵੀਰੇ। ਹਾਂ ਕਈ ਜਿਹੜੇ ਨਵੇਂ ਐਕਸਪੀਰੀਅੰਸ ਨਹੀਂ ਬੰਦਾ ਉਸ ਹਿਸਾਬ ਨਾਲ ਚਾਰਜ ਕਰਦਾ ਜੀ, ਇਹੀ ਚਾਰਜਸ ਆ ਵੀਰੇ। ਸੋ ਬਾਈ ਇਹ ਚਲੋ ਤੁਸੀਂ ਦੱਸਿਆ ਚੰਗੀ ਗੱਲ ਆ, ਪਰ ਬਾਈ ਇੰਡੀਆ ਤੋਂ ਬੈਠੇ ਆਪਣੇ ਜਿੱਦਾਂ 25-25 ਲੱਖ ਰੁਪਇਆ ਦੇ ਕੇ ਆਏ ਆ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਬਾਈ? ਉਹ ਬਹੁਤ ਗਲਤ ਚੀਜ਼ ਆ। ਉਹ ਦੇਖੋ ਕੋਈ ਵੀ ਮੇਰੀ ਸੋਚਣੀ ਆ ਇਕੱਲਾ ਇਮੀਗ੍ਰੇਸ਼ਨ ਰੂਲਸ ਨਹੀਂ, ਕੋਈ ਵੀ ਰੂਲਸ ਚੇਂਜ ਉਦੋਂ ਹੀ ਹੁੰਦੇ ਆ ਜਦੋਂ ਆਪਾਂ ਉਹਨਾਂ ਦੀ ਜਿਹੜੀ ਵਰਤੋਂ ਉਹ ਗਲਤ ਤਰੀਕੇ ਨਾਲ ਕਰਨ ਲੱਗ ਜੀ। ਉਹ ਚੀਜ਼ਾਂ ਨੇ ਹੁਣ ਜੇ ਅੱਜ ਕਹੀਏ ਸਖ਼ਤ ਆਈ ਹੋਈ ਆ, ਹੁਣ ਐਕਸਪਲੋਇਟੇਸ਼ਨ ਤੁਸੀਂ ਦੇਖਿਆ ਹੋਣਾ ਵੀ ਕਿੰਨਾ ਜ਼ਿਆਦਾ ਹੋਇਆ ਜੀ। ਆਹ ਜਿਹੜੇ ਨਤੀਜੇ ਆਏ ਆ ਵੀਰੇ ਐਕਸਪਲੋਇਟੇਸ਼ਨ ਦੇ ਆ, ਜਿਹੜੇ ਰੂਲ ਸਖ਼ਤ ਹੋਣ ਲੱਗ ਗਏ, ਕੋਈ ਹੋਰ ਪੋਲਿਸੀਸ ਚੇਂਜ ਆ ਰਹੀਆਂ ਨੇ, ਉਹ ਉਹ ਚੀਜ਼ਾਂ ਤੋਂ ਬਾਅਦ ਸਖ਼ਤਾਈ ਤੋਂ ਬਾਅਦ ਹੀ ਹੋਣ ਲੱਗੀਆਂ, ਉਹ ਬਹੁਤ ਗਲਤ ਗੱਲ ਆ। ਹੁਣ ਉਹਦੇ ਵਿੱਚ ਇਹ ਆ ਵੀਰੇ, ਉੱਥੇ ਏਜੰਟ ਉੱਥੇ ਗੱਲ ਆ ਜਾਂਦੀ ਹੈ ਵੀ ਜਿਹੜੇ ਏਜੰਟ ਕੋਲ ਕੋਈ ਲਾਇਸੈਂਸ ਨਹੀਂ ਉਹ ਕੋਈ ਜਵਾਬਦੇਹੀ ਨਹੀਂ ਹੈਗੀ, ਉਹ ਬੈਠੇ ਪੈਸੇ ਖਾ ਰਹੇ ਆ ਵੀਰੇ, ਉਹ ਗਲਤ ਗੱਲ ਆ ਜੀ। ਮੈਂ ਇਹ ਸਵਾਲ ਬਾਈ ਤੁਹਾਨੂੰ ਤਾਂ ਕੀਤਾ ਜੀ ਕਿਉਂਕਿ ਮੈਂ ਇਹ ਚੀਜ਼ ਦੇਖੀ ਆ। ਹਾਂਜੀ, ਸੋ ਇੱਕ ਮੈਂ ਹੁਣ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦਾ, ਪਰ ਵਰਕ ਪਰਮਿਟ 'ਤੇ ਆਏ ਸੀ ਹੁਣ 25 ਲੱਖ ਰੁਪਈਆ ਲਾ ਕੇ ਆਏ ਸੀ, ਅਤੇ ਘਰੋਂ ਘੱਟੋ ਘੱਟ 5-7 ਲੱਖ ਰੁਪਈਆ ਮੰਗਾ ਕੇ, ਹੈ ਨਾ। ਹਾਂਜੀ, ਹੋਰ ਖਾਧਾ ਉਹਨਾਂ ਨੇ ਇੱਥੇ, ਚਲੋ ਵੀ 100 ਰੈਂਟ ਗਰੋਸਰੀ ਦਾ ਖਰਚਾ, ਬਾਹਰ ਰਹਿੰਦੇ ਨੂੰ ਸਾਰੇ ਖਰਚੇ ਬਾਈ ਪੈਂਦੇ। ਹਾਂਜੀ, ਸੋ ਬਾਈ ਮੈਨੂੰ ਉਹ ਚੀਜ਼ ਚੰਗੀ ਨਹੀਂ ਲੱਗੀ, ਹੈ ਨਾ, ਵੀ 32-33 ਲੱਖ ਰੁਪਈਆ ਲੱਗ ਵੀ ਗਿਆ, ਸੋ ਉਹਨਾਂ ਨੂੰ ਕੰਮ ਵੀ ਨਹੀਂ ਮਿਲ ਰਿਹਾ। ਸੋ ਉਹਨਾਂ ਨੂੰ ਸਿੱਧਾ ਸਪਸ਼ਟ ਜਵਾਬ, ਹਾਂਜੀ, ਇੱਦਾਂ ਨਹੀਂ ਵੀ ਹਾਂ ਤੁਹਾਨੂੰ ਕੰਮ ਦੇਵਾਂਗੇ ਬਾਈ ਸਾਡੇ ਕੋਲ ਕੰਮ ਹੈ ਨਹੀਂ, ਆਹ ਗੱਲਾਂ ਬਈ ਉਹਨਾਂ ਦੀਆਂ। ਸੋ ਉਹਨਾਂ ਨੂੰ ਤੁਸੀਂ ਉਹਨਾਂ ਬਾਰੇ ਕੁਛ ਨਾ ਕੁਛ ਕਹਿਣਾ ਚਾਹੁੰਦੇ ਬਈ ਯਾਰ ਇਦਾਂ ਕਰਨਾ ਚਾਹੀਦਾ? ਪਹਿਲਾਂ ਤਾਂ ਇਹ ਆ ਵੀ ਜਿਹੜੇ ਇੰਪਲੋਇਰ ਕਰ ਰਹੇ ਆ ਬਿਲਕੁਲ ਗਲਤ ਗੱਲ ਆ। ਹੁਣ ਉਹਦੇ 'ਤੇ ਇਮੀਗ੍ਰੇਸ਼ਨ ਸਟ੍ਰਿਕਟ ਵੀ ਹੋਈ ਆ, ਬਹੁਤ ਜ਼ਿਆਦਾ ਐਕਰੀਡੇਸ਼ਨਾਂ ਜਿਹੜੀਆਂ ਉਹ ਰੱਦ ਵੀ ਹੋਈਆਂ ਨੇ, ਸਸਪੈਂਡ ਕਰਤੀਆਂ, ਰੀਵਰਕਡ ਕਰਤੀਆਂ। ਹੁਣ ਪੋਸਟ ਐਕਰੀਡੇਸ਼ਨ ਚੈੱਕ ਹੁੰਦਾ ਇੱਕ, ਉਹ ਬਾਈ ਇਮੀਗ੍ਰੇਸ਼ਨ ਹਰੇਕ ਸਾਲ ਜਦੋਂ ਤੁਹਾਡੀ ਐਕਰੀਡੇਸ਼ਨ ਆ ਜਾਂਦੀ ਹੈ ਇੰਪਲੋਇਰ ਦੀ, ਉਸ ਤੋਂ ਬਾਅਦ ਉਹ ਚੈੱਕ ਕਰਦੇ ਆ ਵੀ ਤੁਸੀਂ ਜੋ ਜੋ ਚੈੱਕ ਲਿਸਟ ਇਮੀਗ੍ਰੇਸ਼ਨ ਦੀ ਹੈਗੀ ਉਹ ਪੂਰੀ ਕਰ ਰਹੇ ਹੋ, ਤੁਸੀਂ ਵਰਕਰਾਂ ਨਾਲ ਧੱਕਾ ਤਾਂ ਨਹੀਂ ਕੀਤਾ। ਹੁਣ ਸਿੰਪਲ ਜਿਹੀ ਚੀਜ਼ ਆ, ਜਿਹੜੇ ਬੰਦੇ ਐਕਰੀਡੇਟਡ ਵੀਜ਼ੇ 'ਤੇ ਆਉਂਦੇ ਆ, ਵਿਦ ਇਨ ਫਸਟ ਮੰਥ ਇੰਪਲੋਇਰ ਨੇ ਉਹਨਾਂ ਨੂੰ ਇੰਪਲੋਈ ਮੋਡਿਊਲਸ ਹੁੰਦੇ ਆ ਜਿਹੜੇ ਤੁਹਾਨੂੰ ਤੁਹਾਡੇ ਬੇਸਿਕ ਹੱਕ ਦੱਸਣਗੇ ਇੰਪਲੋਈ ਦੇ, ਉਹ ਪਹਿਲੇ ਮਹੀਨੇ ਦੇ ਵਿੱਚ ਪੇਡ ਟਾਈਮ ਦੇ ਕੇ, ਜੇ 4 ਘੰਟੇ ਲੱਗਦੇ ਆ ਇੰਪਲੋਈ ਨੂੰ, ਉਹਨੂੰ 4 ਘੰਟੇ ਪੇ ਕਰਕੇ ਉਹ ਕਰਵਾਉਣੇ ਹੁੰਦੇ ਆ ਜੀ। ਹੁਣ ਮੋਸਟਲੀ ਇੰਪਲੋਇਰਸ ਨੇ ਕਰਾਏ ਨਹੀਂ, ਜਾਂ ਮੇਰੇ ਕੋਲ ਕਈ ਇੰਪਲੋਇਰਸ ਦੇ ਕੰਟੈਕਟ ਹੁੰਦੇ ਵੀ ਜੀ ਸਾਨੂੰ ਪਤਾ ਹੀ ਨਹੀਂ ਸੀ, ਜਾਂ ਜਿਹਨਾਂ ਨੂੰ ਪਤਾ ਸੀ ਉਹਨਾਂ ਨੇ ਉੱਦਾਂ ਨਹੀਂ ਕਰਾਏ। ਉਹ ਚੀਜ਼ ਬਹੁਤ ਜ਼ਰੂਰੀ ਆ ਵੀਰੇ, ਜੇ ਆਪਾਂ ਇੰਪਲੋਈ ਕੋਈ ਉਹਨੂੰ ਇਹ ਨਹੀਂ ਪਤਾ ਮਿਨੀਮਮ ਵੇਜਸ, ਉਹਦੇ ਮਿਨੀਮਮ ਇੰਟਾਈਟਲਮੈਂਟਸ ਕੀ ਆ, ਸਿੱਕ ਲੀਵ ਉਹ ਸਾਲ ਦੀਆਂ ਕਿੰਨੀਆਂ ਲੈ ਸਕਦਾ, ਉਹ ਚੀਜ਼ ਹਾਂ ਜਿਹਨਾਂ ਨੇ ਬਾਈ ਪੈਸਾ ਕਰਦਾ ਉਹ ਗਲਤ ਗੱਲ ਆ। ਉਹ ਇਹ ਆ ਵੀ ਚਲੋ ਅੱਜ ਨਹੀਂ ਤਾਂ ਕੱਲ੍ਹ, ਮਤਲਬ ਮੈਂ ਤਾਂ ਰੱਬ 'ਚ ਯਕੀਨ ਰੱਖਣ ਵਾਲਾ ਬੰਦਾ, ਤੁਸੀਂ ਕਈ ਚੀਜ਼ਾਂ ਤੋਂ ਬਚ ਸਕਦੇ ਹੋ, ਰੱਬ ਤੋਂ ਕੋਈ ਨਹੀਂ ਬਚ ਸਕਦਾ, ਨਹੀਂ ਬਚ ਸਕਦਾ, ਉਹਨੂੰ ਤਾਂ ਪਹਿਲਾਂ ਜਿਹੜਾ ਪਿੱਛੇ ਕਰਕੇ ਆਇਆ ਉਹ ਵੀ ਪਤਾ, ਜੋ ਗਾਂਹ ਕਰਨਾ ਉਹ ਵੀ ਪਤਾ, ਪਰ ਉਹ ਗਲਤ ਗੱਲ ਆ ਜੀ। ਸੋ ਬਾਈ ਮੇਰੇ ਕੋਲ ਕਈਆਂ ਨੇ ਸਕਰੀਨਸ਼ੋਟ ਵੀ ਸ਼ੇਅਰ ਕੀਤੇ, ਹੈ ਨਾ। ਸੋ ਉਹਨਾਂ ਦੀ ਵੀਕ ਦੀ ਪੇ ਹੁੰਦੀ ਆ ਬਾਈ 450-550, ਤਾਂ ਉਹਨਾਂ ਦੇ ਵਿੱਚੋਂ ਰੈਂਟ ਵੀ ਉੱਥੇ ਉਹ ਪੇ ਕਰੀ ਜਾਂਦੇ ਆ। ਸੋ ਉਹਨਾਂ ਨੂੰ ਬਾਈ ਵੀਕ ਦਾ ਬਣਦਾ 200-250, ਉਹਦੇ ਵਿੱਚ ਬਾਈ ਇੱਥੇ ਗੁਜ਼ਾਰਾ ਕਰਨਾ ਬਹੁਤ ਔਖਾ, ਬਹੁਤ ਔਖਾ ਜੀ। ਉਹ ਵੀਰੇ ਇਹ ਆ ਵੀ ਇੰਪਲੋਇਰਸ ਨੇ ਉਹ ਗਲਤ ਕਰ ਰਹੇ ਆ, ਉਹਦਾ ਚਲੋ ਹੁਣ ਪਿੱਛੇ ਜੇ ਕੰਪਲੇਂਟਸ ਵੀ ਬਹੁਤ ਹੋਈਆਂ, ਤੇ ਮੈਂ ਦੱਸੂਗਾ ਵਿਊਅਰਸ ਨੂੰ, ਦਰਸ਼ਕਾਂ ਨੂੰ, ਵੀ ਤੁਸੀਂ ਲੀਗਲ ਸਪੋਰਟ ਲੈ ਸਕਦੇ ਹੋ। ਤੁਸੀਂ ਇਮੀਗ੍ਰੇਸ਼ਨ 'ਚ ਕਾਲ ਕਰਕੇ ਦੱਸ ਸਕਦੇ ਹੋ ਵੀ ਸਾਡੇ ਨਾਲ ਆਹ ਚੀਜ਼ ਹੋ ਰਹੀ ਹੈ, ਉਹ ਤੁਹਾਨੂੰ ਸਪੋਰਟ ਕਰਨਗੇ ਜੀ। ਹਾਂਜੀ, ਪਰ ਇਹ ਹੈ ਚੀਜ਼ ਗਲਤ ਆ ਵੀਰੇ, ਗਲਤ ਚੀਜ਼। ਹਾਂ ਬਿਲਕੁਲ, ਮੈਂ ਜਮਾਂ ਹੀ ਨਹੀਂ ਹੱਕ 'ਚ ਇਹਦੇ ਵੀ ਆਪਾਂ ਕਿਸੇ ਨਾਲ ਪੈਸੇ ਲੈਣੇ, ਕਿਸੇ ਤੋਂ ਪੈਸੇ ਲੈ ਕੇ ਵੀਜ਼ਾ ਲਵਾਉਣਾ, ਬਾਅਦ 'ਚ ਉਹਨਾਂ ਨੂੰ ਹਰਾਸ਼ ਕਰਨਾ, ਗਲਤ ਚੀਜ਼ਾਂ ਵੀਰੇ।
ਵੀ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਬਈ। ਦੇਖੋ ਆਪਾਂ ਕਹਿ ਲਈਏ ਵੀ ਜੇ ਪੋਲਿਸੀ ਚੇਂਜ ਹੋਈ ਆ, ਕੁਛ ਲੋਕਾਂ ਨੇ ਉਹਨਾਂ ਦੀ ਗਲਤ ਵਰਤੋਂ ਕੀਤੀ ਉਦੋਂ ਬਾਅਦ ਹੀ ਚੇਂਜ ਹੋਈ ਆ, ਉਹ ਬਿਲਕੁਲ ਗਲਤ ਗੱਲ ਆ ਜੀ। ਚਲੋ ਪੈਸੇ ਲਏ ਆ ਬਈ, ਪਰ ਫਿਰ ਵੀ ਜੇ ਉਹਨੂੰ ਬੰਦਾ ਕੰਮ ਦੇਈ ਜਾਂਦਾ ਵਧੀਆ ਵੀਕਲੀ, ਹੈ ਨਾ, ਵਧੀਆ ਵੀਕਲੀ ਉਹਨੂੰ ਪੇ ਆਈ ਜਾਂਦੀ ਆ, ਉਹਦਾ ਵੀ ਕੋਈ ਦੁੱਖ ਨਹੀਂ ਬਾਈ। ਅਸਲ ਮੈਂ ਤਾਂ ਇਹ ਚੀਜ਼ ਨਹੀਂ ਕਹੂੰਗਾ, ਮੇਰੀ ਸੋਚਣੀ ਹੈ ਵੀ ਜਿਹੜਾ ਬੰਦਾ ਥੋਤੋਂ ਪਹਿਲਾਂ ਹੀ ਪੈਸੇ ਲੈ ਰਿਹਾ, ਤਾਂ ਮੇਰੀ ਸੋਚਣੀ ਵੀ ਭੁੱਲ ਜਾਓ, ਜਿਹੜਾ ਅੱਜ ਲਾਲਚੀ ਹੈ ਕੱਲ੍ਹ ਨੂੰ ਤੁਹਾਡੇ ਹੱਕ 'ਚ ਖੜ ਜਾਓ ਜੀ। ਵੀ ਜਿਹੜੀ ਦੇਖੋ ਆਪਾਂ ਇੱਕ ਜੁਰਮ ਕਰਦੇ ਹਾਂ ਤਾਂ ਉਦੋਂ ਬਾਅਦ ਜੇ ਕਹੀਏ ਵੀ ਹਾਂਜੀ ਦੂਜਾ ਨਾ ਕਰੋ, ਇਹ ਚੀਜ਼ ਸਹੀ ਨਹੀਂ। ਪੈਸੇ ਲੈਣੇ ਵੀ ਗਲਤ ਆ ਬਈ, ਪੈਸੇ ਲੈਣੇ ਵੀ ਗਲਤ। ਹਾਂਜੀ, ਉਹ ਕੋਈ ਹੱਕ ਹੀ ਨਹੀਂ ਬਣਦਾ ਵੀਰੇ। ਦੇਖੋ ਆਪਣੇ ਆਪਾਂ ਨੇ ਬਿਜ਼ਨਸ ਨੂੰ ਜੇ ਵਾਕਈ ਲੋੜ ਆ ਇੰਪਲੋਈਜ਼ ਦੀ, ਤੁਸੀਂ ਐਡ ਪਾ ਰਹੇ ਵੀ ਸਾਨੂੰ ਨਿਊਜ਼ੀਲੈਂਡਰ ਮਿਲ ਨਹੀਂ ਰਹੇ ਜੀ, ਐਕ੍ਰੀਡੇਸ਼ਨ ਦਾ ਸਿੰਪਲ ਜਿਹੇ ਸ਼ਬਦਾਂ 'ਚ ਮਤਲਬ ਇਹ ਆ ਵੀ ਸਾਡੇ ਬਿਜ਼ਨਸ ਨੂੰ ਨਿਊਜ਼ੀਲੈਂਡਰ ਦੇ ਜਿਹੜੇ ਬੰਦੇ ਆ ਉਹ ਮਿਲ ਨਹੀਂ ਰਹੇ, ਅਸੀਂ ਬਾਹਰੋਂ ਮੰਗਵਾਉਣਾ ਚਾਹੁੰਦੇ ਜੀ, ਅਤੇ ਉਹ 'ਚ ਜੇ ਆਪਾਂ ਪੈਸੇ ਲਈ, ਉਹ ਤਾਂ ਕਿਤੇ ਲਿਖੇ ਹੀ ਨਹੀਂ ਬਾਈ, ਉਹ ਤਾਂ ਗਲਤ ਆ, ਬਹੁਤ ਗਲਤ। ਹਾਂਜੀ, ਉਹ ਗਲਤ ਆ। ਸੋ ਬਾਈ ਇਹਦਾ ਫਾਈਲ ਚਾਰਜ ਲੈ ਲਏ, ਹੈ ਨਾ, ਥੋੜ੍ਹੇ ਮੋਟੇ ਖਰਚੇ ਬੰਦਾ ਹੋਰ ਲੈ ਲਵੇ, ਕੋਈ ਚੱਕਰ ਨਹੀਂ, ਪਰ ਇੰਨਾ ਕੁ ਜਾਇਜ਼ ਹੈ 25 ਲੱਖ ਜਾਂ ਨਹੀਂ? ਮੈਂ ਤਾਂ ਇਹ ਕਹਿਣਾ ਵੀ ਬਾਈ ਇਮੀਗ੍ਰੇਸ਼ਨ ਫੀਸ, ਉਦੋਂ ਬਾਅਦ ਆ ਜਾਂਦੀ ਹੈ ਐਡਵਾਈਜ਼ਰ ਦੀ ਫੀਸ, ਉਦੋਂ ਉੱਪਰ ਇੱਕ ਵੀ ਪੈਸਾ ਲੱਗਿਆ ਉਹ ਤਾਂ ਨਜਾਇਜ਼ ਹੀ ਹੈ, ਕਿਉਂਕਿ ਬਾਈ ਗੱਡੀ ਘੁੰਮਦੀ ਹੈ ਨਾ ਜਦੋਂ ਆ ਕੇ ਤੁਹਾਨੂੰ ਬਾਈ ਦੱਸਦਾ, ਅਤੇ ਜਾਂ ਤਾਂ ਗੱਲਾਂ ਹੁੰਦੀਆਂ 20 ਲੱਖ ਪਲੱਸ ਜਾਂ 25 ਲੱਖ, ਇੱਥੇ ਇੱਕ ਗੱਲਾਂ ਹੁੰਦੀਆਂ। ਅਸਲ ਮੈਂ ਬਾਈ ਇਹ ਚੀਜ਼ ਹੁਣ ਮੈਂ ਤੁਹਾਨੂੰ ਦੱਸਦਾ ਛੋਟੀ ਜਿਹੀ ਐਗਜ਼ਾਮਪਲ, ਹੁਣ ਇਮੀਗ੍ਰੇਸ਼ਨ ਦਾ ਜਦੋਂ ਐਡਵਾਈਜ਼ਰ ਦਾ ਕੰਮ ਸ਼ੁਰੂ ਕੀਤਾ, ਫੇਸਬੁੱਕ 'ਤੇ ਮੈਨੂੰ ਮੈਸੇਜਸ ਆਉਣਗੇ, ਮਤਲਬ 30-40% ਮੈਸੇਜਸ ਇਹੋ ਜਿਹੇ ਆ ਵੀ ਬਾਈ ਜੀ ਵਰਕ ਵੀਜ਼ਾ ਲਗਵਾ ਦਿਓ। ਹਾਲਾਂਕਿ ਮੈਂ ਉਹਨਾਂ ਨੂੰ ਕਹਿੰਦਾ ਵੀ ਨਹੀਂ ਜੀ, ਅਸੀਂ ਇਹ ਵਰਕ ਵੀਜ਼ਾ ਨਹੀਂ, ਤੁਹਾਡੇ ਕੋਲ ਜੋਬ ਆਫਰ ਹੈਗੀ ਆ, ਮੈਂ ਐਜ਼ ਆ ਐਡਵਾਈਜ਼ਰ ਤੁਹਾਡੀ ਫਾਈਲ ਲਾ ਸਕਦਾ। ਪਰ ਉਹ ਬੰਦੇ ਇੰਡੀਆ 'ਚ ਬੈਠੇ, ਉਹ ਸਮਝ ਹੀ ਨਹੀਂ ਰਹੇ ਵੀ ਨਹੀਂ ਇਹ ਚੀਜ਼ ਗਲਤ ਆ, ਉਹ ਮੂਹਰੇ ਆਫਰ ਕਰਨ ਲੱਗ ਜਾਂਦੇ ਵੀ ਨਹੀਂ ਜੀ ਆਹ ਚੀਜ਼ ਇੱਦਾਂ ਨਹੀਂ, ਤੁਸੀਂ ਆਹ ਪੈਸੇ ਦੇਖ ਲਓ, ਅਸੀਂ ਇੰਨੇ ਤੱਕ ਸਾਡਾ ਬਜਟ ਆ, ਉਹ ਗਲਤ ਆ ਵੀਰੇ ਜੀ। ਹਾਂਜੀ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਸੋ ਬਾਈ ਇਹ ਬਹੁਤ ਵਧੀਆ ਲੱਗੀ ਤੁਹਾਡੀ ਗੱਲ, ਅਤੇ ਇੱਕ ਖਾਸ ਕਰਕੇ ਬਾਈ ਸਵਾਲ ਹੋਰ ਸੀਗਾ ਜਿਵੇਂ ਟਰੱਕ ਡਰਾਈਵਰ। ਹਾਂਜੀ ਵੀਰੇ, ਟਰੱਕ ਡਰਾਈਵਰ ਜਿਹੜੀ ਬਈ ਡਰਾਈਵਿੰਗ ਦੀ ਲੈਣ ਆ, ਇਹਨਾਂ ਦੇ ਵਿੱਚ ਅੱਗੇ ਜਾ ਕੇ PR ਵਗੈਰਾ ਹੈ ਜਾਂ ਇਹ ਗ੍ਰੀਨ ਲਿਸਟ ਦੇ ਵਿੱਚ ਹੈ ਜਾਂ ਨਹੀਂ ਆ? ਇਹ ਵੀਰੇ ਪਹਿਲੋ ਰੈਜੀਡੈਂਸੀ ਵਾਲੇ ਪਾਥ ਵਿੱਚ ਸੀਗੇ, ਪਰ 7 April 2024 ਤੋਂ ਬਾਅਦ ਚੇਂਜ ਹੋ ਗਏ। ਪਰ ਜਿਨ੍ਹਾਂ ਦਾ 6 April 2024 ਤੋਂ ਪਹਿਲੋਂ ਵੀਜ਼ਾ ਲੱਗਿਆ ਹੋਇਆ ਸੀ ਜਾਂ 6 April 2024 ਤੋਂ ਪਹਿਲੋਂ ਵੀਜ਼ਾ ਪਾਇਆ ਹੋਇਆ ਸੀ, ਐਪਲੀਕੇਸ਼ਨ ਪਾਈ ਸੀ ਟਰੱਕ ਡਰਾਈਵਰ ਦੀ, ਬੱਸ ਡਰਾਈਵਰ ਦੀ, ਹੋਰ ਕਾਫੀ ਨਾਲ ਲਿਸਟਾਂ ਹੈਗੀਆਂ ਨੇ, ਮੋਸਟਲੀ ਜਿਹੜੇ ਆਪਣੇ ਬੰਦੇ ਆਉਂਦੇ ਆ ਟਰੱਕ ਡਰਾਈਵਰ ਕਲਾਸ 4 ਜਾਂ 5 ਦਾ, ਬੱਸ ਡਰਾਈਵਰ ਜਿਹੜਾ ਪੈਸੈਂਜਰ ਬੱਸ ਡਰਾਈਵਰ ਹੋਵੇ ਜਾਂ ਜਿਹੜੇ ਬੰਦੇ ਫਰਨੀਚਰ ਰਿਮੂਵ ਕਰਦੇ ਹੋਣ ਉਹ 'ਚ ਕਲਾਸ 4 ਜਾਂ 5 ਦਾ ਲਾਇਸੈਂਸ ਹੋਵੇ। ਜੇ ਤੁਹਾਡਾ 6 April 2024 ਤੋਂ ਪਹਿਲੋਂ ਫਾਈਲ ਲੱਗੀ ਸੀ ਜਾਂ ਤੁਸੀਂ ਆਲਰੇਡੀ ਅਪਰੂਵ ਸੀ ਕੰਮ ਕਰ ਰਹੇ ਸੀ, ਤੇ ਜੇ ਫਾਈਲ ਉਦੋਂ ਪਹਿਲੋਂ ਲੱਗੀ ਸੀ ਬਾਅਦ ਚੋਂ ਅਪਰੂਵ ਹੋ ਜਾਂਦੀ ਹੈ ਤਾਂ ਵਿਦਇਨ ਫਸਟ ਮੰਥ ਤੁਸੀਂ ਕੰਮ ਸਟਾਰਟ ਕਰਦੇ ਹੋ, ਤੁਸੀਂ ਬਾਈ ਸਟਿਲ ਐਲੀਜੀਬਲ ਹੋ PR ਲਈ ਜੀ। ਤੁਸੀਂ 24 ਮਹੀਨੇ ਜਦੋਂ ਤੁਹਾਨੂੰ ਵਰਕ ਐਕਸਪੀਰੀਅੰਸ ਹੋ ਜਾਂਦਾ ਉਦੋਂ ਬਾਅਦ ਉਹ ਬੰਦੇ ਵਰਕ ਆਪਦੀ ਰੈਜੀਡੈਂਸੀ ਹੈ ਜਿਹੜੀ ਪਾ ਸਕਦੇ ਵੀ ਟਰੱਕ ਲੈਣ ਦੇ ਵਿੱਚ ਹਜੇ ਆਪਾਂ ਕਹਿ ਸਕਦੇ ਹਾਂ ਹੈਗੀ ਹੈ ਵੀ ਜਿਨ੍ਹਾਂ ਦੀ ਵੀਰੇ ਵੀਜ਼ੇ ਲੱਗੇ ਆ 6 April ਤੋਂ ਪਹਿਲਾਂ, ਉਹਨਾਂ ਪਹਿਲਾਂ ਜਿਹੜੇ ਨਵੇਂ ਆ ਉਹਨਾਂ ਨੂੰ ਨਹੀਂ, ਜਿਹੜੇ 6 April 2024 ਤੋਂ ਪਹਿਲਾਂ ਲੱਗੇ ਆ ਉਹ ਬਾਈ ਰੈਜੀਡੈਂਸੀ ਲਈ ਐਲੀਜੀਬਲ ਆ। ਹਾਂ, ਬਾਕੀ ਕੰਡੀਸ਼ਨਸ ਹੈਗੀਆਂ ਨੇ ਜਿਵੇਂ ਆਇਲਸ ਰਿਕੁਆਇਰਮੈਂਟ ਜਾਂ ਕਰੈਕਟ ਰਿਕੁਆਇਰਮੈਂਟ, ਹਾਂ, ਬਟ ਉਹ ਐਲੀਜੀਬਲ ਹੈਗੀ ਆ ਵੀਰੇ ਜੀ। ਅਤੇ ਬਾਈ ਅੱਗੇ ਜਿੱਦਾਂ ਇਮੀਗ੍ਰੇਸ਼ਨ ਦੇ ਰੂਲ ਚੇਂਜ ਹੁੰਦੇ ਰਹਿੰਦੇ, ਹੈ ਨਾ, ਆਪਾਂ ਕਹਿ ਦਿੰਦੇ ਵੀ 6 ਮਹੀਨੇ ਕੁਛ ਨਹੀਂ ਪਤਾ ਲੱਗਦਾ ਵੀ ਰੂਲ ਚੇਂਜ ਹੁੰਦੇ ਆ। ਸੋ ਅੱਗੇ ਤੁਹਾਡੇ ਹਿਸਾਬ ਨਾਲ ਕੋਈ ਚਾਂਸ ਹੈਗੇ ਵੀ ਟਰੱਕ ਡਰਾਈਵਰ ਦੀ ਜਿਹੜੀ ਜੋਬ ਆ ਇਹਦੇ ਵਿੱਚ ਕੋਈ ਅੱਗੇ PR ਵਗੈਰਾ ਦੇ ਚਾਂਸ ਹੋਣਗੇ? ਬਾਈ ਇਹ ਤਾਂ ਕਹਿਣਾ ਬਹੁਤ ਮੁਸ਼ਕਲ ਆ। ਪਹਿਲੋਂ ਮੈਂ ਤੁਹਾਨੂੰ ਦੱਸਦਾ, ਪਹਿਲੋਂ ਇਹ ਹੁੰਦਾ ਸੀ ਵੀ ਰੂਲ ਚੇਂਜ ਹੋਣ ਤੋਂ ਪਹਿਲੋਂ ਨਾ ਅੰਦਾਜ਼ਾ ਹੋ ਜਾਂਦਾ ਸੀ ਜੀ, ਜਾਂ ਕਹਿ ਲਓ ਐਡਵਾਈਜ਼ਰਸ ਨੂੰ ਜਾਂ ਜਿਹੜੇ ਗਰੁੱਪ ਆ ਪਤਾ ਲੱਗ ਜਾਂਦਾ, ਜਾਂ ਇਮੀਗ੍ਰੇਸ਼ਨ ਇਹ ਕਹਿੰਦੀ ਸੀ ਜੀ ਅਸੀਂ
ਅੱਜ ਤੋਂ 2 ਮਹੀਨੇ ਬਾਅਦ ਆਹ ਰੂਲ ਆ ਜਿਹੜੇ ਉਹ ਲਾਗੂ ਕਰਨੇ ਆ, ਪਰ ਜੋ ਅੱਜ ਦੇ ਹਾਲਾਤ ਆ ਤਾਂ ਉਹ ਸਵੇਰੇ ਈਮੇਲ 'ਚ ਹੀ ਪਤਾ ਲੱਗਦਾ 8 ਵਜੇ ਵੀ ਆਹ ਚੀਜ਼ ਅੱਜ ਤੋਂ ਹੀ ਲਾਗੂ ਜੀ ਹੈ, ਵੀ ਅੱਜ ਕੱਲ੍ਹ ਕੁਛ ਨਹੀਂ ਪਤਾ ਲੱਗਦਾ ਵੀ ਕਦੋਂ ਚੇਂਜ ਹੋ ਗਿਆ ਕਦੋਂ ਚੇਂਜ, ਉਹ ਚੀਜ਼ ਦਾ ਕੁਛ ਨਹੀਂ ਆਪਾਂ ਕਹਿ ਸਕਦੇ। ਹਾਂ, ਪਰ ਇੰਨਾ ਕੁ ਜ਼ਰੂਰ ਆ ਵੀ ਐਕਰੀਡੇਟਡ ਵੀਜ਼ੇ ਨੂੰ ਵੀ ਰਿਵਿਊ 'ਚ ਕਰ ਰਿਹਾ ਉਹ ਵੀ ਆਪਾਂ ਇਹਦੇ 'ਚ ਕੀ ਚੇਂਜਸ ਕਰ ਸਕਦੇ ਹਾਂ ਜਿਹੜਾ ਐਕਸਪਲੋਇਟੇਸ਼ਨ ਆ ਉਹ ਨਾ ਹੋਵੇ ਜੇ ਨਾ ਹੋਇਆ। ਹਾਂਜੀ, ਸੋ ਬਾਈ ਜਿੱਦਾਂ ਹੁਣ ਵੀਜ਼ਿਆਂ 'ਤੇ ਕੋਈ ਵੀ ਸਟੇਟਸ ਹੁੰਦਾ ਸੋ ਇਹਨਾਂ ਦੀਆਂ ਫੀਸਾਂ ਵਧਾਈਆਂ ਗਈਆਂ। ਹਾਂਜੀ, ਇਮੀਗ੍ਰੇਸ਼ਨ ਨੇ ਇਹਦੇ ਬਾਰੇ ਕੁਛ ਗੱਲਬਾਤ ਕੋਈ ਦਰਸ਼ਕਾਂ ਨਾਲ ਸਾਂਝੀ ਕਰੋ ਵੀ ਕੋਈ ਕਿੱਦਾਂ ਇਹ ਫੀਸਾਂ ਵਗੈਰਾ ਕਿੱਦਾਂ ਘੱਟ ਵੱਧ ਹੋਣਗੀਆਂ ਜਾਂ ਅੱਗੇ ਇੱਦਾਂ ਹੀ ਰਹਿਣਗੀਆਂ। ਘੱਟ ਹੋਣੀਆਂ ਤਾਂ ਵੀਰੇ ਮੁਸ਼ਕਲ ਆ ਜੀ, ਵੱਧ ਹਾਂ ਵੀ ਵੱਧ ਸਕਦੀਆਂ, ਵੱਧ ਸਕਦੀਆਂ, ਮੈਂ ਘੱਟ ਨਹੀਂ ਘੱਟ ਨਹੀਂ ਵੱਧ ਦਾ ਵੀ ਮੈਂ ਨਹੀਂ ਕਹਿੰਦਾ ਵੀ ਵਧਣਗੀਆਂ, ਪਰ ਘੱਟ ਹੋਣੀਆਂ ਦਾ ਕੋਈ ਵੀ ਚੀਜ਼ ਆਪਾਂ ਕਹਿ ਲਈਏ ਕਿਸੇ ਵੀ ਚੀਜ਼ ਦਾ ਰੇਟ ਘਟਣਾ ਅੱਜ ਦੇ ਜ਼ਮਾਨੇ 'ਚ ਬੜਾ ਮੁਸ਼ਕਲ ਆ ਵੀਰੇ। ਹਾਂ, ਫੀਸਿਸ ਵਧਾ ਰਹੇ ਆ, ਜਿਵੇਂ ਸਟੂਡੈਂਟ ਵੀਜ਼ਾ $375 ਇਮੀਗ੍ਰੇਸ਼ਨ ਫੀਸ ਆ, ਅਤੇ 1 ਅਕਤੂਬਰ ਤੋਂ ਉਹ $750 ਹੋ ਜਾਣੀ ਆ ਜੀ। ਐਕਰੀਡੇਟਡ ਵੀਜ਼ੇ ਦੀ ਜਿਹੜੀ 750 ਸੀ ਉਹ 1 ਅਕਤੂਬਰ ਤੋਂ 1540 ਹੋ ਜਾਣੀ ਆ ਜੀ। ਸਾਰੀਆਂ ਫੀਸਾਂ ਸਾਰੀਆਂ ਵਧਾ ਰਿਹਾ ਆਲਮੋਸਟ ਜੀ। ਆਪਾਂ ਜਿਵੇਂ ਪਿੱਛੇ ਜੇ ਗੱਲ ਵੀ ਕੀਤੀ ਸੀ ਬਾਈ ਵੀ ਲੈਵਲ 4 ਅਤੇ 5 ਦੀ, ਹਾਂਜੀ, ਤਾਂ ਆਪਾਂ ਲੈਵਲ 7 ਅਤੇ ਲੈਵਲ 8 ਦੀ ਆਪਾਂ ਗੱਲ ਕਰੀਏ ਵੀ ਇਹਨਾਂ ਦੇ ਵਿੱਚ ਓਪਨ ਵਰਕ ਪਰਮਿਟ ਹੈ ਵੀਰੇ? ਇਹ ਜਿਹੜਾ ਲੈਵਲ ਸਕਿੱਲ ਲੈਵਲ ਸੀਗੀ 4-5, ਜਿਹੜਾ 7-8 ਹੈ ਸਟੱਡੀ ਆ ਜਾਂਦੀ ਹੈ। ਸਟੱਡੀ, ਹਾਂਜੀ, ਸਟੱਡੀ ਦੇ ਵਿੱਚ ਇਹ ਆ ਵੀਰੇ, ਜੇ ਤੁਸੀਂ ਬੈਚਲਰ ਡਿਗਰੀ ਕਰਦੇ ਹੋ ਲੈਵਲ 7 ਦੇ ਬਰਾਬਰ ਜੀ, ਤਾਂ ਉਦੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲੂਗਾ ਜੀ। ਲੈਵਲ 8 ਕਰਦੇ ਹੋ, ਲੈਵਲ 9 ਕਰਦੇ ਹੋ, ਉਹ ਡਿਪਲੋਮਾ ਵੀ ਕਰਦੇ ਹੋ ਗ੍ਰੈਜੂਏਟ ਡਿਪਲੋਮਾ, ਉਹ 'ਚ ਵੀ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲ ਜੂਗਾ। ਜੇ ਤੁਸੀਂ ਲੈ ਰਹੇ ਹੋ ਲੈਵਲ 5-6-7 ਗ੍ਰੀਨ ਲਿਸਟ ਰੋਲ 'ਚ, ਫਿਰ ਪੋਸਟ ਸਟੱਡੀ ਵਰਕ ਵੀਜ਼ਾ ਮਿਲ ਜੂ। ਜੇ ਉਹ ਤੋਂ ਬਿਨਾਂ ਲੈ ਰਹੇ ਹੋ ਫਿਰ ਪੋਸਟ ਸਟੱਡੀ ਵਰਕ ਵੀਜ਼ਾ ਜਿਹੜਾ ਪੜ੍ਹਾਈ ਤੋਂ ਬਾਅਦ ਆ ਉਹ ਨਹੀਂ ਮਿਲਣਾ ਜੀ। ਤਾਂ ਮੈਂ ਜਿੰਨਾ ਕਿ ਇਹ ਕਹੂੰਗਾ ਵੀ ਵਿਊਅਰਸ ਨੂੰ, ਜਦੋਂ ਤੁਸੀਂ ਸਟੱਡੀ ਲੈਣੀ ਆ ਕੋਸ਼ਿਸ਼ ਇਹ ਕਰੋ ਵੀ ਚੈੱਕ ਕਰੋ ਤੁਹਾਡੀ ਸਟੱਡੀ ਆ ਜਿਹੜੀ ਉਹਦੇ ਗਾਂਹ ਪੋਸਟ ਸਟੱਡੀ ਵਰਕ ਵੀਜ਼ਾ ਹੈਗਾ, ਕੋਈ ਰੈਜੀਡੈਂਸੀ 'ਚ ਤੁਹਾਡੇ ਪੁਆਇੰਟਸ ਬਣ ਰਹੇ ਆ, ਉਹਦੇ ਕੋਈ ਬੈਨੀਫਿਟ ਹੈਗਾ, ਉਹ ਚੀਜ਼ਾਂ ਨੇ। ਜਿੱਦਾਂ ਬਾਈ ਇੰਡੀਆ ਤੋਂ ਸਟੱਡੀ ਕਾਫੀ ਜਣੇ ਪਾ ਕੇ ਆਏ ਹੋਏ ਆ, ਤਾਂ ਉਹਨਾਂ ਨੂੰ 4-5 ਦੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ 4-5 ਲੈਵਲ ਦੱਸਿਆ ਗਿਆ ਹੈਲਥ ਕੇਅਰ ਦੇ ਵਿੱਚ। ਹਾਂਜੀ ਹਾਂਜੀ, ਤਾਂ ਇਹਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਵੀ ਇਹ ਸਕਿੱਲ, ਹਾਂਜੀ, ਤੇ ਇਹ ਤਾਂ ਬਾਈ ਉਹਨਾਂ ਨੇ ਜਿੱਦਾਂ 4-5 ਲੈਵਲ ਦੱਸ ਕੇ ਉਹਨਾਂ ਨੇ ਸਟੱਡੀ ਪਾਈ ਸੀਗੀ ਹੈਲਥ ਕੇਅਰ ਦੀ, ਉਹਨਾਂ ਬਾਰੇ ਕੀ ਬਾਈ? ਉਹਨਾਂ ਨੂੰ ਪੋਸਟ ਸਟੱਡੀ ਵਰਕ ਵੀਜ਼ਾ ਤਾਂ ਨਹੀਂ ਮਿਲਣਾ, ਐਲੀਜੀਬਲ ਨਹੀਂ ਹੈਗੇ ਅੱਜ ਦੀ ਡੇਟ ਦੇ ਵਿੱਚ ਜੀ। ਹਾਂ, ਪਰ ਉਹਦੇ ਵਿੱਚ ਇਹ ਆ ਵੀ ਜਦੋਂ 4-5 ਕਰ ਲੈਂਦੇ ਆ ਉਦੋਂ ਬਾਅਦ ਉਹਨਾਂ ਨੂੰ ਕੋਈ ਐਕਰੀਡੇਟਡ ਇੰਪਲੋਇਰ ਮਿਲਦਾ ਵਾ ਜੀ, ਮੀਡੀਅਨ ਵੇਜਸ ਪੇ ਕਰਦੇ ਜੋ ਵੀ ਚੈੱਕ ਲਿਸਟ ਹੁੰਦੀ ਹੈ, ਫਿਰ ਉਹਨਾਂ ਦਾ ਵਰਕ ਵੀਜ਼ਾ ਪੈ ਸਕਦਾ, ਨਹੀਂ ਉਹ ਬੰਦੇ ਵੀ ਆਪਦੀ ਗਾਂਹ ਜਿਹੜੀ ਸਟੱਡੀ ਉਹ ਫਰਦਰ ਕੰਟੀਨਿਊ ਕਰ ਸਕਦੇ, ਕੋਈ ਬੈਚਲਰ ਕਰ ਸਕਦੇ, ਲੈਵਲ 4-5 ਹੋ ਗਿਆ, 6-7  'ਚ ਜਾ ਸਕਦੇ, ਉਹ ਆਪਸ਼ਨਸ ਆ ਵੀਰੇ ਜੀ। ਸੋ ਇੱਕ ਅੱਜ ਮੈਸੇਜ ਆਇਆ ਸੀਗਾ ਵੀ ਸਿੰਗਾਪੁਰ ਤੋਂ ਬਾਈ ਨਿਊਜ਼ੀਲੈਂਡ ਆਉਣਾ ਚਾਹੁੰਦੇ ਆ, ਹੈ ਨਾ? ਹਾਂਜੀ, ਸੋ ਉਹਨਾਂ ਬਾਰੇ ਕੀ ਰਾਏ ਆ ਬਾਈ ਤੁਹਾਡੀ ਵੀ ਸਿੰਗਾਪੁਰ ਤੋਂ ਸਟੱਡੀ ਬੇਸ 'ਤੇ ਕਿੱਦਾਂ ਲੱਗ ਸਕਦਾ ਉਹ ਤੁਸੀਂ ਥੋੜ੍ਹਾ ਜਿਹਾ ਬਾਈ? ਸਟੱਡੀ ਬੇਸ 'ਤੇ ਆ ਵੀ ਤੁਸੀਂ, ਇਹ ਨਹੀਂ ਹੈਗਾ ਵੀ ਕਿਹੜੀ ਕੰਟਰੀ 'ਚ ਲਾਉਣਾ, ਤੁਸੀਂ ਜਿਹ 'ਚੋਂ ਮਰਜ਼ੀ ਲਾ ਸਕਦੇ ਹੋ, ਉਹਨਾਂ ਦੀਆਂ ਆਪਾਂ ਰਿਕੁਆਇਰਮੈਂਟਸ ਪੂਰੀਆਂ ਕਰਦੇ। ਹੁਣ ਰਿਕੁਆਇਰਮੈਂਟਸ ਆ ਵੀ ਗ੍ਰੈਜੂਏਸ਼ਨ ਕੀਤੀ ਆਪਾਂ ਲੈਵਲ 7 ਲੈਣਾ ਵਾ, ਜਿਹੜੀ ਸਟੱਡੀ ਰੈਲੀਵੈਂਸੀ ਆਪਾਂ ਸ਼ੋਅ ਕਰਨੀ ਆ ਵੀ ਜਿਹੜੀ ਸਟੱਡੀ ਲੈ ਰਹੇ ਹਾਂ ਉਹਦਾ ਪਿਛਲੀ ਸਟੱਡੀ ਨਾਲ ਤਾਲੁਕਾਤ ਕੀ ਆ ਜੀ, ਜਾਂ ਆਪਣਾ ਕੋਈ ਜੋਬ ਕਰ ਰਹੇ ਹਾਂ ਆਪਾਂ ਉਹਦੇ ਰਿਲੇਟਡ ਅਪ ਸਕਿੱਲ ਕਰਨਾ ਚਾਹੁੰਦੇ ਹਾਂ, ਜਿਹੜੇ ਆਪਣੇ ਫੰਡ ਪਏ ਆ, ਫੰਡ ਜੇ ਪੁਰਾਣੇ ਆ ਜਾਂ ਨਵੇਂ, ਉਹਨਾਂ ਦਾ ਸੋਰਸ ਕੀ ਆ ਜੀ? ਜਦੋਂ ਪ੍ਰੋਬਲਮ ਇਹ ਹੁੰਦੀ ਆ ਸਟੂਡੈਂਟ ਵੀਜ਼ੇ 'ਚ, ਫੰਡ ਇੱਕੋ ਦਮ ਰੱਖ ਲਏ 15 ਦਿਨ ਪਹਿਲਾਂ ਆਪਾਂ 25 ਲੱਖ ਕੰਮ 'ਚ ਰੱਖ ਲਿਆ ਜੀ, ਉਹਨੂੰ ਐਕਸਪਲੇਨ ਕੀਤਾ ਨਹੀਂ ਉਹ ਆਇਆ ਕਿੱਥੋਂ ਜੀ, ਉਹ ਚੀਜ਼ 'ਚ ਡਿਕਲਾਈਨ ਰੇਟ ਜ਼ਿਆਦਾ ਹੈ ਵੀਰੇ ਜੀ। ਸੋ ਕਹਿ ਸਕਦੇ ਹਾਂ ਬਈ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਵੀ 6 ਮਹੀਨੇ ਪੁਰਾਣੇ ਹੋਣ ਫੰਡ। ਹਾਂਜੀ, 6 ਮਹੀਨੇ ਪੁਰਾਣੇ ਹੋਣ ਵੀਰੇ, ਜੇ ਫੰਡ ਨਵੇਂ ਆ ਤਾਂ ਫੰਡ ਦਾ ਸੋਰਸ ਹੋਵੇ ਵੀ ਫੰਡ ਆਏ ਕਿੱਥੋਂ, ਮੇਨ ਚੀਜ਼ ਉਹ ਅਗਰ ਆਪਾਂ ਦੱਸ ਸਕਦੇ ਵੀ ਸਾਡੇ ਫੰਡ ਜਿਹੜੇ ਉਹ 100% ਜੈਨੂਅਨ ਫੰਡ ਸਾਡੇ ਆਹ ਸੋਰਸ ਸਾ, ਕੋਈ ਬਿਜ਼ਨਸ ਤੋਂ ਆ ਰਹੇ ਉਹਦੀਆਂ ਟੈਕਸ ਰਿਟਰਨਾਂ ਲੱਗ ਗਈਆਂ ਵੀ ਪਿਛਲੇ ਆਹ 4 ਸਾਲ ਦੀਆਂ 5 ਸਾਲ ਦੀਆਂ ਟੈਕਸ ਰਿਟਰਨਾਂ, ਹਰੇਕ ਸਾਲ ਬਿਜ਼ਨਸ ਇੰਨੇ ਕਮਾ ਰਹੇ ਆ,
ਸਾਡੀ FD ਸੇਵਿੰਗ ਆ ਜਾਂ ਆਪਾਂ ਕਹਿ ਲਓ ਵੀ ਘਰ ਮਾਤਾ ਪਿਤਾ ਦੇ ਅਕਾਊਂਟ 'ਚੋਂ ਇੱਕ ਅਕਾਊਂਟ 'ਚ ਟ੍ਰਾਂਸਫਰ ਕੀਤੇ ਤਾਂ ਉਹ ਚੀਜ਼ ਉਹਦੇ ਫੰਡ ਦੇ ਸੋਰਸਸ ਹੋਣ ਜੀ, ਫਿਰ ਫਿਰ ਕੋਈ ਦਿੱਕਤ ਨਹੀਂ ਆਉਂਦੀ। ਜਿੱਦਾਂ ਬਾਈ ਹੁਣ ਕੋਈ ਵੀ ਇਹਦੇ ਵਿੱਚ ਸਟੱਡੀ ਬੇਸ 'ਤੇ ਜੋ ਕੋਈ ਫਾਈਲ ਲਾਉਂਦਾ ਹੈ ਨਾ, ਹਾਂਜੀ, ਸੋ ਉਹਨਾਂ ਦੇ ਪਿੱਛੇ ਵੀ ਕੋਈ ਫੰਡ ਸ਼ੋਅ ਕਰਦਾ ਕੋਈ ਵੀ, ਚਲੋ ਆਪਾਂ ਲਾ ਲਈਏ ਰਿਸ਼ਤੇਦਾਰੀ ਵਾਲਾ ਬੰਦਾ ਵੀ ਕਰ ਸਕਦਾ ਜਾਂ ਨਹੀਂ ਕਰ ਸਕਦਾ ਵੀਰੇ? ਉਹ ਰਿਸ਼ਤੇਦਾਰੀ ਵਾਲਾ ਕਰ ਸਕਦਾ, ਅੰਡਰਟੇਕਿੰਗ ਕਹਿੰਦੇ ਹੁੰਦੇ ਵੀ ਹਾਂਜੀ ਉਹ ਫੰਡਸ ਅੰਡਰਟੇਕਿੰਗ ਲੈ ਰਿਹਾ ਉਹ ਕਰ ਸਕਦੇ, ਪਰ ਉਹਦੇ ਵਿੱਚ ਇਹ ਹੁੰਦਾ ਵੀ ਆਪਾਂ ਨੂੰ ਫਿਰ ਉਹੀ ਗੱਲ ਆਉਂਦੀ ਵੀ ਸੋਰਸ ਦਿਖਾਉਣੇ ਪੈਣੇ ਆ ਵੀਰੇ, ਅਤੇ ਆਪਣੀ ਜਿਹੜੀ ਰਿਸ਼ਤੇਦਾਰੀ ਕੀ ਆ ਉਹਨਾਂ ਨਾਲ। ਇੱਕ ਇਹ ਹੁੰਦਾ ਵੀ ਹੁਣ ਦੇਖੋ ਮੈਨੂੰ ਪਤਾ ਵੀ ਮੈਨੂੰ ਮੇਰਾ ਮਾਸੀ ਦਾ ਮੁੰਡਾ ਜਾਂ ਭੂਆ ਦਾ ਮੁੰਡਾ ਸਪੋਂਸਰ ਕਰ ਰਿਹਾ, ਹੁਣ ਮੈਨੂੰ ਪਤਾ ਮੇਰੀ ਭੂਆ ਦਾ ਮੁੰਡਾ ਜਿਹੜਾ ਇਮੀਗ੍ਰੇਸ਼ਨ ਆਫਿਸਰ ਆ ਉਹਨੂੰ ਨਹੀਂ ਪਤਾ, ਫਾਈਲਸ ਕਿੱਥੋਂ ਜ਼ਿਆਦਾ ਡਿਕਲਾਈਨ ਹੁੰਦੀਆਂ, ਫਾਈਲ ਪ੍ਰੋਪਰ ਐਕਸਪਲੇਨ ਹੀ ਨਹੀਂ ਹੁੰਦੀ। ਹੁਣ ਉਹਦੇ ਨਾਲ ਤੁਸੀਂ ਕੁਛ ਵੀ ਜਿਹੜਾ ਇਮੀਗ੍ਰੇਸ਼ਨ ਨੂੰ ਕਹਿ ਰਹੇ ਹੋ ਉਹਦੇ ਨਾਲ ਆਪਾਂ ਐਵੀਡੈਂਸ ਲਾਉਣੇ ਆ ਜੀ, ਵੀ ਜੇ ਮੈਨੂੰ ਮੇਰੇ ਮਾਸੀ ਦਾ ਮੁੰਡਾ ਆਪਾਂ ਕੋਈ ਐਵੀਡੈਂਸ ਦਿਖਾਉਂਦੇ ਵੀ ਹਾਂਜੀ ਆਹ ਮੇਰਾ ਮਾਸੀ ਦਾ ਮੁੰਡਾ ਸਪੋਂਸਰਸ਼ਿਪ ਫਾਰਮ ਉਹ ਸਾਈਨ ਕਰ ਰਿਹਾ ਨਿਊਜ਼ੀਲੈਂਡ 'ਚ ਅਜੇ, ਵੀ ਹਾਂਜੀ ਉਹ ਮੈਨੂੰ ਸਪੋਂਸਰ ਕਰ ਰਿਹਾ, ਮੇਰੀ ਫੀਸ ਉਹਨੇ ਪੇ ਕਰਨੀ ਆ, ਲਿਵਿੰਗ ਐਕਸਪੈਂਸਿਸ ਉਹਦੇ ਅਕਾਊਂਟ 'ਚ, ਮੈਨੂੰ ਸਾਰਾ ਉਹਨੇ ਕਰਨਾ ਸਪੋਂਸਰ, ਉਹ ਚੀਜ਼ ਆ ਵੀਰੇ ਜੀ। ਵੀ ਆਪਾਂ ਕਹਿ ਸਕਦੇ ਹਾਂ ਵੀ ਰਿਸ਼ਤੇਦਾਰੀ ਚੱਲ ਸਕਦੀ ਪਰ ਐਵੀਡੈਂਸ ਪੂਰੇ ਹੋਣ ਵੀ ਐਵੀਡੈਂਸ ਆ, ਕੋਈ ਵੀ ਚੀਜ਼ ਆ ਵੀਰੇ ਉਹ ਇਕੱਲਾ ਆਪਾਂ ਲਿਖ ਕੇ ਕਹਿਤਾ ਲਿਖ ਕੇ ਨਹੀਂ, ਨਾਲ ਐਵੀਡੈਂਸ ਦੇਣੇ ਪੈਣੇ ਆਪਾਂ ਜੀ, ਆਹ ਐਵੀਡੈਂਸ ਇਹ ਪ੍ਰੂਵ ਕਰਦਾ ਵੀ ਵਾਕਈ ਆਹ ਚੀਜ਼ ਸੱਚ ਆ। ਅਤੇ ਬਈ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਜਦੋਂ ਕੋਈ ਫਾਈਲ ਲਾਉਂਦਾ ਹੈ ਨਾ, ਹਾਂਜੀ, ਸੋ ਐਮਬੈਸੀ ਦੇ ਵਿੱਚ ਫਾਈਲ ਜਾਂਦੀ ਆ, ਉਹ ਫਾਈਲ ਨੂੰ ਅਧੂਰੀ ਛੱਡਿਆ ਜਾਂਦਾ ਵੀ ਆਪਾਂ ਕਹਿ ਸਕਦੇ ਹਾਂ ਵੀ ਪ੍ਰੋਪਰ ਉਹਦੇ ਵਿੱਚ ਗੱਲਾਂ ਬਾਤਾਂ ਐਕਸਪਲੇਨ ਨਹੀਂ ਕੀਤੀਆਂ ਗਈਆਂ, ਇਹਦੇ ਵੀ ਕੋਈ ਰਿਫਿਊਜ਼ਲ ਦੇ ਚਾਂਸ ਹੁੰਦੇ? ਮੈਂ ਤੁਹਾਨੂੰ ਦੱਸਦਾ ਮੇਰੇ ਛੋਟੀ ਜਿਹੀ ਐਗਜ਼ਾਮਪਲ, ਇੱਕ ਕਲਾਇੰਟ ਸੀ ਉਹਨੇ ਮੈਨੂੰ 3 ਕੁ ਮਹੀਨੇ ਪਹਿਲਾਂ ਕੰਟੈਕਟ ਕੀਤਾ, ਉਹਨਾਂ ਨੇ ਆਪਦੇ ਪਾਰਟਨਰ ਦਾ ਵੀਜ਼ਾ ਲਵਾਉਣਾ ਸੀ ਜੀ, ਅਤੇ ਮੈਂ ਉਹਨਾਂ ਨੂੰ ਸਾਰਾ ਦੱਸਤਾ ਵੀ ਆਹ ਆਹ ਡਾਕੂਮੈਂਟ ਚਾਹੀਦੇ, ਫਿਰ ਚਲੋ ਉਹਨਾਂ ਨੂੰ ਲੱਗਿਆ ਹੋਣਾ ਸ਼ਾਇਦ ਵੀ ਨਹੀਂ ਯਾਰ ਮੈਂ ਆਪ ਲਾ ਲੈਂਦਾ ਜੀ, ਹੁਣ ਉਹਨਾਂ ਨੇ ਰਿਲੇਸ਼ਨਸ਼ਿਪ ਜਿਹੜੇ ਐਵੀਡੈਂਸ ਉਹ ਸਾਰੇ ਲਾ ਤੇ ਜੀ, ਪਰ ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਨੇ ਹੋਰ ਇਨਫੋਰਮੇਸ਼ਨ ਮੰਗੀ ਵੀ ਸਾਨੂੰ ਲੱਗਦਾ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਉਹ ਜੈਨੂਅਨ ਨੇ, ਉਹਨਾਂ ਨੇ ਫਿਰ ਮੈਨੂੰ ਕੰਟੈਕਟ ਕੀਤਾ ਵੀ ਇੱਦਾਂ ਕਰਕੇ ਜੀ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਵੀ ਕੋਈ ਗੱਲ ਨਹੀਂ ਆਪਾਂ ਇਹਦਾ ਰਿਪਲਾਈ ਦੇ ਦੇਣੇ, ਵੀ ਜਿਹੜੇ ਤੁਸੀਂ ਐਵੀਡੈਂਸ ਹੁਣ ਤੱਕ ਐਵੀਡੈਂਸ ਬਹੁਤ ਲਾਤੇ ਸੀ ਉਹਨਾਂ ਨੇ ਜੀ, ਮਤਲਬ ਜੋ ਫੋਟੋਆਂ ਸੀਗੀਆਂ ਜਿਹੜਾ ਕੁਛ ਵੀ ਲਾ ਸਕਦੇ ਸੀ ਲਾਤਾ ਸੀ, ਮੈਂ ਕਿਹਾ ਵੀ ਆਪਾਂ ਇਹੀ ਦੁਬਾਰੇ ਲਾਵਾਂਗੇ ਪਰ ਇਹਨੂੰ ਪ੍ਰੋਪਰ ਐਕਸਪਲੇਨ ਕਰਕੇ ਲਾਵਾਂਗੇ ਜੀ। ਹੁਣ ਛੋਟੀ ਜਿਹੀ ਐਗਜ਼ਾਮਪਲ ਆ ਵੀ ਉਹਨਾਂ ਨੇ ਇੰਗੇਜਮੈਂਟ ਦੀਆਂ ਫੋਟੋਆਂ ਪਾਤੀਆਂ ਜੀ, ਵਿਆਹ ਦੀਆਂ ਫੋਟੋਆਂ ਪਾਤੀਆਂ ਵਿਆਹ ਤੋਂ ਬਾਅਦ ਦੀਆਂ ਫੋਟੋ, ਪਰ ਉਹ ਦੱਸਿਆ ਨਹੀਂ ਵੀ ਕਿਹੜੀ ਫੋਟੋ ਕਿਹੜੇ ਟਾਈਮ ਦੀ ਹੈ ਜੀ। ਹੁਣ ਉਸ ਤੋਂ ਬਾਅਦ ਉਹਨੂੰ ਆਪਾਂ ਐਕਸਪਲੇਨ ਕਰ ਰਹੇ ਹਾਂ ਵੀ ਆਹ ਦੇਖੋ ਜੀ ਆਹ ਇੰਗੇਜਮੈਂਟ ਦੀ ਫੋਟੋ ਇੰਨੀ ਡੇਟ ਨੂੰ ਹੋਈ ਸੀ, ਉਸ ਤੋਂ ਬਾਅਦ ਵਿਆਹ ਇੰਨੀ ਡੇਟ ਨੂੰ ਹੋਇਆ, ਇੰਨਾ ਟਾਈਮ ਰਿਲੇਸ਼ਨ 'ਚ ਇੰਨਾ ਟਾਈਮ ਅਸੀਂ ਇਕੱਠੇ ਰਹੇ ਹਾਂ, ਜਾਂ ਜੋ ਬੱਚੇ ਹੋਏ ਉਹਨਾਂ ਦੇ ਬਰਥ ਸਰਟੀਫਿਕੇਟ ਹੋ ਗਿਆ, ਤੁਹਾਡੇ ਨਾਂ 'ਤੇ ਕੋਈ ਹੋਰ ਬੈਲ ਆ, ਤੁਹਾਡੇ ਨਾਂ 'ਤੇ ਕੋਈ ਇੰਸ਼ੋਰੈਂਸ ਆ, ਉਹਨੂੰ ਨਾਲ ਐਕਸਪਲੇਨ ਕੀਤਾ ਜੀ, ਉਹਨਾਂ ਦਾ ਵੀਜ਼ਾ ਅਪਰੂਵ ਹੋ ਗਿਆ। ਇਹ ਬੇਸਿਕਲੀ ਇਹੀ ਹੈ ਵੀਰੇ ਵੀ ਫਾਈਲ ਆ ਜਿਹੜੀ ਉਹਨੂੰ ਅਗਰ ਆਪਾਂ ਰੈਡੀ ਟੂ ਡਿਸੀਜ਼ਨ ਵਾਲੀ ਲਾਉਂਦੇ ਹਾਂ ਨਾ ਜੀ, ਉਹਦਾ ਬੜੀ ਛੇਤੀ ਰਿਜ਼ਲਟ ਆਉਂਦਾ ਵੀ ਜੋ ਰਿਕੁਆਇਰਮੈਂਟਸ ਉਹ ਪੂਰੀਆਂ ਕਰਦੇ ਆਪਾਂ ਪ੍ਰੋਪਰ ਐਕਸਪਲੇਨ ਕਰਦੇ ਉਹਦਾ ਰਿਜ਼ਲਟ ਪੋਜ਼ਿਟਿਵ ਵੀ ਆਉਂਦਾ ਅਤੇ ਆਉਂਦਾ ਵੀ ਜਲਦੀ ਜੀ। ਹਾਂਜੀ, ਅਤੇ ਜਿੱਦਾਂ ਬਈ ਇਮੀਗ੍ਰੇਸ਼ਨ ਦੀ ਕੋਈ ਕਾਲ ਵਗੈਰਾ ਆਉਂਦੀ ਆ ਹਾਂਜੀ, ਤਾਂ ਉਦੋਂ ਬਾਅਦ ਕਈ ਕਹਿ ਦਿੰਦੇ ਵੀ ਕਿੰਨੇ ਟਾਈਮ ਦੇ ਵਿੱਚ ਵੀਜ਼ਾ ਆ ਸਕਦਾ ਜੇ ਆਪਾਂ ਉਹਨਾਂ ਨੂੰ ਸਹੀ ਸਾਰੀ ਰਿਕੁਆਇਰਮੈਂਟਾਂ ਪੂਰੀਆਂ ਕਰ ਦਿੰਦੇ ਹਾਂ? ਉਹਦਾ ਵੀਰੇ ਕੋਈ ਟਾਈਮ ਫਰੇਮ ਨਹੀਂ ਹੈਗਾ ਜੀ, ਉਹ ਡਿਪੈਂਡ ਕਰਦਾ ਆਪਣੀ ਐਪਲੀਕੇਸ਼ਨ ਕੀ ਆ ਜਾਂ ਇਮੀਗ੍ਰੇਸ਼ਨ ਆਫਿਸਰ ਨੇ ਕੀ ਵੈਰੀਫਿਕੇਸ਼ਨ ਕਰਨੀ ਆ, ਉਹ ਚੀਜ਼ ਆਪਾਂ ਜੇ ਕਹਿ ਦਈਏ ਵੀ ਹਾਂ ਵੀ 1 ਵੀਕ 'ਚ ਆਜੂ 2 ਵੀਕ 'ਚ ਆਜੂ, ਹੁਣ ਕਈਆਂ ਦਾ ਇਹ ਆ ਵੀ ਜੋ ਮੈਂ ਦੇਖਿਆ ਇੰਟਰਵਿਊ ਤੋਂ ਬਾਅਦ ਵਿਦ ਇਨ ਕਪਲ ਆਫ ਆਵਰਸ ਆ ਜਾਂਦਾ ਵੀਰੇ, 4 ਘੰਟੇ 'ਚ 5 ਘੰਟੇ 'ਚ, ਕਈਆਂ ਦੇ 4 ਵੀਕ ਲੱਗ ਜਾਂਦੇ ਜੀ। ਹੁਣ ਇੱਕ ਰੈਜੀਡੈਂਸੀ ਵਾਲੀ ਐਪਲੀਕੇਸ਼ਨ ਸੀਗੀ ਮੇਰੇ ਕੋਲ, ਉਹਨਾਂ ਦੇ ਇੰਟਰਵਿਊ ਤੋਂ ਬਾਅਦ ਵੀ ਆਈ ਥਿੰਕ 1.5 ਮਹੀਨੇ ਤੋਂ ਉੱਤੇ ਲੱਗ ਗਿਆ ਸੀ ਜੀ, ਅਤੇ ਇੱਕ ਐਪਲੀਕੇਸ਼ਨ ਸੀਗੀ ਇੰਟਰਵਿਊ ਹੋਈ ਆ ਅਤੇ ਵਿਦ ਇਨ 1.5 ਵੀਕ ਵੀਜ਼ਾ ਆ ਗਿਆ, ਉਹ ਚੀਜ਼ ਆ ਵੀਰੇ। ਵੀ ਕਹਿ ਸਕਦੇ ਹਾਂ ਵੀ ਇਹਦਾ ਕੋਈ ਟਾਈਮ ਨਹੀਂ, ਇਹਦਾ ਕੋਈ ਟਾਈਮ ਨਹੀਂ, ਕਦੋਂ ਮਰਜ਼ੀ ਵੀਜ਼ਾ। ਹਾਂ, ਇਹਦਾ ਇਹ ਆ ਵੀਰੇ ਵੀ ਆਪਣੀ ਫਾਈਲ ਕੀ ਆ, ਕਿਹੜੀ ਚੀਜ਼ ਦੀ ਵੈਰੀਫਿਕੇਸ਼ਨ ਚੱਲ ਰਹੀ ਆ, ਹੁਣ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਕੀ ਡਿਸੀਜ਼ਨ ਲੈਣਾ ਜਾਂ ਵੈਰੀਫਿਕੇਸ਼ਨ ਕਰਨੀ ਜਾਂ ਸੈਕਿੰਡ ਪਰਸਨ ਚੈੱਕ ਕਹਿੰਦੇ ਉਹ ਕਰਨਾ, ਇਹ ਸਾਰਾ ਕੁਛ ਉਹਨਾਂ ਚੀਜ਼ਾਂ 'ਤੇ ਡਿਪੈਂਡ ਕਰਦਾ ਵੀਰੇ।
ਅਤੇ ਜਿੱਦਾਂ ਬਾਈ ਬਹੁਤ ਸਾਰੇ ਆਪਣੇ ਚਾਹੁਣ ਵਾਲੇ ਪੁੱਛ ਵੀ ਰਹੇ ਸੀਗੇ ਵੀ ਸਟੱਡੀ ਜਿਹੜੀ ਹੈਗੀ ਹੈ ਕਿਹੜੀ ਸਟੱਡੀ ਅਤੇ ਪੀ ਆਰ ਆ ਉਹ ਤੁਸੀਂ ਜਿੰਨੀਆਂ ਕੁ ਸਟੱਡੀਆਂ ਤੁਹਾਨੂੰ ਇਸ ਟਾਈਮ ਤੁਸੀਂ ਬੋਲ ਕੇ ਦੱਸ ਸਕਦੇ ਹੋ ਜੀ ਉਹ ਜ਼ਰੂਰ ਤੁਸੀਂ ਸਾਰਿਆਂ ਨੂੰ ਦੱਸੋ। ਸਟੱਡੀ ਦੇ ਇਹ ਆ ਵੀਰੇ ਵੀ ਗ੍ਰੀਨ ਲਿਸਟ ਸਰਚ ਕਰ ਲਿਓ ਗੂਗਲ 'ਤੇ, ਪੈਂਡਿਕਸ 13 ਗ੍ਰੀਨ ਲਿਸਟ, ਉਹਦੇ 'ਤੇ ਸਾਰੀ ਪ੍ਰੋਪਰ ਲਿਸਟ ਬਣੀ ਆ ਜਾਣੀ ਜੀ ਜਿਹੜੀਆਂ ਮੈਨੂੰ ਯਾਦ ਆ ਉਹਦੇ। ਦੇਖੋ ਪੀ ਆਰ ਤਾਂ ਲੈਣ ਬਹੁਤ ਵੱਡੀ ਹੁੰਦੀ ਜੀ, ਹੈ ਨਾ। ਪੀ ਆਰ ਇਹ ਆ ਵੀਰੇ ਵੀ ਸਟੱਡੀ ਪਲੱਸ ਤੁਹਾਡਾ। ਹੁਣ ਮੈਂ ਤੁਹਾਨੂੰ ਦੱਸਦਾ ਵੀ ਜੇ ਕਿਸੇ ਨੇ ਬੈਚਲਰ ਕੀਤੀ ਆ ਬਿਜ਼ਨਸ ਦੇ ਵਿੱਚ ਐਗਜ਼ਾਮਪਲ ਦੇ ਤੌਰ 'ਤੇ ਜੀ, ਉਦੋਂ ਬਾਅਦ ਉਹਨੂੰ ਸੁਪਰਵਾਈਜ਼ਰ ਦੀ ਜਾਂ ਉਹਦੇ ਰਿਲੇਟਡ ਉਹਨੂੰ ਜੋਬ ਮਿਲ ਗਈ ਜੀ। ਹੁਣ ਇਹ ਡਿਪੈਂਡ ਕਰਦਾ ਵੀ ਤੁਹਾਡੀ ਜਿਹੜੀ ਜੋਬ ਆ ਉਹ ਤੁਹਾਡੀ ਸਟੱਡੀ ਨਾਲ ਰੈਲੀਵੈਂਟ ਹੋ ਰਹੀ ਆ। 3 ਸਾਲ ਜੋਬ ਐਕਸਪੀਰੀਅੰਸ ਦੇ 3 ਪੁਆਇੰਟ ਉਹ ਕਾਊਂਟ ਹੋ ਗਏ, 3 ਸਾਲ ਬੈਚਲਰ ਡਿਗਰੀ ਦੇ ਕਾਊਂਟ ਹੋ ਗਏ 3 ਪੁਆਇੰਟ ਜੀ, ਅਤੇ ਤੁਸੀਂ 6 ਪੁਆਇੰਟ ਹੋ ਗਏ ਤੁਸੀਂ ਐਲੀਜੀਬਲ ਹੋ ਜੀ। ਇਹ ਮਤਲਬ ਆਪਾਂ ਜੇ ਕਹਿ ਦਈਏ ਵੀ ਇਕੱਲੀ ਸਟੱਡੀ ਲਈ ਐਲੀਜੀਬਲ, ਉਹ ਗ੍ਰੀਨ ਲਿਸਟ ਦੀਆਂ ਚੀਜ਼ਾਂ ਨੇ, ਬਟ ਉਹ ਫਾਈਲ ਟੂ ਫਾਈਲ ਵੀਰੇ ਡਿਪੈਂਡ ਕਰਦਾ ਜੀ। ਹੁਣ ਮੈਂ ਕਿਸੇ ਨੂੰ ਕਹਿ ਦਵਾਂ ਵੀ ਹਾਂਜੀ ਤੁਸੀਂ ਕੰਸਟਰਕਸ਼ਨ ਦੀ ਸਟੱਡੀ ਆ ਗ੍ਰੀਨ ਲਿਸਟ 'ਚ, ਉਹ ਐਲੀਜੀਬਲ ਜੀ, ਪਰ ਬੰਦੇ ਦੇ ਪਿੱਛੇ ਬੈਚਲਰ ਬਿਜ਼ਨਸ ਦੀ ਹੋਵੇ ਜਾਂ ਬੰਦੇ ਨੇ ਪਿੱਛੇ ਬੈਚਲਰ ਕੋਈ ਹੋਰ ਕਿਸੇ ਡਿਗਰੀ ਦੀ ਹੋਵੇ, ਕੰਪਿਊਟਰ ਐਪਲੀਕੇਸ਼ਨਸ ਦੀ ਹੋਵੇ ਜੀ, ਉਹ ਕੰਸਟਰਕਸ਼ਨ ਦੀ ਕਵੇ ਵੀ ਹਾਂਜੀ ਤੁਸੀਂ ਤਾਂ ਕਿਹਾ ਸੀ ਕੰਸਟਰਕਸ਼ਨ ਜੀ, ਉਹ ਚੀਜ਼ ਨਹੀਂ, ਉਹ ਤਾਂ ਸਟੂਡੈਂਟ ਵੀਜ਼ਾ ਵੀ ਨਹੀਂ ਵੀਰੇ ਲੱਗਣਾ, ਬਹੁਤ ਔਖਾ ਜੀ ਉਹ ਜੀ, ਉਹਦੇ 'ਤੇ ਬਾਈ ਫਿਰ ਰਿਫਿਊਜ਼ਲ ਦੇ ਚਾਂਸ। ਹਾਂ, ਔਰ ਫਿਰ ਕਿਉਂਕਿ ਆਪਾਂ ਨੂੰ ਜਦ ਆਪਾਂ ਪ੍ਰੋਪਰ ਪਿਛਲੀ ਸਟੱਡੀ ਨਾਲ ਗਾਂਹ ਵਾਲੀ ਸਟੱਡੀ ਦਾ ਕੋਈ ਆਪਾਂ ਤਾਲੁਕਾ ਦੀ ਨਹੀਂ ਦਿਖਾ ਰਹੇ ਵੀ ਕੀ ਸੰਬੰਧ ਰੱਖਦੀ ਹੈ ਇਹ ਜੀ, ਆਪਾਂ ਕਾਹਤੇ ਉਹ ਸਟੱਡੀ ਕਰਨੀ ਆ, ਉਹ ਚੀਜ਼ ਆ ਵੀਰੇ। ਜਿੱਦਾਂ ਬਾਈ ਹੁਣ ਇੱਥੇ ਸਪਾਊਸ ਵੀਜ਼ੇ ਲੱਗੇ ਹੋਏ ਹੈ ਨਾ, ਕਈ ਵਰਕ ਪਰਮਿਟ 'ਤੇ ਇੱਥੇ ਆਏ ਹੋਏ ਆ, ਹਾਂਜੀ, ਸੋ ਅੱਧਾ ਪਰਿਵਾਰ ਉਹਨਾਂ ਦਾ ਇੰਡੀਆ ਬੈਠਾ ਜੀ, ਹਾਂਜੀ, ਸੋ ਉਹਨਾਂ ਨੂੰ ਬਾਈ ਵਰਕ ਪਰਮਿਟ ਅੱਗੇ ਮਿਲਣਗੇ ਜਾਂ ਉਹ ਵਿਜ਼ਟਰ ਵੀਜ਼ੇ 'ਤੇ ਆ ਜੀ? ਹੁਣ ਵੀਰੇ ਜਿਹੜਾ ਉਹ ਇੱਥੇ ਆਏ ਨੇ ਜਿਹੜੇ ਐਕਰੀਡੇਟਡ ਵਾਲੇ, ਜੇ ਤਾਂ ਤੁਸੀਂ ਹੈਗੇ ਸਕਿੱਲ ਲੈਵਲ 1, 2, 3 'ਚ, ਫਿਰ ਤੁਸੀਂ ਆਪਦੇ ਬੱਚਿਆਂ ਨੂੰ, ਆਪਦੀ ਫੈਮਿਲੀ ਨੂੰ, ਸਪਾਊਸ ਨੂੰ, ਪਾਰਟਨਰ ਨੂੰ ਸੱਦ ਸਕਦੇ ਹੋ ਜੀ। ਜੇ ਹੈਗਾ ਸਕਿੱਲ ਲੈਵਲ 4, 5, ਅਨਲੈਸ ਰੂਲ ਚੇਂਜ ਹੋਣ ਤੋਂ ਪਹਿਲਾਂ ਤੁਹਾਡਾ ਤੁਸੀਂ ਪਹਿਲਾਂ ਸਪੋਰਟ ਕੀਤਾ ਕਰ ਸਕਦੇ ਹੋ, ਨਹੀਂ ਨਹੀਂ ਕਰ ਸਕਦੇ ਜੀ। ਹਾਂ, ਉਹ ਜਿਹੜਾ ਤੁਹਾਡਾ ਪਾਰਟਨਰ ਆ ਉਹ ਆਪਦੇ ਬੇਸ 'ਤੇ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਜੀ, ਵੀ ਹਾਂਜੀ ਉਹ ਚੀਜ਼ ਆ, ਪਰ ਜਿਹੜਾ ਇੱਥੇ ਮੇਨ ਐਪਲੀਕੈਂਟ ਆ ਉਹ ਸਪੋਰਟ ਨਹੀਂ ਕਰ ਸਕਦਾ ਜੀ। ਹਾਂਜੀ, ਸੋ ਬਾਈ ਅੱਜ ਮੈਨੂੰ ਆਉਣ ਤੋਂ ਪਹਿਲਾਂ 2 ਕਬੀਰ ਭਰਾਵਾਂ ਦੇ ਮੈਸੇਜ ਆਏ ਸੀਗੇ, ਹਾਂਜੀ, ਵੀ ਅਸੀਂ ਰਿਫਿਊਜ਼ੀ ਵੀਜ਼ਾ ਲਾਇਆ, ਹਾਂਜੀ, ਸੋ ਇਹਦੇ ਵਿੱਚ ਕੀ ਅੱਗੇ ਜਾ ਕੇ ਪ੍ਰੋਬਲਮਾਂ ਹੈਗੀਆਂ ਜਾਂ ਇਹਨਾਂ ਦੇ ਇੰਟਰਵਿਊ ਆਉਣ ਤੋਂ ਪਹਿਲਾਂ ਅਸੀਂ ਵੀਜ਼ਾ ਚੇਂਜ ਕਰਾ ਸਕਦੇ ਹਾਂ, ਅਤੇ ਉਹਨਾਂ ਬਾਰੇ ਤੁਸੀਂ ਜਰੂਰ। ਬਾਈ ਇੱਕ ਤਾਂ ਇਹ ਆ ਵੀ ਮੈਂ ਰਿਫਿਊਜੀ ਵਾਲੇ ਏਰੀਏ 'ਚ ਬਾਹਲਾ ਐਕਸਪੀਰੀਅੰਸ ਨਹੀਂ, ਪਰ ਮੈਂ ਦੂਜੀ ਚੀਜ਼ ਇਹ ਕਹੂੰਗਾ ਵੀ ਰਿਫਿਊਜੀ ਵੀਜ਼ਾ ਪਾਇਆ ਉਹਨੂੰ ਚੇਂਜ ਕਰਾਉਣਾ ਜਿੱਥੇ ਤੱਕ ਮੇਰੀ ਨੌਲੇਜ ਆ ਨਹੀਂ ਵੀਰੇ, ਕਿਉਂਕਿ ਦੇਖੋ ਉਹ ਉੱਥੇ ਚੀਜ਼ ਆਉਂਦੀ ਆ, ਆਪਾਂ ਇਮੀਗ੍ਰੇਸ਼ਨ ਨੂੰ ਕੋਈ ਗਲਤ ਇਨਫੋਰਮੇਸ਼ਨ ਦੇ ਕੇ ਵੀਜ਼ਾ ਪਾ ਰਹੇ ਹਾਂ, ਉਹ ਚੀਜ਼ ਵੀਰੇ ਉਹ ਰਸਤਾ ਗਲਤ ਆ ਜੀ। ਅਗਰ ਆਪਾਂ ਗਲਤ ਰਸਤੇ 'ਤੇ ਤੁਰਾਂਗੇ ਤਾਂ ਮੰਜ਼ਿਲ ਵੀ ਗਲਤ ਮਿਲਣੀ ਹੈ, ਜਦ ਆਪਣਾ ਰਸਤਾ ਹੀ ਨਹੀਂ ਸਹੀ ਤਾਂ ਉਹ 'ਤੇ ਮੰਜ਼ਿਲ ਨਹੀਂ ਸਹੀ ਮਿਲ ਸਕਦੀ, ਇੰਨਾ ਕੀ ਕਹਿ ਸਕਦਾ ਵੀਰੇ ਇਹਦੇ 'ਤੇ ਜੀ। ਹਾਂਜੀ, ਵੀ ਜਿੱਦਾਂ ਬਾਈ ਅੱਗੇ ਪੂਰੇ ਪੂਰੇ ਚਾਂਸ ਹੈ ਨਹੀਂ ਵੀਜ਼ੇ, ਮੰਨ ਲਓ ਵੀ ਆਪਾਂ ਕਹਿ ਸਕਦੇ ਹਾਂ ਚੇਂਜ ਹੋਣ ਦੇ? ਨਹੀਂ ਬਾਈ, ਕਿਉਂਕਿ ਦੇਖੋ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਇਹ ਆ ਵੀ ਅੱਜ ਰਿਫਿਊਜੀ ਪਾ ਲਿਆ, ਵਿਜ਼ਟਰ 'ਤੇ ਆਏ ਸੀ, ਉਦੋਂ ਬਾਅਦ ਰਿਫਿਊਜੀ ਪਾ ਲਿਆ, ਅਤੇ ਆਪਾਂ ਨੂੰ ਹੁਣ ਲੱਗਦਾ 2 ਮਹੀਨੇ ਬਾਅਦ ਵਰਕ ਵੀਜ਼ੇ ਦਾ ਕੋਈ ਆਪਾਂ ਨੂੰ ਮਿਲ ਰਿਹਾ, ਆਪਣਾ ਜੋਬ ਮਿਲ ਰਹੀ ਆ, ਅਤੇ ਆਪਾਂ ਉਹਦੇ 'ਤੇ ਜਾ ਰਹੇ ਹਾਂ, ਬਾਈ ਉਹ ਇਮੀਗ੍ਰੇਸ਼ਨ ਪੁੱਛੇਗੀ ਵੀ ਰਿਫਿਊਜੀ ਪਾ, ਵੀ ਸਵਾਲ ਉਹਨਾਂ ਨੇ ਕਰਨੇ ਆ। ਹਾਂਜੀ, ਵੀ ਜੇ ਤੁਸੀਂ ਸਹੀ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹੋ ਫਿਰ ਕੁਛ ਹੋ ਸਕਦਾ ਬਾਈ? ਨਹੀਂ ਬਾਈ, ਮੈਂ ਇਹਦੇ ਬਾਰੇ ਕੁਛ ਕਲੀਅਰ ਨਹੀਂ ਕਿਉਂਕਿ ਮੇਰਾ ਫੀਲਡ ਹੀ ਨਹੀਂ ਜੀ। ਹਾਂਜੀ, ਪਰ ਹਾਂ ਇਹ ਆ ਵੀ ਇਹ ਚੀਜ਼ਾਂ ਮਤਲਬ ਕਹਿ ਲਓ ਉਹੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜੇ ਆਪਣਾ ਰਸਤਾ ਗਲਤ ਤਾਂ ਮੰਜ਼ਿਲ ਸਹੀ ਨਹੀਂ ਮਿਲਦੀ। ਵੀ ਤੁਸੀਂ ਤੁਹਾਡੀ ਰਾਏ ਇਹੀ ਆ ਵੀ ਤੁਸੀਂ ਰਿਫਿਊਜ਼ੀ ਨਹੀਂ ਕਿਸੇ ਨੂੰ ਕਹਿ ਕੇ ਰਹੇ? ਜੇ ਦੇਖੋ ਜੇ ਜਦ ਆਪਾਂ ਰਿਫਿਊਜੀ ਹੁਣ ਆਪਾਂ ਇੰਡੀਆ ਦੇ ਵਿੱਚ ਅਗਰ ਆਪਾਂ ਕੋਈ ਕਿਸੇ ਨੇ ਝੂਠੀ ਸਟੋਰੀ ਕ੍ਰੀਏਟ ਕੀਤੀ ਆ ਉਹ ਬਾਈ ਝੂਠ ਆ, ਉਹ ਆਪਾਂ ਮਿਸਲੀਡਿੰਗ ਇਨਫੋਰਮੇਸ਼ਨ ਦੇ ਰਹੇ ਹਾਂ ਇਮੀਗ੍ਰੇਸ਼ਨ, ਉਹ ਵੀ ਤੁਸੀਂ ਉਹਦੇ ਹੱਕ ਦੇ ਵਿੱਚ? ਨਹੀਂ ਬਾਈ, ਮੈਂ ਨਹੀਂ ਹੈਗਾ, ਬਿਲਕੁਲ ਹੱਕ ਦੇ ਵਿੱਚ। ਆਪਾਂ ਝੂਠੀ ਸਟੋਰੀ ਦੇ ਕੇ ਰਿਫਿਊਜੀ ਲੈਣਾ
ਮਿਲਣਾ ਨਾ ਮਿਲਣਾ ਵੱਖਰੀ ਗੱਲ ਆ, ਪਰ ਆਪਣੀ ਫਾਈਲ ਦੇਖੋ ਆਪਾਂ ਸਟਾਰਟ ਇੱਕ ਨਾ ਵੀਰੇ ਉਹ ਚ ਇਮੀਗ੍ਰੇਸ਼ਨ ਹੁੰਦਾ ਵੀ ਆਪਾਂ ਜਿਹੜੀ ਇਨਫੋਰਮੇਸ਼ਨ ਦਿੱਤੀ ਉਹ ਸਾਰੀ ਟਰੂ ਐਂਡ ਐਕੂਰੇਟ ਆ ਕਿ ਨਹੀਂ। ਹੁਣ ਜੇ ਉਹ ਚੀਜ਼ ਹੀ ਐਕੂਰੇਟ ਨਹੀਂ ਹੈਗੀ ਤਾਂ ਉਹ ਗਲਤ ਆ ਵੀਰੇ ਜੀ। ਹਾਂਜੀ, ਕਿਉਂਕਿ ਇਮੀਗ੍ਰੇਸ਼ਨ ਨੂੰ ਬਈ ਗਾਹਾਂ ਪਤਾ ਲੱਗਦਾ ਹੀ ਆ, ਉਹ ਸਾਰੀਆਂ ਸਰਚਾਂ ਬਈ ਹੁੰਦੀਆਂ ਵੀ ਉੱਥੇ ਵੀ ਕੀ ਸੀ ਕੀ ਨਹੀਂ। ਜਿੰਨੀ ਕੁ ਮੇਰੀ ਨੌਲੇਜ ਆ ਵੀਰੇ, ਜੇ ਬਾਕੀ ਤਾਂ ਬੰਦੇ ਜਿਹੜੇ ਆ ਫੀਲਡ ਦੇ ਰਿਫਿਊਜੀ 'ਚ ਐਕਸਪੀਰੀਅੰਸ ਉਹ ਦੱਸ ਸਕਦੇ ਆ, ਪਰ ਇਹ ਆ ਵੀ ਜਦੋਂ ਆਪਾਂ ਇੰਡੀਆ ਤੋਂ ਆਉਣਾ ਵੀਰੇ ਵਿਜ਼ਟਰ, ਤਾਂ ਆਪਾਂ ਕਹਿ ਰਹੇ ਹਾਂ ਵੀ ਅਸੀਂ ਵੈਲ ਸੈਟਲਡ ਆ, ਸਾਡਾ ਕੋਈ ਕੇਸ ਨਹੀਂ, ਸਾਰਾ ਕੁਛ ਕਲੀਅਰ ਆ। ਉਦੋਂ ਬਾਅਦ ਇਹੋ ਜਿਹਾ ਇੱਕੋਦਮ ਕੀ ਹੋ ਜਾਂਦਾ ਵੀ ਆਪਾਂ ਨੂੰ ਆਪਦੀ ਕੰਟਰੀ 'ਚ ਜਾਣ ਨੂੰ ਖਤਰਾ ਪੈਦਾ ਹੋ ਜਾਂਦਾ ਜੀ, ਉਹ ਚੀਜ਼ਾਂ ਜੀ। ਸੋ ਇਹ ਗਲਤੀ ਹੈ ਬਈ। ਹਾਂਜੀ, ਅਤੇ ਜਿੱਦਾਂ ਬਈ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਲਾਸਟ ਵਾਲੀ ਵੀ ਪੀ ਆਰ ਪੁਆਇੰਟ। ਹਾਂਜੀ, ਪੀ ਆਰ ਵਾਸਤੇ ਬਈ ਕਿੰਨੇ ਪੁਆਇੰਟਾਂ ਦੀ ਲੋੜ ਆ, ਉਹ ਤੁਸੀਂ ਜ਼ਰੂਰ ਸਾਰਿਆਂ ਨਾਲ ਵੀਰੇ ਇਹ ਹੈਗੇ ਆ 6 ਪੁਆਇੰਟ ਚਾਹੀਦੇ ਹੁੰਦੇ ਆਪਾਂ ਨੂੰ, ਉਹ ਆਪਾਂ ਆਪਦੇ ਜੋਬ ਐਕਸਪੀਰੀਅੰਸ ਤੋਂ, ਆਪਾਂ ਆਪਦੇ ਜਿਹੜੀ ਡਿਗਰੀ ਆ ਜੋ ਪੜ੍ਹਾਈ ਆ ਉਹਨਾਂ ਤੋਂ ਪੂਰੇ ਕਰ ਸਕਦੇ ਹਾਂ। ਹੁਣ ਆਪਾਂ ਜਿਵੇਂ ਪਹਿਲਾਂ ਵੀ ਦੱਸਿਆ ਬੈਚਲਰ ਆਪਾਂ ਨੂੰ 3 ਪੁਆਇੰਟ ਮਿਲ ਜਾਣੇ ਵੀਰੇ, ਅਤੇ ਹਰੇਕ ਸਾਲ ਦਾ 1 ਪੁਆਇੰਟ ਆਪਾਂ ਨੂੰ ਮਿਲੂਗਾ ਜੇ ਆਪਾਂ ਸਕਿੱਲ ਲੈਵਲ 1, 2, 3 ਚ ਮੀਡੀਅਨ ਵੇਜਸ 'ਤੇ ਕੰਮ ਕਰ ਰਹੇ ਹਾਂ, ਆਪਾਂ ਨੂੰ 1 ਪੁਆਇੰਟ ਉਹਦਾ ਜਿਹੜਾ ਅਰਨ ਹੋਊਗਾ। ਅਤੇ ਜੇ ਸਕਿੱਲ ਲੈਵਲ 4, 5 ਚ ਵੀਰੇ, ਉਹਦੇ ਰੂਲਸ ਇਹ ਆ ਵੀ ਤੁਹਾਨੂੰ ਮੀਡੀਅਨ ਵੇਜਸ ਤੋਂ ਟਾਈਮ ਐਂਡ ਹਾਫ ਜ਼ਿਆਦਾ ਪੇ ਹੋਣਾ ਚਾਹੀਦਾ, ਜੇ ਕੋਈ ਤੁਹਾਡੀ ਜੋਬ ਇੱਦਾਂ ਦੀ ਆ ਵੀ ਉਹ ਸਕਿੱਲ ਲੈਵਲ 4, 5 ਚ ਆਉਂਦੀ ਆ, ਬਟ ਤੁਸੀਂ ਕੁਆਲੀਫਾਈ ਹੋ, ਤੁਹਾਨੂੰ ਟਾਈਮ ਐਂਡ ਹਾਫ ਪੇ ਹੋ ਰਿਹਾ, ਫਿਰ ਤੁਸੀਂ ਆਪਦੇ ਜਿਹੜੇ ਉਹ ਐਕਸਪੀਰੀਅੰਸ ਕਾਊਂਟ ਕਰ ਸਕਦੇ ਜੀ। ਅਤੇ 6 ਪੁਆਇੰਟ ਤੁਹਾਨੂੰ ਚਾਹੀਦੇ ਵੀ ਜੀ। ਜਿੱਦਾਂ ਬਈ ਆਪਾਂ ਲਾਇਸੈਂਸ ਦੀ ਗੱਲ ਕਰਦੇ ਹਾਂ, ਨਿਊਜ਼ੀਲੈਂਡ ਲਾਇਸੈਂਸ, ਸੋ ਕਈ ਵਾਰੀ ਰੂਲ ਫੋਲੋ ਨਹੀਂ ਕਰਦੇ ਆ। ਹਾਂਜੀ, ਸੋ ਆਪਾਂ ਨੂੰ ਕਈ ਵਾਰੀ ਪਰਚਾ ਦਿੱਤਾ ਜਾਂਦਾ ਪੁਲਿਸ ਵੱਲੋਂ, ਸੋ ਬਈ ਉਹਨਾਂ ਦੇ ਪੁਆਇੰਟ ਉਹ ਘੱਟਦੇ ਆ ਵੀਰੇ। ਉਹਦਾ ਇਹ ਹੁੰਦਾ ਵੀ ਅਗਰ ਤੁਹਾਨੂੰ ਦੇਖੋ ਡਰਾਈਵਿੰਗ ਦਾ ਡੇਂਜਰਸ ਡਰਾਈਵਿੰਗ ਆ ਗਈ ਜਾਂ ਡਰਿੰਕ ਐਂਡ ਡਰਾਈਵ ਜਿਹੜੇ ਅੱਜ ਕੱਲ੍ਹ ਕੇਸ ਆ ਰਹੇ ਆ, ਉਸ ਜਦੋਂ ਤੁਸੀਂ ਕੋਰਟ 'ਚ ਪੇਸ਼ ਹੋ ਕੇ ਕਨਵਿਕਟਡ ਹੁੰਦੇ ਹੋ ਨਾ ਜੀ, ਉਹ ਚੀਜ਼ ਵੀਰੇ ਤੁਹਾਡੀ ਰੈਜੀਡੈਂਸੀ 'ਤੇ ਇਫੈਕਟ ਪਾਊਗੀ ਤੁਹਾਨੂੰ ਟੈਂਪਰੇਰੀ ਵੀਜ਼ੇ 'ਤੇ ਵੀ ਤੁਹਾਨੂੰ ਡਿਪੋਰਟੇਸ਼ਨ ਲੈਟਰ ਆ ਸਕਦਾ ਜੀ। DLN ਕਹਿੰਦੇ ਅਗਰ ਆਪਾਂ ਕਨਵਿਕਟਡ ਹੋ ਜਾਂਦੇ ਹਾਂ ਤਾਂ ਉਹ ਚੀਜ਼ 'ਤੇ ਆਪਾਂ ਨੂੰ ਡਿਪੋਰਟੇਸ਼ਨ ਲੈਟਰ ਆ ਸਕਦਾ ਵੀ ਅਸੀਂ ਤੁਹਾਨੂੰ ਡਿਪੋਰਟ ਕਰ ਰਹੇ ਹਾਂ ਜੀ। ਰੈਜੀਡੈਂਸੀ ਤੋਂ ਵੀ ਬਾਅਦ ਜੇ ਪਹਿਲੇ 2 ਸਾਲਾਂ ਦੇ ਵਿੱਚ ਤੁਸੀਂ ਕਨਵਿਕਟਡ ਹੁੰਦੇ ਹੋ, ਕੁਛ ਕ੍ਰਾਈਮ ਉਹਨਾਂ ਦੇ ਹੈਗੇ ਵੀ ਜਿਨ੍ਹਾਂ ਦੀ ਜੇਲ੍ਹ ਆ ਜਿਹੜੀ 3 ਮਹੀਨਿਆਂ ਤੋਂ ਜ਼ਿਆਦਾ ਆ, ਜਿਹੜੇ ਕ੍ਰਾਈਮ ਦੇ ਅੰਡਰ ਹੈ, ਜ਼ਰੂਰੀ ਨਹੀਂ ਵੀ ਤੁਹਾਨੂੰ ਇੰਪ੍ਰਿਜ਼ਨਮੈਂਟ ਹੋਈ ਹੋਵੇ, ਹਾਂ ਬਟ ਅਗਰ ਉਹਦੇ ਅੰਡਰ ਜਿਹੜਾ ਉਹ ਕ੍ਰਾਈਮ ਕਰਦਾ ਉਹਦੀ ਸਜ਼ਾ 3 ਮਹੀਨੇ ਤੋਂ ਜ਼ਿਆਦਾ ਤਾਂ ਤੁਹਾਨੂੰ ਡਿਪੋਰਟੇਸ਼ਨ ਲੈਟਰ ਉਹ 'ਚ ਵੀ ਆ ਸਕਦਾ ਵੀ ਜੀ। ਹਾਂਜੀ, ਸੋ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਵੀ ਸਹੀ ਸਲਾਹ ਨਾਲ ਚੱਲਣਾ ਚਾਹੀਦਾ ਆਪਾਂ ਨੂੰ ਜਿੱਥੇ ਵੀ ਆਪਾਂ ਚੱਲੀਏ। ਸੋ ਆਪਾਂ ਕਿਤੇ ਵੀ ਫਾਈਲ ਲਾਉਂਦੇ ਹਾਂ ਤਾਂ ਢੰਗ ਦੇ ਏਜੰਟ ਕੋਲ ਫਾਈਲ ਲਾਉਣੀ ਚਾਹੀਦੀ ਹੈ ਜੀ, ਉਹਨਾਂ ਕੋਲ ਲਾਇਸੈਂਸ ਹੋਣਾ ਜ਼ਰੂਰੀ ਆ। ਸੋ ਚੰਗੀ ਰਾਏ ਉਹਨਾਂ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਆ ਫਾਈਲ ਲਾਉਣ ਤੋਂ ਪਹਿਲਾਂ, ਕਿਉਂਕਿ ਬਈ ਫਾਈਲ ਤਾਂ ਬਾਅਦ ਦਾ ਗੱਲ ਹੁੰਦੀ, ਪਹਿਲਾਂ ਉਹਨਾਂ ਦੀ ਆਪਾਂ ਰਾਏ ਦੇਖੋ ਵੀ ਰਾਏ ਸਹੀ ਹੈਗੀ ਹੈ। ਹਾਂਜੀ ਵੀਰੇ, ਬਿਲਕੁਲ ਬਿਲਕੁਲ। ਸੋ ਉਹਨਾਂ ਬਾਰੇ ਤੁਸੀਂ ਕੁਛ ਕਹਿਣਾ ਚਾਹੁੰਦੇ ਬਈ? ਉਹਦੇ 'ਚ ਇਹ ਆ ਵੀ ਵੀਰੇ ਵੀ ਜਿੱਥੋਂ ਵੀ ਫਾਈਲ ਲਵਾਉਂਦੇ ਹੋ, ਜਿਹੜਾ ਕੁਛ ਵੀ ਤੁਹਾਨੂੰ ਐਡਵਾਈਜ਼ਰ ਕਹਿ ਰਿਹਾ ਜਾਂ ਤੁਹਾਨੂੰ ਕੋਈ ਇੰਡੀਆ ਤੋਂ ਲਵਾ ਰਹੇ ਹੋ ਕੋਈ ਐਜੂਕੇਸ਼ਨ ਏਜੰਟ ਕਹਿ ਰਿਹਾ, ਇੱਕ ਵਾਰੀ ਵੀਰੇ ਉਹਨੂੰ ਵੈਰੀਫਾਈ ਕਰ ਲਓ ਵੀ ਵਾਕਈ ਇਹ ਚੀਜ਼ ਸਹੀ ਹੈ, ਇੱਦਾਂ ਹੋਊਗੀ ਕਿ ਨਹੀਂ ਹੋਊਗੀ ਜੀ, ਉਹ ਚੀਜ਼ ਬਹੁਤ ਜ਼ਰੂਰੀ ਹੈ ਜੀ। ਹਾਂਜੀ, ਸੋ ਅੱਜ ਦੀ ਗੱਲਬਾਤ ਆਪਾਂ ਇੱਥੇ ਹੀ ਰੋਕਦੇ ਹਾਂ ਜੀ। ਸੋ ਅਗਲੀ ਵਾਰੀ ਜਿੰਨੇ ਵੀ ਆਪਣੇ ਆਉਣ ਵਾਲੇ ਸਰੋਤਿਆਂ ਦੇ, ਚਾਹੁਣ ਵਾਲਿਆਂ ਦੇ ਜਿੰਨੇ ਵੀ ਕੋਈ ਸਵਾਲ ਜਵਾਬ ਹੋਣਗੇ ਆਪਾਂ ਅਗਲੀ ਵਾਰੀ ਜਦੋਂ ਆਪਾਂ ਬੈਠੇ ਬਈ ਸਾਰੇ ਕਲੀਅਰ ਕਰਾਂਗੇ। ਸੋ ਅੱਜ ਬਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ, ਅਤੇ ਮਨ ਨੂੰ ਸਕੂਨ ਜਿਹਾ ਹੋਇਆ ਬਈ, ਬਹੁਤ ਵਧੀਆ ਲੱਗਿਆ ਵੀ ਅੱਜ ਕੋਈ ਚੰਗੇ ਬੰਦੇ ਕੋਲ ਬੈਠੇ ਹਾਂ ਆਪਾਂ ਅਤੇ ਚੰਗੀਆਂ ਗੱਲਾਂ ਆਪਾਂ ਨੂੰ। ਮੈਨੂੰ ਵੀ ਬਹੁਤ ਵਧੀਆ ਲੱਗਿਆ ਬਾਈ, ਧੰਨਵਾਦ ਤੁਹਾਡਾ, ਅਤੇ ਪਰਦੇਸੀ ਮੀਡੀਆ ਦਾ ਤੁਸੀਂ ਇੱਕ ਵਾਰੀ ਕਹਿਣ 'ਤੇ ਆਪਾਂ ਪੋਡਕਾਸਟ ਕੀਤਾ, ਇਹਦਾ ਚਲੋ ਫਾਇਦਾ ਬਹੁਤ ਹੋਣਾ, ਜਿਹੜੇ ਲੋਕ ਸੁਣਨਾ ਚਾਹੁੰਦੇ ਆ ਉਹਨਾਂ ਨੂੰ ਪਤਾ ਲੱਗਦਾ। ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਆਉਣ ਲਈ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।